ਕੌਮੀਵਾਜ਼ ਪੰਜਾਬੀ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਦਾ ਨਿੱਘਾ ਸਵਾਗਤ ਹੈ। ਸ਼ਾਮ ਦੀ ਸਭਾ ਲੈ ਕੇ ਹਾਜ਼ਰ ਤੁਹਾਡਾ ਮੇਜ਼ਬਾਨ ਸੁਰਿੰਦਰ ਸਿੰਘ। ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਵਿੱਚ ਆਪ ਸਭ ਸਰੋਤਿਆਂ ਦਾ ਇਸਤਕਬਾਲ ਹੈ ਜੀ। ਫਤਿਹ ਦੇ ਨਾਲ ਜੀਆਂ ਨੂੰ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਗਲਵਾਰ ਦੀ ਸ਼ਾਮ ਨੂੰ ਪ੍ਰੋਗਰਾਮ ਦੇਸ਼ ਪ੍ਰਦੇਸ਼ ਸੁਣਦੇ ਹੋ ਆਪ ਸਭ ਸਰੋਤੇ। ਤਕਰੀਬਨ ਪਿਛਲੇ 4 ਸਾਲ ਤੋਂ ਅਸੀਂ ਇਸ ਸ਼ੋਅ ਨੂੰ ਲੈ ਕੇ ਆਪਦੇ ਸਨਮੁੱਖ ਹੁੰਦੇ ਹਾਂ। ਮੇਰੇ ਨਾਲ ਇਸ ਸ਼ੋਅ ਵਿੱਚ ਸਾਥ ਦਿੰਦੇ ਨੇ ਸਰਦਾਰ ਜੁਝਾਰ ਸਿੰਘ ਬਾਜਵਾ, ਜਿਹੜੇ ਬਾਜਵਾ ਇਮੀਗ੍ਰੇਸ਼ਨ ਕੰਸਲਟੈਂਟਸ ਤੋਂ ਉਹਨਾਂ ਦੇ ਡਾਇਰੈਕਟਰ ਨੇ ਤੇ ਪੇਸ਼ੇਵਰ ਇਮੀਗ੍ਰੇਸ਼ਨ ਏਜੰਟ ਵੀ ਨੇ। ਤਕਰੀਬਨ ਇੱਕ ਦਹਾਕੇ ਤੋਂ ਮੈਲਬਨ ਦੇ ਵਿੱਚ ਇਹ ਸੇਵਾਵਾਂ ਆਪਣੀਆਂ ਦੇ ਰਹੇ ਨੇ। ਵੱਖੋ ਵੱਖ ਵਿਸ਼ੇ ਹਰ ਹਫ਼ਤੇ ਅਸੀਂ ਛੂਹਣੇ ਹਾਂ, ਸੋ ਅੱਜ ਜਿਹੜਾ ਵਿਸ਼ਾ ਛੂਹਣਾ ਹੈ ਉਸ ਵਿਸ਼ੇ ਦਾ, ਉਸਦੇ ਬਾਬਤ ਅਸੀਂ ਗੱਲਬਾਤ ਪਹਿਲਾਂ ਵੀ ਕਰ ਚੁੱਕੇ ਹਾਂ, ਪਰ ਉਸ ਦੇ ਉੱਤੇ ਇੱਕ ਵੱਖਰੀ ਝਾਤ ਮਾਰਨੀ ਬਣਦੀ ਹੈ। ਬਾਜਵਾ ਸਾਹਿਬ ਮੇਰੇ ਨਾਲ ਲਾਈਨ ਦੇ ਜ਼ਰੀਏ ਜੁੜ ਚੁੱਕੇ ਨੇ, ਆਪਾਂ ਗੱਲਬਾਤ ਉਹਨਾਂ ਤੋਂ ਹੀ ਸੁਣਦੇ ਹਾਂ ਜਿਹੜੀ ਗੱਲਬਾਤ ਅਸੀਂ ਗੱਲਬਾਤ ਕਰਨੀ। ਬਾਜਵਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ, ਜੀ ਆਇਆਂ ਨੂੰ ਜੀ। ਹਾਂਜੀ ਬਾਈ ਜੀ, ਤੁਹਾਨੂੰ ਸਾਰੇ ਜਿਹੜੇ ਭੈਣ ਭਰਾ ਸਭ ਸੁਣ ਰਹੇ ਹਨ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਸਤਿ ਸ੍ਰੀ ਅਕਾਲ ਬਾਜਵਾ ਸਾਹਿਬ, ਕਿਵੇਂ ਰਿਹਾ ਤੁਹਾਡਾ ਹਫ਼ਤਾ ਜੀ? ਤੁਸੀਂ ਹਰ ਵਾਰੀ ਮੈਨੂੰ ਸਵਾਲ ਪੁੱਛਦੇ ਹੋ, ਪਰ ਮੇਰਾ ਗੱਲ ਦੱਸਣ ਨੂੰ ਜੀ ਕਰਦਾ। ਕਹਿੰਦਾ ਅਥਰੂ ਪੀਨੇ ਆ ਤੇ ਦਿਲ ਵਿੱਚ ਰੋਨੇ ਆ, ਕਿਉਂਕਿ ਅਸੀਂ ਉਹਨਾਂ ਲੋਕਾਂ ਨਾਲ ਜੀਨੇ ਆ ਜਿਹੜੇ ਵਿਚਾਰੇ ਬੜੇ ਪਰੇਸ਼ਾਨ ਨੇ। ਨਹੀਂ ਬਿਲਕੁਲ ਜੀ, ਇਹ ਤਾਂ ਮੈਂ ਦੁੱਖ ਦੀ ਰਗ ਦਿੱਤੇ ਹਰ ਵਾਰ ਹੱਥ ਰੱਖ ਲੈਣਾ, ਪਰ ਇੱਕ ਫਾਰਮਲ ਵੀ ਇੱਕ ਸਵਾਲ ਹੁੰਦਾ ਤੇ ਨਾਲ ਦੀ ਨਾਲ ਅਸੀਂ ਇਹ ਜਾਣਨਾ ਵੀ ਚਾਹੁੰਦੇ ਹਾਂ, ਸਾਡੇ ਸਰੋਤੇ ਵੀ ਜਾਣਨਾ ਚਾਹੁੰਦੇ ਨੇ ਕਿ ਇਮੀਗ੍ਰੇਸ਼ਨ ਦੀ ਦੁਨੀਆ ਦੇ ਵਿੱਚ ਕੋਈ ਭੁਚਾਲ ਤਾਂ ਨਹੀਂ ਆਇਆ ਕੋਈ ਵੱਡਾ, ਸਭ ਕੁਛ ਉਸੇ ਤਰੀਕੇ ਨਾਲ, ਸਭ ਕੁਸ਼ਲ ਮੰਗਲ ਹੈ ਜਿਵੇਂ ਆਪਾਂ ਕਹਿ ਦਿੰਦੇ ਹਾਂ, ਸਭ ਕੁਛ ਉਵੇਂ ਚੱਲ ਰਿਹਾ ਠੀਕ ਠਾਕ ਹੈ? ਦੇਖੋ ਸਰ, ਇੱਕ ਸਿਆਣੇ ਨੇ ਗੱਲ ਕਹੀ ਹੈ ਕਿ ਜੇ ਤੇ ਤੁਹਾਨੂੰ ਇਹ ਪਤਾ ਹੈ ਕਿ ਸੱਪ ਤੇ ਰੱਸੀ ਚ ਕੀ ਫਰਕ ਹੁੰਦਾ ਹੈ ਜੀ, ਫਿਰ ਤੇ ਤੁਹਾਨੂੰ ਕੋਈ ਟ੍ਰਬਲ ਨਹੀਂ ਆਊਗੀ। ਜੇ ਤੁਸੀਂ ਰੱਸੀ ਨੂੰ ਸੱਪ ਸਮਝ ਕੇ ਪਕੜਿਆ ਹੋਇਆ ਫਿਰ ਟ੍ਰਬਲ ਆਏਗੀ। ਸੋ ਕੁਛ ਜਿਹੜੇ ਲੋਕ ਨੇ ਉਹਨਾਂ ਨੇ ਰੱਸੀ ਨੂੰ ਪਕੜਿਆ ਹੋਇਆ ਇਹ ਸੋਚ ਕੇ ਕਿ ਉਹ ਸੱਪ ਹੈ, ਜਿਹੜੀਆਂ ਨੇ ਸੱਪ ਫੜਿਆ ਹੋਇਆ ਇਹ ਸੋਚ ਕੇ ਕੋਈ ਰੱਸੀ ਹੈ। ਹੁਣ ਇਹਦਾ ਕਹਿਣ ਦਾ ਭਾਵ ਜੀ, ਕੁਛ ਲੋਕੀ ਲੋੜ ਤੋਂ ਜ਼ਿਆਦਾ ਡਰ ਰਹੇ ਨੇ, ਕਿਉਂਕਿ ਉਹ ਸੋਚ ਰਹੇ ਨੇ ਕਿ ਰੱਸੀ ਜਿਹੜੀ ਉਹ ਸੱਪ ਹੈ, ਡਰੀ ਜਾ ਰਹੇ ਨੇ। ਕੁਛ ਲੋਕ ਇੱਦਾਂ ਦੇ ਨੇ ਜਿਹੜੇ ਸੱਪ ਹੱਥ ਫੜਿਆ ਪਰ ਬੇਫਿਕਰੀ ਨਾਲ ਸੁੱਤੇ ਪਏ ਨੇ, ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਸੱਪ ਹੈਗਾ ਕਿ ਨਹੀਂ ਹੈਗਾ। ਸੋ ਵਿੱਚੋਂ ਤੱਤ ਇਹ ਨਿਕਲਦਾ ਹੈ ਕਿ ਕੈਲਕੂਲੇਟਡ ਰਿਸਕ, ਕੈਲਕੂਲੇਸ਼ਨ ਨੰਬਰਸ ਬਾਰੇ ਲੋਕਾਂ ਨੂੰ ਜਾਣਕਾਰੀ ਨਹੀਂ ਹੈਗੀ। ਉਹ ਜ਼ਿਆਦਾਤਰ ਜਿਹੜੇ ਡਿਪੈਂਡ ਕਰਦੇ ਨੇ ਉਹ ਡਿਪੈਂਡ ਕਰਦੇ ਨੇ ਕਿ ਆਲੇ ਦੁਆਲੇ ਤੋਂ ਕੀ ਖ਼ਬਰਾਂ ਆ ਰਹੀਆਂ ਨੇ। ਹੁਣ ਇੱਕ ਗੱਲ ਆ, ਮੰਨ ਲਓ ਇੱਕ ਸਲਾਹ ਮੈਂ ਅੱਜ ਤੋਂ ਇੱਕ ਸਾਲ ਪਹਿਲਾਂ ਦਿੱਤੀ ਹੋਵੇ ਜੀ, ਉਹਦੀ ਸਲਾਹ ਵਾ ਉਹ ਜੇ ਮੈਂ ਇੱਕ ਸਾਲ ਪਹਿਲਾਂ ਦਿੱਤੀ ਤੇ ਹੋ ਸਕਦਾ ਉਸ ਟਾਈਮ ਉਹ ਸਹੀ ਹੋ ਸਕਦੀ ਆ, ਬਟ ਅੱਜ ਦੀ ਡੇਟ ਵਿੱਚ ਹੋ ਸਕਦਾ ਉਹ ਸਲਾਹ ਨਾ ਸਹੀ ਹੋਵੇ। ਬਿਲਕੁਲ, ਸਮੀਕਰਨ ਬਦਲਦੇ ਨੇ, ਹਾਲਾਤ ਬਦਲਦੇ ਨੇ, ਕੁਛ ਵੀ ਥਿਰ ਨਹੀਂ ਰਹਿੰਦਾ। ਸੋ ਇਹ ਤਾਂ ਇਮੀਗ੍ਰੇਸ਼ਨ ਦੀ ਦੁਨੀਆ ਜਿਹੜੀ ਪੋਲੀਟੀਕਲੀ ਬਹੁਤ ਇਨਫਲੂਐਂਸ ਹੁੰਦੀ ਹੈ, ਸੋ ਉਸ ਹਿਸਾਬ ਨਾਲ ਗੱਲਾਂ ਬਾਤਾਂ ਦੀ ਤਬਦੀਲੀ ਹੁੰਦੀ ਰਹਿੰਦੀ ਹੈ। ਬਿਲਕੁਲ ਤੁਹਾਡੀ ਗੱਲ ਜਾਇਜ਼ ਹੈ ਜੀ। ਹੁਣ ਗੱਲ ਕੀ ਹੈਗੀ ਆ ਕਿ ਆਪਾਂ ਜੇ ਚੀਜ਼ ਨੂੰ ਧਿਆਨ ਨਾਲ ਦੇਖੀਏ, ਹੁਣ ਆਪਾਂ ਸਾਡੇ ਬਹੁਤ ਸਾਰੇ ਭੈਣ ਭਰਾ ਜਿਹੜਾ ਅੱਜ ਦਾ ਆਪਣਾ ਵਿਸ਼ਾ ਹੈ ਉਹ ਵਿਸ਼ਾ ਇਹ ਹੈਗਾ ਵਾ ਟੌਪਿਕ ਕਿ ਬਹੁਤ ਸਾਰੇ ਭੈਣ ਭਰਾ ਕੈਨਬਰਾ ਤਸਮੇਨੀਆ ਜਾ ਰਹੇ ਨੇ, ਬਟ ਉਹ ਦੁੱਖ ਕੀ ਲੱਗ ਰਿਹਾ ਕਿ ਜਿਹਨਾਂ ਨੂੰ ਅਸੀਂ ਇੱਕ ਸਾਲ ਪਹਿਲਾਂ ਗਿਆ ਸੀ ਭਾਈ ਜਾਓ, ਹਾਂਜੀ, ਉਹਨਾਂ ਨੂੰ ਫੋਲੋ ਨਾ ਕਰੋ, ਉਹਨਾਂ ਨੂੰ ਫੋਲੋ ਨਾ ਕਰੋ। ਉਹਦੇ ਪਿੱਛੇ ਕੀ ਕੰਡੀਸ਼ਨ ਹੈ ਕਿ ਦੇਖੋ ਹਰ ਸਾਲ ਇਹ ਫਾਈਨੈਂਸ਼ੀਅਲ ਈਅਰ ਹੈ, ਮੰਨ ਲਓ ਇਹ ਚੱਲ ਰਿਹਾ ਫਾਈਨੈਂਸ਼ੀਅਲ ਈਅਰ 17-18, ਮਤਲਬ ਸਾਲ 17-18 ਜਿਹੜਾ ਆਪਾਂ ਪੰਜਾਬੀ ਚ ਕਹਿੰਦੇ ਵਿੱਤੀਆ ਵਰਾ 17-18। ਇਸ ਤੋਂ ਪਹਿਲਾਂ ਜਿਹੜਾ ਸਾਲ ਸੀਗਾ ਉਹ ਸੀਗਾ ਜੀ 16-17, ਹਾਂਜੀ, ਤੇ ਉਸ ਤੋਂ ਪਹਿਲਾਂ ਜਿਹੜਾ ਸੀਗਾ ਉਹ ਸੀਗਾ 15-16, ਉਸ ਤੋਂ ਪਹਿਲਾਂ ਜਿਹੜਾ ਸੀਗਾ ਉਹ ਸੀਗਾ 14-15। ਹੁਣ ਜੇ ਜਿਹੜੇ ਬੰਦੇ ਸਿਆਣੇ ਨੇ, ਜਿਹੜੇ ਭੈਣ ਭਰਾ ਸਿਆਣੇ ਨੇ, ਉਹ ਕਾਪੀ ਪੈਨਸਲ ਜ਼ਰੂਰ ਲੈਣਗੇ, ਕਿਉਂਕਿ ਗੱਲਾਂ ਨਾਲ ਗੱਲਾਂ ਮਿਲਦੀਆਂ, ਕਰਨੀ ਨਾਲ ਕਰਨੀ ਮਿਲਦੀ ਆ। ਜੇ ਅਸੀਂ ਲਿਖ ਲਵਾਂਗੇ ਤੇ ਅਸੀਂ ਕੱਲ ਨੂੰ ਵਿਹਲੇ ਬਹਿ ਕੇ ਉੱਤੇ ਸੋਚ ਵਿਚਾਰ ਕਰ ਸਕਦੇ ਹਾਂ, ਪਰ ਜ਼ਿਆਦਾਤਰ ਲੋਕੀ ਕੀ ਕਰਦੇ ਆ, ਮੈਂ ਇੱਕ ਗੱਲ ਇੱਥੇ ਕਹਿਣਾ ਚਾਹਾਂਗਾ, ਕੱਲ ਮੇਰੇ ਕੋਲ ਇੱਕ ਇਟਾਲੀਅਨ ਕਲਾਇੰਟ ਆਇਆ, ਪਰ ਜਿੰਨੀ ਵਾਰੀ ਵੀ ਇਟਾਲੀਅਨ ਕਲਾਇੰਟ ਆਉਂਦੇ ਆਪਣੀ ਕਾਪੀ ਪੈਨਸਲ ਲੈ ਕੇ ਆਉਂਦੇ ਆ, ਕੁਸ਼ਚਨ ਪਹਿਲਾਂ ਲਿਖੇ ਹੁੰਦੇ ਆ ਤੇ ਸਾਨੂੰ ਪੁੱਛ ਕੇ ਪਹਿਲਾਂ ਤੇ ਕਹਿੰਦੇ ਸਾਡੇ ਸਵਾਲਾਂ ਦਾ ਜਵਾਬ ਦਿਓ ਜੀ। ਤੇ ਮੈਂ ਮਾਫੀ ਚਾਹੁੰਦਾ ਕਹਿੰਦਾ ਹੋਇਆ, ਜਿੰਨੀ ਵਾਰੀ ਸਾਡੇ ਕੋਲ ਪੰਜਾਬੀ ਕਲਾਇੰਟ ਆਉਂਦਾ
100 ਚੋਂ 95 ਸਿਰਫ ਆਸਥਾ ਚੈਨਲ ਵਾਂਗੂ ਪ੍ਰਵਚਨ ਸੁਣ ਕੇ ਚਲੇ ਜਾਂਦੇ ਆ ਤੇ ਬਾਬਾ ਜੀ ਪ੍ਰਵਚਨ ਸੁਣਾ ਰਹੇ ਆ। ਮੈਂ ਕਿਹਾ ਯਾਰ ਇੰਨੀਆਂ ਗੱਲਾਂ ਤੁਸੀਂ ਕਿੱਥੋਂ ਯਾਦ ਰੱਖੋਗੇ? ਪਰ ਕੀ ਕਰੀਏ, ਹੁਣ ਸਾਡਾ DNA ਇਦਾਂ ਦਾ ਵਾ ਕਿ ਅਸੀਂ ਸੋਚਦੇ ਹਾਂ ਕਿ ਸਭ ਕੁਛ ਯਾਦ ਰੱਖ ਲੈਣਾ, ਪਰ ਅਸੀਂ ਯਾਦ ਰੱਖ ਨਹੀਂ ਸਕਦੇ। ਹੁਣ ਇਸੇ ਕਰਕੇ ਮੈਂ ਕਿਹਾ ਪਹਿਲਾਂ ਕਾਪੀ ਪੈਨਸਲ ਚੱਕ ਲਓ ਤਾਂ ਕਿ ਤੁਸੀਂ ਡਾਟਾ ਲਿਖ ਸਕੋ ਆਪਣੀ ਕਾਪੀ ਪੈਨਸਲ, ਤੁਹਾਨੂੰ ਪਤਾ ਹੋਵੇ ਅਸੀਂ ਕੀ ਕਰਨਾ ਵਾ। ਜੀ ਦੇਖੋ ਜੀ, ਜਿਹੜਾ ਮੈਂ ਪਿਛਲੇ 3 ਸਾਲਾਂ ਦਾ ਡਾਟਾ ਲਊਂਗਾ, ਮੈਂ ਜ਼ਿਆਦਾ ਪਿੱਛੇ ਨਹੀਂ ਜਾਊਂਗਾ ਕਿਉਂਕਿ ਕਨਫਿਊਜ਼ ਹੋ ਜਾਓਗੇ। ਪਹਿਲਾ ਡਾਟਾ ਇਹ ਆ ਕਿ ਕੈਨਬਰਾ, ਜਿਹਨੂੰ ਆਪਾਂ ACT ਕਹਿ ਦਿੰਦੇ ਹਾਂ, ਤੇ ਤਸਮੇਨੀਆ, ਇਹ ਦੋਨਾਂ ਸਟੇਟਸ ਨੇ 15-16 ਦੇ ਵਿੱਚ ਜਿਹੜਾ ਡਾਟਾ ਸੀਗਾ ਉਹ ਇਹ ਸੀਗਾ ਕਿ ACT ਨੇ ਜਿਹੜੇ ਬੰਦੇ ਪੱਕੇ ਕੀਤੇ 190 ਵਿੱਚ ਕੈਨਬਰਾ ਵਿੱਚ, ਹਾਂਜੀ, ਉਹ ਅਰਾਊਂਡ 400 ਦੇ ਲਾਗੇ ਛਾਗੇ ਸੀਗੇ ਅਪਰੋਕਸੀਮੇਟਲੀ। ਜੀ ਤੇ ਤਸਮੇਨੀਆ ਨੇ ਕੀਤੇ ਜੀ ਅਰਾਊਂਡ 300। ਹੁਣ 14-15 ਦਾ ਜਿਹੜਾ ਹੈਗਾ ਤੁਹਾਡੇ ਕੋਲ ਡਾਟਾ, ਤੁਸੀਂ ਉਹ ਲਿਖ ਲਿਆ ਕਾਪੀ ਤੇ ਕਿ ਭਾਈ ਕੈਨਬਰਾ ਨੇ ਅੱਜ ਤੋਂ 3 ਸਾਲ ਪਹਿਲਾਂ ਕਿੰਨੇ ਬੰਦੇ ਪੱਕੇ ਕੀਤੇ ਤੇ ਤਸਮੇਨੀਆ ਵਾਲੇ ਨੇ ਕਿੰਨੇ ਕੀਤੇ। ਠੀਕ ਹੈ ਜੀ। ਹੁਣ ਆ ਜੋ ਪਿਛਲੇ ਸਾਲ ਦਾ ਡਾਟਾ, ਉਹ ਹੈਗਾ ਜੀ ਈਅਰ 16-17। 16-17 ਵਿੱਚ ਕੈਨਬਰਾ ਵਾਲਿਆਂ ਨੇ PR ਬੰਦਿਆਂ ਦਿੱਤੀ 552, 550 ਅਪਰੋਕਸੀਮੇਟਲੀ। ਠੀਕ ਹੈ ਜੀ। ਤੇ ਤਸਮੇਨੀਆ ਵਾਲੇ ਨੇ ਕਿੰਨਿਆਂ ਦਿੱਤੀ ਜੀ? ਨੀਅਰਲੀ 900। ਠੀਕ ਹੈ ਜੀ। ਠੀਕ ਹੈ। ਹੁਣ ਹਰ ਸਾਲ ਦੇਖੋ ਨੰਬਰ ਵੱਧ ਰਿਹਾ ਵਾ। ਹੁਣ ਅੱਗੇ ਲੈ ਲਓ ਆਪਾਂ ਡਾਟਾ ਲਈਏ ਜੀ ਈਅਰ 17-18, ਈਅਰ 17-18, ਇਹਦੇ ਤੇ ਕੀ ਹੈਗਾ ਵਾ ਜੀ? ACT ਹਜੇ ਤੱਕ, ਹਜੇ ਸਿਰਫ ਮੇਰੇ ਖਿਆਲ 28 ਦਿਨ ਰਹਿੰਦੇ ਆ, ਹਜੇ ਤੱਕ ਨੀਅਰਲੀ 725 ਲੋਕੀ, 725 ਲੋਕਾਂ ਨੂੰ ਪੱਕਾ ਕਰ ਚੁੱਕਿਆ ਵਾ ਕੈਨਬਰਾ। ਠੀਕ ਹੈ ਜੀ। ਤਕਰੀਬਨ 25 ਦਿਨ ਹੋਰ ਬਾਕੀ ਨੇ ਇਸ ਵਿੱਤੀ ਵਰੇ ਦੇ ਵਿੱਚ, ਲਾ ਲਓ ਤੁਸੀਂ 25-30 ਹੋਰ ਹੋ ਜਾਣਗੇ ਅਪਰੋਕਸੀਮੇਟਲੀ। ਤੇ ਜਿਹੜਾ ਹੈਗਾ ਵਾ ਤਸਮੇਨੀਆ, ਉਹ ਅਰਾਊਂਡ 10.5, ਮਤਲਬ ਤੁਸੀਂ ਲਾ ਲਓ 1000, ਸੋਰੀ 10.5 ਲੋਕਾਂ ਨੂੰ ਪੱਕਾ ਕਰ ਚੁੱਕਿਆ ਵਾ ਅਜੇ ਤੱਕ। 1050 ਲੋਕਾਂ ਨੂੰ। ਠੀਕ ਹੈ। ਹੁਣ ਅਗਲਾ ਫਾਈਨੈਂਸ਼ੀਅਲ ਈਅਰ ਸ਼ੁਰੂ ਹੋ ਰਿਹਾ ਜੀ 18-19 ਜੀ, ਉਹਦੇ ਵਿੱਚ ਨਵਾਂ ਡਾਟਾ ਉਹਨਾਂ ਕੋਲ ਆਉਣਾ ਵਾ ਤੇ ਉਹਨਾਂ ਨੇ ਨਵਾਂ ਨੰਬਰ ਸ਼ੁਰੂ ਕਰਨੇ ਆ। ਹੁਣ ਜਿਹੜੇ ਸਾਡੇ ਭੈਣ ਭਰਾ ਇਹ ਸੋਚ ਰਹੇ ਨੇ, ਅੱਜ ਮੈਨੂੰ ਕਈਆਂ ਦਾ ਮੈਸੇਜ ਵੀ ਆਇਆ ਕਿ ਭਾਜੀ ਜਿਹੜੇ ਲੋਕੀ ਚਲੇ ਗਏ ਨੇ, ਮੈਂ ਉਹਨਾਂ ਨੂੰ ਇੱਕ ਗੱਲ ਕਹੀ ਆ ਕਿ ਪਹਿਲੀ ਗੱਲ ਤੇ ਇਹ ਹੈਗੀ ਆ ਕਿ ਦੇਖੋ ਆਪਾਂ ਭੇਡਾਂ ਨਹੀਂ ਬਣਨਾ, ਅਸੀਂ ਸ਼ੀਪਸ ਨਹੀਂ ਬਣਨਾ, ਅਸੀਂ ਆਪਣੀਆਂ ਕੈਲਕੂਲੇਸ਼ਨ ਕਰਨੀਆਂ ਵਾ, ਕਿਉਂਕਿ ਬਾਜਵਾ ਇਮੀਗ੍ਰੇਸ਼ਨ ਕੰਸਲਟੈਂਟ ਹਮੇਸ਼ਾ ਕੈਲਕੂਲੇਸ਼ਨ ਦੀ ਰੋਟੀ ਖਾਂਦਾ ਰਿਹਾ ਤੇ ਆਪਣੇ ਕਲਾਇੰਟਸ ਨੂੰ ਉਸੇ ਕਰਕੇ ਮੰਜ਼ਿਲ ਤੇ ਪਹੁੰਚਾਉਂਦਾ ਰਿਹਾ ਵਾ। ਨੋ ਇਮੋਸ਼ਨਲ ਲੈਕਚਰ, ਇਮੋਸ਼ਨਲ ਲੈਕਚਰ ਸਿਰਫ ਹੁੰਦਾ ਤਿਆਰੀ ਕਰਨ ਵਾਸਤੇ ਕਿ ਲੜਾਈ ਵਿੱਚ ਜਾਣਾ ਵਾ, ਪਰ ਲੜਾਈ ਵਿੱਚ ਜਾਣ ਤੋਂ ਬਾਅਦ ਤੁਹਾਡੇ ਕੋਲ ਲੇਟੈਸਟ ਟੈਕਨੋਲੋਜੀ ਦੇ ਹਥਿਆਰ ਵੀ ਹੋਣੇ ਚਾਹੀਦੇ। ਉੱਥੇ ਜਾ ਕੇ ਆਪਾਂ ਜੇ ਡਾਂਗਾਂ ਨਾਲ ਲੜਾਂਗੇ ਜਾਂ ਕੁਛ ਸੁਨਮੁਖੀ ਕਰਾਂਗੇ, ਆਪਾਂ ਜਿੱਤ ਨਹੀਂ ਸਕਦੇ। ਠੀਕ ਹੈ ਜੀ। ਸੋ ਅੱਜ ਕੱਲ ਦੀ ਜਿਹੜੀ ਟੈਕਨੋਲੋਜੀ ਆ ਉਹ ਹੈਗੀ ਆ ਕੰਪਿਊਟਰ, ਤੇ ਕੰਪਿਊਟਰ ਚੋਂ ਕੱਢਾਂਗੇ ਡਾਟਾ, ਤੇ ਡਾਟਾ ਬਾਜਵਾ ਇਮੀਗ੍ਰੇਸ਼ਨ ਕੰਸਲਟੈਂਟ ਕੋਲ ਕਿਉਂ ਹੈਗਾ ਵਾ? ਕਿਉਂਕਿ ਪਿਛਲੇ 12 ਸਾਲਾਂ ਤੋਂ ਅਸੀਂ ਮਾਈਗ੍ਰੇਸ਼ਨ ਤੇ ਐਜੂਕੇਸ਼ਨ ਦੇ ਉੱਪਰ ਨਿਗਾਹ ਰੱਖ ਕੇ ਬਹਿੰਦੇ ਹਾਂ ਤੇ ਹਰ ਸਾਲ ਦਾ ਡਾਟਾ ਸਾਡੇ ਕੋਲ ਹੈਗਾ, ਅਸੀਂ ਅਪਡੇਟ ਕਰਦੇ ਰਹਿੰਦੇ ਹਾਂ ਜੀ। ਸੋ ਜਿਹੜੇ ਭੈਣ ਭਰਾ ਕੈਨਬਰਾ ਜਾ ਰਹੇ ਆ ਜਾਂ ਤਸਮੇਨੀਆ ਜਾ ਰਹੇ ਆ, ਇਹ ਸਟੇਟਸ ਨੂੰ ਹੁਣ ਅਵੋਇਡ ਕਰੋ ਥੋੜਾ ਜਿਹਾ। ਹੁਣ ਤੋਂ ਕਿਹਾ, ਪਿਛਲਿਆਂ ਨੂੰ ਮੈਂ ਕਿਹਾ ਪਿਛਲੇ ਮੇਰੇ ਹਿਸਾਬ ਨਾਲ ਸੇਫ ਆ ਜੀ। ਉਹਦਾ ਕਾਰਨ ਕੀ ਹੈਗਾ? ਮੰਨ ਲਓ ਕੈਨਬਰਾ ਵਾਲਿਆਂ ਨੇ ਅਗਲੇ ਸਾਲ ਮੰਨ ਲਓ 1000 ਬੰਦਿਆਂ ਨੂੰ PR ਦੇਣੀ ਆ, ਫੋਰ ਐਗਜ਼ਾਮਪਲ, ਉੱਥੇ ਬੰਦਾ ਪਹੁੰਚ ਗਿਆ 4-5 ਹਜ਼ਾਰ, ਉਹ ਕੀ ਕਰਨਗੇ? ਉਹਨਾਂ ਨੇ ਸੀਟਾਂ, ਉਹ ਦੇਖੋ ਜਿਹੜਾ ਰਸ਼ ਇਸ ਟਾਈਮ ਮੈਲਬਰਨ ਵਿੱਚ ਜਾਂ ਸਿਡਨੀ ਵਿੱਚ ਹੈਗਾ, ਜਿਹੜੇ ਪੜ੍ਹੇ ਲਿਖੇ ਲੋਕ, ਇੰਟੈਲੀਜੈਂਟ ਲੋਕ ਜਿਹੜੇ ਇੱਥੇ ਇੱਕਦਮ ਬਹੁਤ ਜ਼ਿਆਦਾ ਅਚਾਨਕ ਪੈਦਾ ਹੋ ਗਏ, ਅਕਾਊਂਟਿੰਗ ਵਾਲੇ, IT ਵਾਲੇ ਜਾਂ ਹੋਰ ਜੀ, ਉਹ ਸਾਰਾ ਰਸ਼ ਹੁਣ ਕਿੱਥੇ ਜਾਊਗਾ? ਚਲੋ ਜੀ
कैनबरा बुलावा आया है, पीआर वालों ने बुलाया है। हुँ। जो कैनबरा पहुंच गए तो उत्थे रश इकट्ठा हो गया, तो कैनबरा वाले भी पागल हो जाना, फिर कितने जावांगे। सो जिहड़े स्मार्ट लोग हैगे ने, जिहड़े इंटेलीजेंट लोग हैगे ने, वो पहला ही मैं कहना हुंदा वा, डोंट ड्राइव योर कार टूवर्ड्स द ट्रैफिक। ठीक है जी, जिहड़े पहला रश ज्यादा चलांदे आ उत्थे, हुण जिहड़े साडे भैण भरा टैक्सी चलांदे आ उह सोच उह देखदे, उहनां नूं पता वा कि जे गड्डी च कस्टमर बैठा वा ते गड्डी ट्रैफिक विच खड़ी आ, ਉਹਨੂੰ ਟਾਈਮ ਦੇ ਹਿਸਾਬ ਨਾਲ ਪੈਸੇ ਮਿਲਦੇ ਆ ਮੀਟਰ ਦੇ, ਜਿਹੜੇ ਬਹੁਤ ਘੱਟ ਨੇ, ਜਿਹੜੇ ਮੇਰੇ 50-60 ਆ ਸ਼ਾਇਦ। ਤੇ ਜੇ ਗੱਡੀ ਮੂਵ ਕਰ ਰਹੀ ਆ ਤੇ ਉਹਨੂੰ $1.5-2 ਪਰ ਕਿਲੋਮੀਟਰ ਮਿਲ ਰਹੇ ਨੇ। ਹਾਂਜੀ, ਤੇ ਜੇ ਆਪਾਂ ਟ੍ਰੈਫਿਕ ਸਟਕ ਆ ਤੇ ਆਪਾਂ ਨੂੰ ਕਸਟਮਰ ਵੀ ਨੀ ਮਿਲ ਰਿਹਾ ਕਿਉਂਕਿ ਟ੍ਰੈਫਿਕ ਮੂਵ ਨੀ ਹੋ ਰਿਹਾ, ਸਾਨੂੰ ਕਸਟਮਰ ਮਿਲ ਹੀ ਨੀ ਰਿਹਾ, ਗੱਡੀ ਖਾਲੀ ਜਾ ਰਹੀ ਆ ਜਾਂ ਆਪਾਂ ਕੋਲ ਸਵਾਰੀ ਨੀ ਹੈਗੀ। ਤੇ ਜੇ ਆਪਾਂ ਓਪੋਜਿਟ ਡਾਇਰੈਕਸ਼ਨ ਨੂੰ ਜਾਂਦੇ ਆ ਤੇ ਨੈਚੁਰਲ ਆ ਕਿ ਸਾਨੂੰ ਥੋੜੀ ਦੇਰ ਹੋਊਗਾ ਕਿ ਯਾਰ ਸਾਨੂੰ ਕਸਟਮਰ ਨੀ ਮਿਲ ਰਿਹਾ, ਬਟ ਸਾਨੂੰ ਜਦੋਂ ਕਸਟਮਰ ਮਿਲੇਗਾ ਨਾ, ਕਸਟਮਰ ਵੀ ਖੁਸ਼, ਡਰਾਈਵਰ ਵੀ ਖੁਸ਼, ਤੇ ਮੀਟਰ ਵੀ ਖੁਸ਼, ਤੇ ਪਾਕਟ ਵੀ ਖੁਸ਼। ਹਾਂਜੀ, ਕਿਉਂਕਿ ਆਪਾਂ ਜੇ ਟ੍ਰੈਫਿਕ ਵੱਲ ਜਾਂਦੇ ਆ ਤੇ ਆਪਾਂ ਨੂੰ ਫਰਸਟ੍ਰੇਸ਼ਨ ਹੁੰਦੀ ਆ, ਟ੍ਰੈਫਿਕ ਵਿੱਚ ਖੜਿਆ ਖਿੱਜ ਚੜ੍ਹਦੀ ਆ, ਪਰ ਓਪੋਜਿਟ ਟੂ ਟ੍ਰੈਫਿਕ ਜਾਂਦੇ ਆ ਸਾਨੂੰ ਖਿੱਜ ਨਹੀਂ ਚੜ੍ਹਦੀ, ਸਾਨੂੰ ਗੁੱਸਾ ਨਹੀਂ ਚੜ੍ਹਦਾ, ਕਿਉਂਕਿ ਸਾਡੇ ਮਾਇੰਡ ਸਾਡਾ ਕੂਲ ਰਹਿੰਦਾ ਵਾ। ਏਦਾਂ ਹੀ ਅਸੀਂ ਮੈਲਬਰਨ ਛੱਡਿਆ, ਅਸੀਂ ਸਿਡਨੀ ਛੱਡੀ, ਅਸੀਂ ਬ੍ਰਿਸਬਨ ਛੱਡਿਆ, ਅਸੀਂ ਸੁਣਿਆ ਕਿ ਸਾਡੇ ਯਾਰ ਦੋਸਤ ਕੈਨਬਰਾ ਜਾ ਰਹੇ ਆ, ਸਾਡੇ ਫਰੈਂਡ ਤਸਮੇਨੀਆ ਜਾ ਰਹੇ ਆ, ਚਲੋ ਵਾਪਸ। ਅਸੀਂ ਆਪਣੀ ਫਿਗਰ ਚੈੱਕ ਨਹੀਂ ਕੀਤੀ, ਕੈਲਕੂਲੇਸ਼ਨ ਨਹੀਂ ਕੀਤਾ ਆਪਾਂ, ਭਾਈ ਕਿੰਨੇ ਕੀ ਹਿਸਾਬ ਦਾ ਹੈਗਾ ਵਾ। ਉਸ ਕਰਕੇ ਕੀ ਹੋਇਆ ਵਾ, ਉੱਥੇ ਜਦੋਂ ਰਸ਼ ਪੈ ਗਿਆ ਫਿਰ ਲੋਕਾਂ ਨੇ ਕਹਿਣਾ ਯਾਰ ਅਸੀਂ ਜਿੱਥੇ ਜਾਂਦੇ ਹਾਂ ਉੱਥੇ ਸਭ ਕੁਛ ਬੰਦ ਹੋ ਜਾਂਦਾ ਵਾ। ਪਹਿਲਾਂ ITA ਕਾਊਂਟਿੰਗ ਸ਼ੁਰੂ ਕੀਤੀ, ਉੱਥੇ ਬੰਦ ਹੋ ਗਿਆ, ਹੁਣ ਅਸੀਂ ਕੈਨਬਰਾ ਆਏ ਜਾਂ ਤਸਮੇਨੀ ਆਇਆ, ਹੁਣ ਇੱਥੇ ਬੰਦ ਹੋ ਗਿਆ, ਅਸੀਂ ਕਿੱਥੇ ਜਾਈਏ, ਸਾਡੇ ਤਾਂ ਸਾਰੇ ਪਾਸੇ ਚੀਟਿੰਗ ਹੋ ਰਹੀ ਆ। ਦੇਖੋ ਚੀਟਿੰਗ ਹੋ ਰਹੀ ਆ, ਉਹਦਾ ਕਾਰਨ ਕੀ ਹੈਗਾ ਵਾ ਕਿ ਆਪਾਂ ਆਪਣਾ ਹੋਮਵਰਕ ਨਹੀਂ ਕਰਦੇ। ਸੋ ਜੇ ਅਸੀਂ ਆਪਣਾ ਹੋਮਵਰਕ ਕਰਕੇ ਜਾਵਾਂਗੇ ਸੁਰਿੰਦਰ ਜੀ, ਤਾਂ ਸਾਡੇ ਨਾਲ ਚੀਟਿੰਗ ਨਹੀਂ ਹੋਊਗੀ। ਓਵਰਆਲ ਕੀ ਹੈਗਾ ਵਾ ਕਿ ਕੈਨਬਰਾ ਦੀਆਂ ਸੀਟ ਇਸ ਸਾਲ ਦੀਆਂ ਤੇ ਪਿਛਲੇ ਸਾਲ ਦੀਆਂ ਤੇ ਉਸ ਤੋਂ ਪਿਛਲੇ ਸਾਲ ਦੀਆਂ ਕੰਪੇਅਰ ਕਰੋ ਜੀ। ਉਸ ਤੋਂ ਬਾਅਦ ਤਸਮੇਨੀਆ ਦੀਆਂ ਸੀਟਸ ਇਸ ਸਾਲ ਦੀਆਂ ਪਿਛਲੇ ਸਾਲ ਦੀਆਂ ਉਸ ਤੋਂ ਪਿਛਲੇ ਸਾਲ ਦੀਆਂ ਕੰਪੇਅਰ ਕਰੋ ਜੀ। ਫਿਰ ਉੱਥੇ ਹਰੇਕ ਕਾਲਜ ਵਿੱਚ ਕਿੰਨੇ ਕੁ ਬੱਚੇ ਗਏ ਨੇ ਪੜ੍ਹਨ ਵਾਸਤੇ ਉਹਨੂੰ ਪਲੱਸ ਕਰੋ ਜੀ। ਪਲੱਸ ਕਰਨ ਤੋਂ ਬਾਅਦ ਦੇਖੋ ਕਿ ਉਹਨਾਂ ਨੇ ਕਿੰਨੇ ਕੁ ਬੰਦਿਆਂ ਨੂੰ PR ਇਸ ਸਾਲ ਦਿੱਤੀ ਆ, ਫਿਰ ਉਹਦੇ ਹਿਸਾਬ ਨਾਲ ਰੇਸ਼ੋ ਕੱਢੋ ਜੀ। ਤੇ ਉਸ ਤੋਂ ਬਾਅਦ ਤੁਸੀਂ ਫਾਈਨਲਾਈਜ਼ ਕਰੋ ਕਿ ਅਸੀਂ ਕੈਨਬਰਾ ਜਾਂ ਤਸਮੇਨੀਆ ਦੀ ਜਗ੍ਹਾ ਆਪਾਂ ਕਿਸੇ ਹੋਰ ਸਟੇਟ ਵਿੱਚ ਜਾ ਸਕਦੇ ਆ, ਜਿਹਦੇ ਵਿੱਚ ਸਾਊਥ ਆਸਟ੍ਰੇਲੀਆ ਵੀ ਆਉਂਦਾ ਵਾ, ਨਾਰਥਰਨ ਟੈਰੀਟਰੀ ਵੀ ਆਉਂਦਾ ਵਾ, ਜਾਂ ਸਾਨੂੰ ਆਪਣਾ ਆਕੂਪੇਸ਼ਨ ਚੇਂਜ ਕਰਨ ਵਿੱਚ ਫਾਇਦਾ ਵਾ, ਕੀ ਅਸੀਂ ਅਕਾਊਂਟਿੰਗ ਤੇ IT ਵਿੱਚ ਹੀ ਮੱਥਾ ਮਾਰਦੇ ਰਹਾਂਗੇ, ਕੀ ਅਸੀਂ ਆਪਣਾ ਆਕੂਪੇਸ਼ਨ ਪੇਂਟਰ, ਮੋਟਰ ਮਕੈਨਿਕ, ਸ਼ੈਫ, ਕੁੱਕ, ਕਾਰਪੈਂਟਰ, ਵੈਲਡਰ ਵਿੱਚ ਵੀ ਚੇਂਜ ਕਰ ਸਕਦੇ ਹਾਂ, ਜਾਂ ਅਸੀਂ ਜੇ ਸਾਡੇ ਕੋਲ ਪੈਸੇ ਹੈਗੇ ਆ, ਟਾਈਮ ਹੈਗਾ ਵਾ, ਦਿਮਾਗ ਹੈਗਾ ਵਾ, ਅਸੀਂ ਮਾਸਟਰ ਆਫ ਨਰਸਿੰਗ ਕਰ ਲਈਏ, ਮਾਸਟਰ ਆਫ ਸੋਸ਼ਲ ਵਰਕ ਕਰ ਲਈਏ, ਡਿਪਲੋਮਾ ਆਫ ਨਰਸਿੰਗ ਕਰ ਲਈਏ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਕੈਲਕੂਲੇਟ ਕਰਨੀਆਂ ਪੈਣੀਆਂ। ਕਈ ਸਾਡੇ ਭੈਣ ਭਰਾ ਹਜੇ ਵੀ ਵਿਚਾਰੇ ਪੁਰਾਣੀ ਵਾਜਾ ਵਜਾਈ ਜਾਂਦੇ ਆ, ਉਹ ਕੀ ਆ, ਪ੍ਰੋਫੈਸ਼ਨਲ ਈਅਰ ਕਰੋ। ਹੁਣ ਨਵਾਂ ਸ਼ੋਸ਼ਾ ਕੱਢਿਆ ਜੰਟਾ ਨੇ, ਮੈਂ ਦੇਖਿਆ ਸੀ ਇੱਕ ਦਿਨ ਫੇਸਬੁੱਕ ਤੇ, ਕਹਿੰਦੇ ਜੀ ਪ੍ਰੋਫੈਸ਼ਨਲ ਈਅਰ ਕਰੋ, ਜੇ ਅਕਾਊਂਟਿੰਗ ਦੇ IT ਲਿਸਟ ਵਿੱਚੋਂ ਨਿਕਲ ਗਏ ਅਸੀਂ ਪੈਸੇ ਵਾਪਸ ਕਰਾਂਗੇ। ਉਹ ਭਲਿਓ ਲੋਕੋ, ਕਿਉਂ ਵਿਚਾਰਿਆਂ ਨੂੰ, ਲੁੱਟਿਆਂ ਨੂੰ ਹੋਰ ਲੁੱਟਦੇ ਪਏ ਹੋ? ਹੁਣ ਪ੍ਰੋਫੈਸ਼ਨਲ ਈਅਰ ਤੇ ਅਕਾਊਂਟਿੰਗ ਦਾ ਫਾਇਦਾ ਕੀ ਆ, ਤੁਹਾਨੂੰ 5 ਪੁਆਇੰਟ ਐਕਸਟਰਾ ਮਿਲਦੇ ਆ ਤੇ ਤੁਹਾਡੀ ਡਿਗਰੀ ਅਸੈਸ ਹੋ ਜਾਂਦੀ ਆ, ਪਰ ਇਹ ਦੋਨਾਂ ਚੀਜ਼ਾਂ ਦਾ ਫਾਇਦਾ ਕੀ ਆ ਜੇ ਪੁਆਇੰਟ ਹੀ ਨਹੀਂ ਪੂਰੇ ਹੋਣੇ? ਤੁਸੀਂ ਕਿਉਂ ਲੋਕਾਂ ਦਾ ਟਾਈਮ ਖਰਾਬ ਕਰਾ ਰਹੇ ਹੋ ਯਾਰ? ਕਿਉਂਕਿ ਅਕਾਊਂਟਿੰਗ ਦੇ ਪੁਆਇੰਟਸ ਦੀ ਜਿਹੜੀ ਰਿਕੁਆਇਰਮੈਂਟ ਆ ਬਹੁਤ ਜ਼ਿਆਦਾ ਹੈ, ਤੇ ਆਮ ਤੌਰ ਦੇ ਉੱਤੇ ਉਹ ਪ੍ਰੋਫੈਸ਼ਨਲ ਈਅਰ ਦੇ ਨਾਲ ਪੁਆਇੰਟ ਨਹੀਂ ਹਾਸਲ ਕੀਤੇ ਜਾ ਸਕਦੇ ਅਨਲੈਸ ਤੇ ਤੁਹਾਡੇ ਕੋਲ ਬਹੁਤ ਜ਼ਿਆਦਾ ਐਕਸਪੀਰੀਅੰਸ ਹੈ ਉਸ ਫੀਲਡ ਦੇ ਵਿੱਚ। ਸਰ ਜੀ ਇੱਕ ਛੋਟਾ ਜਿਹਾ ਬੱਚਾ ਵਿਚਾਰਾ ਛਾਲਾ ਮਾਰਦਾ ਪਿਆ, ਉਹ ਵਿਚਾਰਾ ਬਾਲ ਨੂੰ ਫੜਨ ਦੀ ਕੋਸ਼ਿਸ਼ ਕਰਦਾ, ਬਾਲ ਹੋਰ ਉੱਪਰ ਹੋ ਜਾਂਦੀ ਆ, ਉਹ ਹੋਰ ਛਾਲ ਮਾਰਦਾ, ਬਾਲ ਹੋਰ ਉੱਪਰ ਹੋ ਜਾਂਦੀ ਆ,
ਉਹ ਬੱਚਾ ਵਿਚਾਰਾ ਸ਼ਾਮ ਤੱਕ ਲੱਗਾ ਰਹਿੰਦਾ, ਹਾਰ ਕੇ ਉਹਨੂੰ ਪਤਾ ਲੱਗਦਾ ਮੈਂ ਨੀ ਬੇਵਕੂਫ, ਬਾਲ ਬੇਵਕੂਫ ਬਣਾ ਰਹੀ ਮੈਨੂੰ, ਜਿਹੜਾ ਉੱਪਰ ਕਰ ਰਿਹਾ ਉਹ ਬੇਵਕੂਫ ਬਣਾ ਰਿਹਾ ਵਾ। ਅਸੀਂ ਵੀ ਇਮੀਗ੍ਰੇਸ਼ਨ ਦੀ ਲਾਈਨ ਵਿੱਚ ਜਿਹੜੇ ਬੱਚੇ ਇੱਥੇ ਪੜ੍ਹਨ ਆ ਰਹੇ ਨਾ, ਡਜ਼ਨਟ ਮੈਟਰ ਉਹ ਜਿੰਨੇ ਮਰਜ਼ੀ ਇੰਟੈਲੀਜੈਂਟ ਹੋਣ, ਸਾਡੇ ਤੋਂ ਵੀ ਕਈ ਬੱਚੇ ਬਹੁਤ ਇੰਟੈਲੀਜੈਂਟ ਆ ਕਿਤਾਬੀ ਗਿਆਨ ਵਿੱਚ, ਕਿਉਂ ਕਿ ਪਰ ਉਹਨਾਂ ਕੋਲ ਫਿਗਰਸ ਨੀ ਹੈਗੀਆਂ, ਉਹਨਾਂ ਕੋਲ ਡਾਟਾ ਨੀ ਹੈਗਾ। ਹੁਣ ਸਾਡੇ ਕੋਲ ਫਿਗਰਸ ਆ, ਅਸੀਂ ਪਿਛਲੇ 12 ਸਾਲ ਤੋਂ ਦੇਖ ਰਹੇ ਹਾਂ ਕਿ ਕਿੱਦਾਂ ਕਿੱਦਾਂ ਬੇਈਮਾਨੀ, ਧੋਖਾ, ਝੂਠ ਵਿਕ ਰਿਹਾ ਵਾ ਜੀ। ਮੈਂ ਇਹ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਵਾ, ਪਿਛਲੇ 2 ਹਫ਼ਤਿਆਂ ਚ 25+ ਲੋਕ ਮੇਰੇ ਥਰੂ PR ਹੋਏ ਆ, 25+ ਜੀ। ਔਰ ਉਹ ਜਿਹੜੇ ਲੋਕ PR ਹੋਏ ਆ ਨਾ, ਉਹਨਾਂ ਚੋਂ 99% ਲੋਕ ਜਿਹੜੇ ਨੇ ਸ਼ੈਫ, ਕੁੱਕ, ਮੋਟਰ ਮਕੈਨਿਕ, ਨਰਸਿਸ, ਅਕਾਊਂਟਿੰਗ, IT ਵਾਲਾ ਇੱਕ ਵੀ ਨਹੀਂ ਹੋਇਆ। ਉਹ ਤਾਂ ਸਾਨੂੰ ਸਗੋਂ ਸਾਡੇ ਤੇ ਖਿੱਚਦੇ ਆ ਕੇ, ਕਿਉਂ ਉਹਨਾਂ ਨੂੰ ਲੁੱਟ ਲਿਆ ਲੋਕਾਂ ਨੇ। ਹੁਣ ਲੋਕਾਂ ਨੇ ਉਹਨਾਂ ਨੂੰ ਲੁੱਟ ਲਿਆ, ਉਹ ਵਿਚਾਰੇ ਜਿੱਥੇ ਜਾਂਦੇ ਆ ਨਾ, ਉੱਥੇ ਉਹ ਹਰੇਕ ਨੂੰ ਗਲਤ ਨਿਗਾਹ ਨਾਲ ਹੀ ਦੇਖਦੇ ਆ। ਉਹਨਾਂ ਨੂੰ ਕੀ ਲੱਗਦਾ ਵਾ, ਜਿੱਦਾਂ ਨਾ ਕਹਿਣਾ ਨੀ ਵੈਸੇ ਚਾਹੀਦਾ, ਐਗਜ਼ਾਮਪਲ ਮੈਂ ਥੋੜੀ ਦੇਣ ਲੱਗਾ, ਉਹਨਾਂ ਨੂੰ ਕਿਹਦਾ ਇੱਕ ਡਿਵੋਰਸ ਹੋਇਆ ਹੋਵੇ ਨਾ, ਉਹਨੂੰ ਛੇਤੀ ਦੂਜੇ ਵੀ ਪਾਰਟਨਰ ਤੇ ਦੁਬਾਰ ਨੀ ਆਉਂਦਾ, ਉਹਨੂੰ ਲੱਗਦਾ ਇਹ ਵੀ ਉਹਦੇ ਵਰਗਾ ਹੀ ਆ। ਜੇ ਕਿਸੇ ਨੂੰ ਇੱਕ ਜਗ੍ਹਾ ਤੋਂ ਘਾਟਾ ਪਿਆ ਹੋਵੇ, ਇੱਕ ਜਗ੍ਹਾ ਤੋਂ ਸ਼ੱਕ ਦੀ ਨਿਗਾਹ ਨਾਲ ਦੇਖਦੇ ਆ। ਸੋ ਅਸੀਂ ਲੋਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਦੇਖੋ ਸ਼ੱਕ ਕਰੋ, ਬਟ ਜਿਹੜਾ ਬੰਦਾ ਤੁਹਾਨੂੰ ਇਨਫੋਰਮੇਸ਼ਨ ਦਿੰਦਾ ਹੈ ਨਾ, ਉਹਦਾ ਹੋਮਵਰਕ ਵੀ ਦੇਖੋ ਨੇ ਕੀ ਕੀਤਾ ਵਾ। ਬਿਲਕੁਲ, ਸੋ ਬਾਜੋ ਸਾਹਿਬ ਬਹੁਤ ਸਾਰੇ ਮਾਤੜ ਜਿਹੜੇ ਹੋਣਗੇ ਉਹ ਇਸ ਤਰੀਕੇ ਨਾਲ ਵਰਕਆਊਟ ਨਹੀਂ ਕਰ ਸਕਦੇ, ਇਹਨੇ ਸਮਾਰਟ ਜਾਂ ਕਹਿ ਲਓ ਵੀ ਨਹੀਂ ਕਰਨਾ ਚਾਹੁੰਦੇ, ਸੋ ਤੁਸੀਂ ਇਸ ਤਰੀਕੇ ਦੀਆਂ ਸੇਵਾਵਾਂ ਦਿਓਗੇ, ਤੁਸੀਂ ਇਹਨਾਂ ਨੂੰ ਮਾਰਗਦਰਸ਼ਨ ਕਰੋਗੇ, ਦੱਸੋਗੇ ਕਿ ਲਿਸਟ ਜਿਹੜੀ ਵੀ ਕੈਲਕੂਲੇਸ਼ਨ ਤੁਸੀਂ ਗੱਲਬਾਤ ਕੀਤੀ ਹੈ, ਸੋ ਤੁਸੀਂ ਇਸ ਤਰੀਕੇ ਨਾਲ ਕੱਢ ਕੇ ਉਹਨਾਂ ਨੂੰ ਰਾਹ ਪਾ ਸਕਦੇ ਹੋ। ਸਰ ਜੀ ਅਸੀਂ ਨਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਰਾਣੀ ਦਾ ਜਨਮ ਦਿਨ ਅਸੀਂ ਮਨਾਈਏ, ਇਹਨਾਂ ਦੇ ਸਿਰ ਤੇ ਮੁਕਟ ਤਾਜ ਰੱਖ ਕੇ, ਕਰਾਊਨ ਰੱਖ ਕੇ, ਮੁਕਟ ਰੱਖ ਕੇ ਆਪਣੇ ਸਟੂਡੈਂਟ ਦੇ ਸਿਰ ਤੇ। ਦੋ ਗੱਲਾਂ ਵਾ, ਹਾਂਜੀ, ਤਿੰਨ ਪ੍ਰਕਾਰ ਦੀ ਬੰਦਾ ਰੋਟੀ ਕਮਾਉਂਦਾ ਜ਼ਿੰਦਗੀ ਵਿੱਚ, ਹਰੇਕ ਬੰਦਾ, ਕੋਈ ਜੰਮਦਾ ਹੀ ਕੋਈ ਸਾਧੂ ਹੋਊਗਾ, ਜੰਮਦਾ ਕੋਈ ਸਾਧੂ ਨਹੀਂ ਹੁੰਦਾ। ਪਹਿਲਾ ਬੰਦਾ ਜਦੋਂ ਬਿਜ਼ਨਸ ਸ਼ੁਰੂ ਕਰਦਾ, ਬੰਦਾ ਕਰਦਾ ਪੈਸਾ 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 ਪੈਸਾ, ਫਿਰ ਬੰਦੇ ਨੂੰ ਥੋੜਾ ਜਿਹਾ ਜਦੋਂ ਬੰਦੇ ਨੂੰ ਕੋਈ 4 ਪੈਸੇ ਹੋ ਜਾਂਦੇ, ਬੰਦਾ ਕਹਿੰਦਾ ਯਾਰ ਹੁਣ ਮੈਂ ਪੈਸੇ ਕਮਾਏ ਆ, ਮੈਂ ਇੱਜ਼ਤ ਵੀ ਕਮਾਵਾ। ਫਿਰ ਬੰਦਾ ਕਹਿੰਦਾ ਇੱਜ਼ਤ ਤੇ ਪੈਸਾ, ਇੱਜ਼ਤ ਪਹਿਲਾਂ ਫਿਰ ਪੈਸਾ। ਫਿਰ ਇੱਕ ਬੰਦਾ ਹੋਰ ਸਾਡੇ ਉੱਪਰ ਚੱਲ ਜਾਂਦਾ, ਜਦੋਂ ਬੰਦਾ ਬਾਣੀ ਪੜ੍ਹਦਾ, ਧਰਮ ਸ਼ਾਸਤਰਾਂ ਨੂੰ ਸੁਣਦਾ, ਲੋਕਾਂ ਕੋਲੋਂ ਗੱਲਾਂ ਨੂੰ ਸੁਣਦਾ, ਦੁੱਖ ਦਰਦ, ਫਿਰ ਬੰਦਾ ਕਹਿੰਦਾ ਯਾਰ ਪੈਸਾ ਆਉਂਦਾ ਰਹੂਗਾ, ਕਿਤੇ ਇੱਜ਼ਤ ਨਾ ਚਲੀ ਜਾਵੇ। ਸੋ ਤਿੰਨ ਕੈਟੇਗਰੀਆਂ ਦੇ ਤੁਹਾਨੂੰ ਏਜੰਟ ਮਿਲਣਗੇ, ਪਹਿਲਾਂ ਪੈਸਾ ਪੈਸਾ ਪੈਸਾ, ਦੂਜਾ ਇੱਜ਼ਤ ਪਲੱਸ ਪੈਸਾ, ਜਿਹੜੇ ਤੀਜੇ ਆ ਉਹ ਕੱਲਾ ਇੱਜ਼ਤ ਤੇ ਉਹਦੇ ਨਾਲ ਪੈਸਾ। ਸੋ ਅਸੀਂ ਹੁਣ ਤੀਜੀ ਕੈਟਾਗਰੀ ਚ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਥੋੜੇ ਬਹੁਤੇ ਆ ਵੀ ਗਏ ਹਾਂ ਕਿ ਭਾਈ ਪਹਿਲਾਂ ਕਲਾਇੰਟ ਸੈਟਿਸਫੈਕਸ਼ਨ, ਉਹਨਾਂ ਦਾ ਡਾਟਾ ਦਿਓ, ਉਹਨਾਂ ਨੂੰ ਸਮਝਾਓ, ਤੇ ਉਸ ਤੋਂ ਬਾਅਦ ਠੀਕ ਆ ਅਸੀਂ ਆਪਣੀ ਮਿਹਨਤ, ਆਪਣੇ ਖਰਚੇ ਪੂਰੇ ਕਰਨ ਵਾਸਤੇ, ਆਪਣਾ ਪਰਿਵਾਰ ਪਾਲਣ ਵਾਸਤੇ ਤੁਹਾਡੇ ਕੋਲੋਂ ਪੈਸੇ ਲੈਣੇ ਆ, ਪਰ ਉਹ ਪੈਸੇ ਇਸ ਕਰਕੇ ਨਹੀਂ ਲਵਾਂਗੇ ਕਿ ਕੱਲ ਨੂੰ ਤੁਹਾਡਾ ਨੁਕਸਾਨ ਹੋ ਜਾਏ ਤਾਂ ਅਸੀਂ ਹੱਸੀਏ ਕਿ ਬਈ ਸਾਡੇ ਘਰੇ ਤੇ ਦੀਵਾਲੀ ਆ ਤੇ ਤੁਹਾਡੇ ਘਰੇ ਮਾਤਮ ਆ, ਉਹ ਅਸੀਂ ਕੰਮ ਨਹੀਂ ਕਰਦੇ। ਸੋ ਮੈਂ ਤੁਹਾਨੂੰ ਅੱਜ ਇੱਕ ਡਾਟਾ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਜਿਹਨਾਂ ਵੀਰਾਂ ਨੇ, ਜਿਹਨੇ ਭੈਣ ਭਰਾਵਾਂ ਨੇ, ਜਿਹਨਾਂ ਬ੍ਰਦਰ ਸਿਸਟਰਸ ਨੇ ਤਸਮੇਨੀਆ ਤੇ ਕੈਨਬਰਾ ਦੀ ਟੇਪ ਵਜਾਈ ਆ, ਉਹ ਟੇਪ ਥੋੜੀ ਦੇਰ ਵਾਸਤੇ ਬੰਦ ਕਰੋ, ਆਪਣਾ ਕਲੀਅਰ ਕਰੋ ਕਿ ਭਾਈ ਅਕਾਊਂਟਿੰਗ ਅੱਜ ਕਿਉਂ ਬਦਨਾਮ ਹੋਈ ਆ, IT ਅੱਜ ਕਿਉਂ ਬਦਨਾਮ ਹੋਈ ਆ, ਉਹਦੇ ਪਿੱਛੇ ਰੀਜ਼ਨ ਕੀ ਹੈਗੇ ਆ, ਇਹ ਤੁਹਾਨੂੰ ਸਮਝਣੇ ਪੈਣੇ ਆ। ਉਹਦਾ ਕਾਰਨ ਕੀ ਹੈਗਾ ਵਾ, ਹੁਣ ਵੀ ਇੰਡੀਆ ਤੋਂ ਲੋਕ ਆ ਰਹੇ ਆ, ਮੈਂ ਮੰਨੋਗੇ ਆ ਪਿਛਲੇ 20 ਦਿਨਾਂ ਦੇ ਵਿੱਚ ਮੇਰੇ ਘੱਟ ਤੋਂ ਘੱਟ 25 ਤੋਂ 30 ਵੀਜ਼ੇ ਮੇਰੇ ਖਿਆਲ ਅਪਰੋਕਸੀਮੇਟਲੀ 30 ਲਾ ਲਓ ਸਟੂਡੈਂਟ ਵੀਜ਼ੇ ਇੰਡੀਆ ਤੋਂ ਆਏ ਆਸਟ੍ਰੇਲੀਆ ਦੇ, ਸਟੂਡੈਂਟ ਵੀਜ਼ੇ ਇੰਡੀਆ ਤੋਂ ਆਸਟ੍ਰੇਲੀਆ ਦੇ। ਹਾਂਜੀ, ਕੀ ਬਾਤ ਹੈ ਜੀ। ਹੁਣ ਉਹ 30 ਚੋਂ ਜੇ ਆਪਾਂ ਲਾ ਲਈਏ ਤੇ ਜਿਹੜੇ ਮੇਰੇ ਖਿਆਲ 22 ਜਾਂ 25 ਬੰਦੇ ਹੋਣਗੇ ਉਹ ਕਾਊਂਟਿੰਗ ਦੇ IT ਚ ਆ ਰਹੇ ਆ। ਹੁਣ ਦੇਖੋ ਜੀ, ਮੇਰੇ ਨੂੰ ਕਮਿਸ਼ਨ ਆ ਜਾਣਾ, ਮੇਰੀ ਜੇਬ ਤੇ ਹੋ ਜਾਣੀ ਆ ਗਰਮ, ਸਾਡੇ ਘਰੇ ਤੇ ਬਹੁਤ ਖੁਸ਼ ਆ ਜੀ, ਮਨੀ ਆ ਰਹੀ, ਟਰਨ ਓਵਰ ਵੱਧ ਰਹੀ ਆ, ਵੈਰੀ ਹੈਪੀ।
ਬਟ ਤੁਸੀਂ ਕੀ ਹੋਮਵਰਕ ਕੀਤਾ? ਦੇਖੋ ਏਦਾਂ ਵਾ ਕਿ ਇਮੀਗ੍ਰੇਸ਼ਨ ਡਿਪਾਰਟਮੈਂਟ ਕਹਿੰਦਾ ਵਾ ਕਿ ਇੱਕ ਦਰਵਾਜ਼ਾ ਵਾ ਸਟੂਡੈਂਟ ਵੀਜ਼ੇ ਦਾ, ਇੱਕ ਦਰਵਾਜ਼ਾ ਵਾ ਪੀਆਰ ਦਾ, ਇੱਕ ਦਰਵਾਜ਼ਾ ਵਾ ਟੂਰਿਸਟ ਵੀਜ਼ੇ ਦਾ। ਇਹ ਤਿੰਨਾਂ ਦਰਵਾਜ਼ਿਆਂ ਚ ਵੜਨ ਦੀ ਰਿਕੁਆਇਰਮੈਂਟ ਅਲੱਗ ਅਲੱਗ ਹੈਗੀ ਆ। ਜੇ ਆਪਾਂ ਟੂਰਿਸਟ ਵੀਜ਼ੇ ਨੂੰ ਸਟੂਡੈਂਟ ਵੀਜ਼ੇ ਚੇਂਜ ਕਰਨਾ, ਇਹਦੀ ਰਿਕੁਆਇਰਮੈਂਟ ਵੱਖਰੀ ਆ। ਜੇ ਆਪਾਂ ਨੂੰ ਸਟੂਡੈਂਟ ਵੀਜ਼ੇ ਵਿੱਚ ਪੀ ਆਰ ਦੇ ਸੁਪਨੇ ਆਉਂਦੇ ਆ, ਉਹਦੀ ਰਿਕੁਆਇਰਮੈਂਟ ਵੱਖਰੀ ਆ। ਬਿਲਕੁਲ। ਹੁਣ ਜਿਹਨਾਂ ਨੇ ਇਹ ਜਿਹੜਾ ਤੁਹਾਨੂੰ ਇੱਕ ਬਿਜ਼ਨਸ, ਦੇਖੋ ਉਹ ਬਿਜ਼ਨਸ ਕਰ ਰਹੇ ਆ ਮਾਈਗ੍ਰੇਸ਼ਨ ਆਸਟ੍ਰੇਲੀਆ ਵਾਲੇ ਨਾਲ, ਤੁਹਾਡੇ ਨਾਲ, ਉਹ ਕਹਿੰਦੇ ਆ ਕਿ ਇੰਨਾ ਬੱਚਾ ਆਏਗਾ, ਇੰਨਾ ਪੈਸਾ, ਇੰਨੇ ਬਿਲੀਅਨ ਡਾਲਰ ਆਸਟ੍ਰੇਲੀਆ ਵਿੱਚ ਆਏਗਾ, ਇਕੋਨਮੀ ਸਟਰੋਂਗ ਹੋਏਗੀ, ਲੋਕਾਂ ਨੂੰ ਜੋਬਾਂ ਮਿਲਣਗੀਆਂ। ਉਹ ਫਿਗਰ ਆਪਣੀਆਂ ਕੈਲਕੂਲੇਸ਼ਨ ਕਰਦੇ ਆ। ਤੁਸੀਂ ਕੀ ਸੋਚਦੇ ਹੋ? ਉਹ ਲੈ ਬਈ ਸਾਡੀ ਰੱਬ ਨੇ ਸੁਣ ਲਈ, ਸਾਡੀ ਕਿਸਮਤ ਖੁੱਲ ਗਈ, ਅਸੀਂ ਆਸਟ੍ਰੇਲੀਆ ਆ ਗਏ, ਬੱਲੇ ਬੱਲੇ ਹੋ ਗਈ। ਇਹ ਜਿਹੜੀਆਂ ਚੀਜ਼ਾਂ ਨਾ, ਇਹ ਦੇਖੋ ਇਹ ਉਹੀ ਹੈਗੀ ਆ ਕਿ ਸੋਰੀ ਇਹਨਾਂ ਦੇ ਗਿਰਜੇ ਘਰ ਖਾਲੀ ਹੋ ਗਏ, ਤੇ ਸਾਡੇ ਗੁਰਦੁਆਰਾ ਚ ਜਿਹੜੀਆਂ ਲਾਈਨਾਂ ਵਾ, ਮੈਨੂੰ ਯਾਦ ਅਸੀਂ ਦਰਬਾਰ ਸਾਹਿਬ ਜਾਂਦੇ ਹੁੰਦੇ ਸੀਗੇ 95 ਵਿੱਚ, ਕਿਉਂਕਿ ਅੰਮ੍ਰਿਤਸਰ ਖਾਲਸਾ ਕਾਲਜ ਪੜ੍ਹਿਆ 95 ਵਿੱਚ, ਤੇ ਉੱਥੇ ਨਾ 10 ਮਿੰਟਾਂ ਚ ਨੰਬਰ ਆ ਜਾਂਦਾ ਹੁੰਦਾ ਸੀਗਾ, ਜਿਹੜੀ ਆਪਾਂ ਜਦੋਂ ਆਪਾਂ ਜਾਂਦੇ ਆ ਦਰਸ਼ਨ ਕਰਨ ਵਾਸਤੇ। ਤੇ ਹੁਣ ਜਾ ਹੁਣ 4.5-3 ਘੰਟੇ ਦੀ ਵੇਟਿੰਗ ਆ। ਕੀ ਹੋਇਆ ਇੱਦਾਂ ਦਾ ਬਈ? ਕੀ ਰੱਬ ਨਾਲ ਸਾਡਾ ਇੰਨਾ ਪਿਆਰ ਹੋ ਗਿਆ? ਮੇਰੇ ਹਿਸਾਬ ਨਾਲ ਦੁਨੀਆਂ ਚ ਦੁੱਖ ਵੱਧ ਗਏ ਆ, ਤੇ ਬੰਦੇ ਕੋਲ ਇੱਕ ਹੀ ਆਸ ਆ ਕਿ ਰੱਬ ਜੀ ਕੁਛ ਕਰਨਗੇ, ਉਹ ਕੁਛ ਏਦਾਂ ਦਾ ਕੌਤਕ ਕਰਨਗੇ ਕਿ ਸਾਨੂੰ ਘਰ ਬੈਠਿਆਂ ਹੀ ਜਲਵਾ ਆ ਜਾਊਗਾ। ਦੇਖੋ ਕਿਤੇ ਕਰੋੜ ਚੋਂ ਇੱਕ ਨੂੰ ਆ ਗਿਆ ਸਾਡੇ ਘਰ। ਰੱਬ ਨੇ ਬੜਾ ਸਿੰਪਲ ਜਿਹਾ ਰੂਲ ਬਣਾਇਆ ਵਾ, ਗ੍ਰੀਨ ਤੇ ਗੱਡੀ ਕੱਢ ਲੈ, ਯੈਲੋ ਤੇ ਧਿਆਨ ਨਾ ਕੱਢ, ਤੇ ਰੈਡ ਤੇ ਸਟੋਪ ਹੋ ਜਾ। ਹੁਣ ਆਪਾਂ ਜਦੋਂ ਆਪਾਂ ਆਸਟ੍ਰੇਲੀਆ ਆਉਂਦੇ ਹਾਂ, ਆਪਾਂ ਆਉਂਦੇ ਹਾਂ ਰੈਡ ਲਾਈਟ ਵਿੱਚ, ਕਹਿਣ ਦਾ ਭਾਵ ਆ ਸਟੂਡੈਂਟ ਵੀਜ਼ਾ, ਤੇ ਉਹਦੇ ਚੋਂ ਲੱਭਦੇ ਪਏ ਆ ਗ੍ਰੀਨ ਗੱਡੀ, ਗ੍ਰੀਨ ਬੱਤੀ ਕਿੱਦਾਂ ਚ ਹੋਜੂ ਗ੍ਰੀਨ ਬੱਤੀ ਵੀ? ਆਪਾਂ ਨੂੰ ਇੱਕ ਪਲੈਨਿੰਗ ਕਰਨੀ ਪੈਣੀ ਆ। ਜੇ ਤੁਹਾਡੇ ਤੇ ਗੇਮ ਲੱਗੀ ਆ ਨਾ, ਜੇ ਤੁਸੀਂ ਗੇਮ ਦੇ ਸ਼ਿਕਾਰ ਹੋਏ ਹੋ, ਇੰਡੀਆ ਨੇ ਤੁਹਾਨੂੰ ਕੋਈ ਦਿੱਤਾ ਨੀ, ਆਸਟ੍ਰੇਲੀਆ ਕਹਿੰਦਾ ਤੁਸੀਂ ਹੈ ਕੌਣ, ਤੇ ਭਾਈ ਤੁਹਾਨੂੰ ਵੀ ਇੱਕ ਗੇਮ ਲਾਣੀ ਪੈਣੀ ਆ ਕਿ ਹਾਂ ਬਈ ਅਸੀਂ ਵੀ ਖਿਲਾੜੀ ਆ, ਅਸੀਂ ਵੀ ਅਨਾੜੀ ਨਹੀਂ ਹੈਗੇ। ਸੋ ਜੇ ਤੁਸੀਂ ਆਪਣਾ ਹੋਮਵਰਕ ਕਰੋਗੇ, ਉਹਨਾਂ ਲਈ ਮੈਂ ਜਿਹੜੀ ਗੁੱਡ ਨਿਊਜ਼ ਆ ਨਾ ਆਸਟ੍ਰੇਲੀਆ ਦੀ, ਮੈਂ ਇਹਨਾਂ ਦੇ, ਮੈਂ ਸੱਚੀ ਕਹਿੰਦਾ ਗੁਰਦਾਸ ਮਾਨ ਦਾ ਗਾਣਾ ਜਿਸ ਦੇਸ਼ ਦਾ ਖਾਈ ਉਹ ਦੇਸ਼ ਨੂੰ ਨਿੰਦੀਦਾ ਨੀ, ਮੈਂ ਇਹਨਾਂ ਨੂੰ ਮੱਥਾ ਟੇਕਦਾ ਆਸਟ੍ਰੇਲੀਅਨ ਗੌਰਮੈਂਟ ਨੂੰ ਕਿ ਐਟਲੀਸਟ ਇਹ ਕਲੀਅਰ ਤੇ ਹੈਗੇ ਆ ਨਾ, ਇਹ ਕਲੀਅਰ ਤੇ ਹੈਗੇ ਆ ਕਿ ਭਾਈ ਆਹ ਫਿਗਰਾਂ ਹੈਗੀਆਂ ਕੰਪਿਊਟਰ ਦੇ ਉੱਪਰ, ਤੁਸੀਂ ਫਿਗਰਾਂ ਦੇਖੋ, ਉਸ ਤੋਂ ਬਾਅਦ ਆਪਣੀ ਇਨਵੈਸਟਮੈਂਟ ਕਰੋ। ਹੁਣ ਬੈਂਕ ਡੁੱਬਣ ਵਾਲਾ ਹੋਵੇ ਤੁਸੀਂ ਉਹ ਚ ਪੈਸੇ ਪਾ ਦੋ, ਤੇ ਤੁਸੀਂ ਬਾਅਦ ਕਰੋ ਸਾਡਾ ਬੈਂਕ ਨੇ ਪੈਸੇ ਖਾ ਲੇ, ਏਦਾਂ ਨੀ ਹੁੰਦਾ ਹੁੰਦਾ। ਬੈਂਕ ਦੀ ਪਹਿਲਾਂ ਬੈਲੈਂਸ ਸ਼ੀਟ ਤੇ ਦੇਖ ਲਓ, ਪਿਛਲੇ 2 ਸਾਲਾਂ ਦੀ ਪ੍ਰੋਫਿਟ ਜੀ ਕਿ ਲੋਸ ਹੋਇਆ ਸੀਗਾ। ਹੁਣ ਜੇ ਕਿਸੇ ਨੂੰ ਬੈਲੈਂਸ ਸ਼ੀਟ ਦਾ ਹੀ ਨੀ ਪਤਾ, ਤੇ ਫਿਰ ਤੇ ਮੇਰੇ ਹਿਸਾਬ ਨਾਲ ਆਸਟ੍ਰੇਲੀਆ ਆਪਾਂ ਗਲਤ ਆ। ਆਪਾਂ ਸਾਈਕਲ ਤੇ ਬਹਿ ਕੇ ਗੱਡੀ ਸੁਪਨੇ ਨੀ ਦੇਖ ਸਕਦੇ। ਸਾਈਕਲ ਨੇ ਮੰਗਣਾ ਵਾ ਜ਼ੋਰ, ਤੇ ਗੱਡੀ ਜਾਣੀ ਆ ਪੈਟਰੋਲ ਤੇ ਜਾਂ ਡੀਜ਼ਲ ਤੇ। ਸੋ ਜੇ ਆਪਾਂ ਆਸਟ੍ਰੇਲੀਆ ਆਏ ਆ ਨਾ, ਆਸਟ੍ਰੇਲੀਆ ਆ ਕੇ ਸਭ ਤੋਂ ਪਹਿਲਾਂ ਮੈਂ ਕਹਿੰਦਾ ਵਾ ਆਪਣੇ ਮਾਇੰਡ ਨੂੰ ਮੈਚਿਓਰ ਕਰੋ। ਉਹਦੇ ਵਾਸਤੇ ਤਰੀਕੇ ਕੀ ਹੈਗੇ ਆ? ਕਿਸੇ ਮੈਚਿਓਰ ਬੰਦਿਆਂ ਨੂੰ ਮਿਲੋ ਜਿਹੜੇ ਤੁਹਾਨੂੰ ਦੱਸ ਸਕਣ। ਸਿੱਧੀ ਗੱਲ ਆ, ਜਿਹਨੂੰ ਜਦੋਂ ਬੰਦੇ ਨੂੰ ਬਿਮਾਰੀ ਲੱਗਦੀ ਆ ਨਾ, ਬੰਦਾ ਡਾਕਟਰ ਲੱਭਦਾ ਵਾ, ਤੇ ਜਿਹੜਾ ਬੰਦਾ ਡਾਕਟਰ ਨੂੰ ਜਾਣ ਤੋਂ ਪਹਿਲਾਂ ਹੀ ਆਪਣਾ ਸਹੀ ਖਾਂਦਾ ਵਾ, ਸਹੀ ਪੀਂਦਾ ਵਾ, ਸਹੀ ਹਿਸਾਬ ਨਾਲ ਸੌਂਦਾ ਵਾ, ਉਹਨੂੰ ਡਾਕਟਰ ਜਾਣ ਦੀ ਲੋੜ ਹੀ ਨੀ ਹੈਗੀ। ਸੋ ਜੇ ਤੁਸੀਂ ਸਾਡੇ ਕੋਲ ਆਉਂਦੇ ਹੋ, ਮੈਂ ਨੀ ਕਹਿ ਰਿਹਾ ਕਿ ਮੈਂ ਬਹੁਤ ਸਰਵਗੁਣ ਸੰਪੰਨ ਹੈਗਾ ਵਾ, ਬਟ ਹਾਂ ਮੈਨੂੰ ਇੰਨਾ ਪਤਾ ਵਾ ਕਿ ਓਲਡ ਇਜ਼ ਗੋਲਡ, 12 ਸਾਲਾਂ ਦਾ ਅਸੀਂ ਐਕਸਪੀਰੀਅੰਸ ਲੈ ਕੇ ਬੈਠੇ ਹਾਂ। ਅਸੀਂ ਤੁਹਾਨੂੰ ਇੱਕ ਡਾਟਾ ਦੇਵਾਂਗੇ ਕਿ ਭਾਈ ਇੱਥੇ ਆਹ ਚੀਜ਼ ਆ, ਇਹਦੇ ਚਾਹ ਵਾ, ਪਰ ਮੈਂ ਲਿਖ ਕੇ ਦੇਣਾ ਵਾ ਕਿ ਤੁਹਾਨੂੰ ਸੋਲਿਊਸ਼ਨ ਬੜਾ ਸੌਖਾ ਲੱਗੂਗਾ, ਔਰ ਤੁਹਾਨੂੰ ਡਿਸੀਜਨ ਲੈਣ ਵਿੱਚ ਮੁਸ਼ਕਲ ਨਹੀਂ ਆਊਗੀ ਕਿ ਭਾਈ ਅਸੀਂ ਆਹ ਕੰਮ ਕਰੀਏ। ਸੋ ਜਿਹੜਾ ਇਮੋਸ਼ਨਲੀ ਚੱਲੂਗਾ, ਜਿਹੜਾ ਕਹੂਗਾ ਜੀ ਮੇਰੇ ਦੋਸਤ ਪੱਕਾ ਹੋ ਗਿਆ ਤੇ ਮੈਂ ਉਹਦਾ ਫੁੱਟਸਟੈਪਸ ਫੋਲੋ ਕਰ ਲਵਾਂ, ਮੈਂ ਕਹਿੰਦਾ ਜੀ
ਉਹ ਕੰਡਿਆਂ ਨੂੰ ਹੀ ਫੋਲੋ ਕਰੂਗਾ। ਜਿਹੜੀ ਚੀਜ਼ ਇੱਕ ਸਾਲ ਪਹਿਲਾਂ ਸੀਗੀ ਉਹ ਅੱਜ ਨਹੀਂ ਹੈਗੀ, ਜਿਹੜੀ ਅੱਜ ਹੈਗੀ ਆ ਉਹ ਸ਼ਾਇਦ ਅਗਲੇ ਸਾਲ ਹੋਵੇ। ਸੋ ਕੁਛ ਚੀਜ਼ਾਂ ਹੁੰਦੀਆਂ ਵਾ ਜਿਹੜੀਆਂ ਤੁਹਾਨੂੰ ਸਮਝਣੀਆਂ ਪੈਂਦੀਆਂ ਵਾ ਵਿਦ ਦ ਹੈਲਪ ਆਫ ਫਿਗਰ। ਇਗਜ਼ਾਮਪਲ, ਅੱਜ ਇੰਡੀਅਨ ਰੁਪਈਆ ਮੇਰੇ ਖਿਆਲ ਆਸਟ੍ਰੇਲੀਅਨ ਡਾਲਰ ਦੇ 51-52 ਬਣਦੇ ਆ। ਅੱਜ ਤੋਂ ਸਾਲ ਪਹਿਲਾਂ ਕੀ ਰੇਟ ਸੀਗਾ? ਜਦੋਂ ਮੈਂ ਆਇਆ ਸੀ ਆਸਟ੍ਰੇਲੀਆ ਜੀ 98 ਵਿੱਚ, ਉਦੋਂ $1 ₹22 ਦਾ ਸੀਗਾ। ਅੱਛਾ ਜੀ। ਤੇ ਅੱਜ ₹52 ਦਾ ਵਾ, 52 ਦਾ। ਤੇ ਮੈਂ ਕਹਾਂ ਜੀ, ਮੈਂ ਤਦ ਦਾ ਡਾਟਾ ਅੱਜ ਠੋਕੀ ਜਾਵਾਂ, ਲੋਕਾਂ ਨੇ ਕਹਿਣਾ ਪਾਗਲ ਹੈਗਾ, ਬੜਾ ਤਗੜਾ ਵਾ। ਤੋ ਭਾਈ, ਉਦੋਂ ਦਿਨ ਹੋਰ ਸੀਗੇ, ਉਦੋਂ ਅੱਜ ਹੋਰ ਹੈਗੇ ਆ। ਅੱਜ ਕੱਲ ਸਿਰਫ ਇਹ ਹੈਗਾ ਵਾ ਕਿ ਸੁਰੰਗ ਬਦਲਤੀ ਦੁਨੀਆ ਮੈਂ PR ਕਾ ਕੋਈ ਭਰੋਸਾ ਨਹੀਂ। ਆਪਣਾ ਡਾਟਾ ਇਕੱਠਾ ਕਰੋ, ਉਹਨੂੰ ਆਪਣੇ ਹਿਸਾਬ ਨਾਲ ਦੇਖੋ ਕਿ ਤੁਹਾਡੀ ਫੈਮਿਲੀ ਕੀ ਕਹਿੰਦੀ ਆ, ਤੁਹਾਡੇ ਸਰਕਮਸਟਾਂਸਿਸ ਕੀ ਕਹਿੰਦੇ ਆ, ਕਿੰਨੇ ਤੁਹਾਡੇ ਬੱਚੇ ਆ, ਕਿੰਨੀ ਤੁਹਾਡੀ ਇਨਕਮ ਆ, ਕਿੰਨੀ ਤੁਹਾਡੀ ਸੇਵਿੰਗ ਆ, ਕਿੰਨਾ ਤੁਸੀਂ ਰਿਸਕ ਲੈ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਆਪਣਾ ਬੋਰੀ ਬਿਸਤਰਾ ਚੱਕੋ ਤੇ ਉਸ ਸਟੇਟ 'ਚ ਜਾਓ, ਨਹੀਂ ਤੇ ਜੇ ਤੁਸੀਂ ਭੇਡਾਂ ਵਾਂਗੂ ਕਰੀ ਜਾਓਗੇ ਫੋਲੋ ਦੂਜੇ ਨੂੰ ਤੇ ਕੁਛ ਨਹੀਂ ਹੋਣਾ। ਮੈਨੂੰ ਇੱਕ ਗੱਲ ਯਾਦ ਆ ਗਈ, ਕਹਿੰਦੇ ਮੱਛਲੀ ਬਿਚਾਰੀ ਤਲਾਬ ਮੇ ਪਾਣੀ ਸੂਖ ਕਰ ਰੋ ਰਹੀ ਹੈ। ਮੱਛੀਆਂ ਤਲਾਬ ਵਿੱਚ ਪਾਣੀ ਸੁੱਕੀ ਜਾ ਰਿਹਾ, ਮੱਛੀਆਂ ਵਿਚਾਰੀਆਂ ਡਰ ਰਹੀਆਂ ਵਾ ਪਾਣੀ ਨੂੰ, ਉਹਦਾ ਥੱਲੇ ਜਿਹੜਾ ਉਹਦਾ ਲੈਵਲ ਜਾਂਦਾ ਪਿਆ ਦੇਖ ਦੇਖ ਕੇ। ਹਾਂਜੀ। ਤੇ ਬੱਦਲਾਂ ਵੱਲ ਵੇਖ ਕੇ ਅਰਦਾਸ ਕਰਦੀਆਂ, ਹੇ ਬੱਦਲੋ ਬਰਸੋ, ਜੇ ਬਰਸੋਗੇ ਤੇ ਤਲਾਬ ਵਿੱਚ ਪਾਣੀ ਵਧੇਗਾ ਤੇ ਸਾਡੀ ਜਾਨ ਬਚੇਗੀ। ਹੁਣ ਮੱਛੀਆਂ ਵਿਚਾਰੀਆਂ ਕੌਣ ਹੈਗੀਆਂ? ਇਹ ਵਿਚਾਰੇ ਸਾਡੇ ਭੈਣ ਭਰਾ, ਸਾਡੇ ਸਟੂਡੈਂਟਸ, ਵਿਚਾਰੇ ਜਿਹੜੇ ਇਸ ਕੰਟਰੀ ਵਿੱਚ ਆਏ ਆ ਪੱਕੇ ਹੋਣ ਦੀ ਉਮੀਦ ਲੈ ਕੇ। ਤਲਾਬ ਕੀ ਹੈਗਾ? PR ਦੇ ਪੁਆਇੰਟ, ਪਾਣੀ ਵਧੀ ਜਾ ਰਿਹਾ, ਵਧੀ ਜਾ ਰਿਹਾ। ਤੇ ਬੱਦਲ ਕੀ ਹੈਗਾ? ਸਰਕਾਰ ਜਿਹੜੇ ਬਰਸਨ ਦਾ ਨਾਮ ਨੀ ਲੈ ਰਹੀ। ਤੇ ਜੇ ਆਪਾਂ ਦੇਖੀਏ ਕਿ ਭਾਈ ਇਹ ਪਾਣੀ ਸੁੱਕ ਜਾਣਾ ਵਾ, ਬੱਦਲ ਬਰਸਨੇ ਨੀ, ਉਹਦਾ ਹੱਲ ਕੀ ਹੈਗਾ ਵਾ? ਕਿ ਤਲਾਬ ਚੇਂਜ ਕਰ ਲਓ। ਉਹ ਤਲਾਬ ਕੌਣ ਚੇਂਜ ਕਰਾਏਗਾ? ਉਹ ਸਾਡੇ ਵਰਗੇ ਬਗਲੇ ਹੋਣਗੇ ਜਿਹੜੇ ਮੱਛੀ ਨੂੰ ਮੂੰਹ ਚ ਪਾਣਗੇ, ਇੱਕ ਜਗ੍ਹਾ ਤੋਂ ਉੱਠ ਕੇ ਦੂਜੀ ਜਗ੍ਹਾ ਤੇ ਛੱਡ ਦੇਣਗੇ। ਇਸ ਤੋਂ ਵਧੀਆ ਜਿਹੜਾ ਮੈਂ ਕਹਿੰਦਾ ਵੀ ਇਸ ਚੀਜ਼ ਨੂੰ ਸੁਲਝਾ ਕੇ ਦੱਸਣ ਦਾ ਤਰੀਕਾ ਹੋਰ ਨਹੀਂ ਸੀ ਬਾਇਆ ਸਾਹਿਬ, ਕੁੱਝੇ ਸਮੁੰਦਰ ਤੁਸੀਂ ਬੰਦ ਕੀਤਾ। ਤੇ ਆਪਣੀ ਵੀ ਹੁਣ ਮੇਰੇ ਹਿਸਾਬ ਨਾਲ ਬ੍ਰੇਕ ਲੈਣ ਦਾ ਸਮਾਂ ਹੋ ਗਿਆ, ਇਸ ਤੋਂ ਬਾਅਦ ਸਰੋਤਿਆਂ ਦਾ ਸਮਾਂ ਹੈ ਜੀ, ਸਰੋਤੇ ਕਾਲ ਕਰ ਸਕਦੇ ਨੇ ਤੇ ਇਸ ਵਿਸ਼ੇ ਨੂੰ ਆਪਾਂ ਇੱਥੇ ਹੀ ਆਪਾਂ ਗੋਲ ਮੋਲ ਕਰਕੇ ਬੰਦ ਕਰ ਦਿਆਂਗੇ, ਅਗਲੀ ਵਾਰ ਫਿਰ ਖੋਲਾਂਗੇ। ਸੋ ਮੁਕਤੀ ਗੱਲ ਇਹ ਹੈ ਕਿ ਆਪਣਾ ਹੋਮਵਰਕ ਕਰਕੇ ਤੁਸੀਂ ਆਉਣਾ, ਆਪਣਾ ਹੋਮਵਰਕ, ਆਪਣੀ ਤਿਆਰੀ। ਜਿਵੇਂ ਪਿਛਲੇ ਹਫ਼ਤੇ ਵੀ ਮੈਂ ਇੱਕ ਗੱਲ ਕਹੀ ਸੀ ਕਿ ਮੰਜ਼ਿਲ ਦੇ ਮੱਥੇ ਦੇ ਉੱਤੇ ਤਖ਼ਤੀ ਲੱਗਦੀ ਉਹਨਾਂ ਦੀ, ਘਰੋ ਬਣਾ ਕੇ ਨਿਕਲਣ ਜਿਹੜੇ ਨਕਸ਼ਾ ਆਪਣੇ ਸਫ਼ਰਾਂ ਦਾ। ਸੋ ਆਪਣੇ ਸਫ਼ਰ ਦਾ ਮੈਪ, ਆਪਣਾ ਨਕਸ਼ਾ ਪਹਿਲਾਂ ਹੀ ਬਣਾ ਕੇ ਨਿਕਲਣਾ ਚਾਹੀਦਾ। ਬਾਜਵਾ ਸਾਹਿਬ ਜੇ ਇਜਾਜ਼ਤ ਹੋਵੇ ਤਾਂ ਆਪਾਂ ਇੱਕ ਬ੍ਰੇਕ ਲਈਏ ਅਤੇ ਉਸ ਤੋਂ ਬਾਅਦ ਦੁਬਾਰਾ ਰਹਿੰਦਾ ਪ੍ਰੋਗਰਾਮ ਜਾਰੀ ਰੱਖੀਏ। ਹਾਂਜੀ ਹਾਂਜੀ, ਪਲੀਜ਼ ਜੀ ਪਲੀਜ਼, ਸਾਰੇ ਸਾਲ ਮੈਂ ਆਪਣੀ ਜੀਵ ਨੂੰ ਥੋੜ੍ਹਾ ਜਿਹਾ ਮਸਾਜ ਕਰਾ ਲਵਾਂ। ਜੀ ਸਰੋਤਿਓ, ਹੁਣ ਤੁਹਾਡਾ ਵੇਲਾ, ਤੁਸੀਂ ਕਾਲ ਕਰ ਸਕਦੇ ਹੋ ਜੇਕਰ ਸਟੂਡੀਓ ਟਾਕਬੈਕ ਵਿੱਚ ਹਿੱਸਾ ਲੈਣਾ। ਸਰਦਾਰ ਜੁਝਾਰ ਸਿੰਘ ਬਾਜਵਾ ਸਾਡੇ ਨਾਲ ਤਕਰੀਬਨ ਅਗਲੇ ਅੱਧੇ ਘੰਟੇ ਤੱਕ ਹੋਰ ਜੁੜੇ ਰਹਿਣਗੇ। ਜੇਕਰ ਤੁਸੀਂ ਕੋਈ ਸਵਾਲ ਜਵਾਬ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਨੰਬਰ ਮੈਂ ਤੁਹਾਨੂੰ ਦੇਣਾ, ਇਸ ਨੂੰ ਡਾਇਲ ਕਰਕੇ ਸਾਡੇ ਨਾਲ ਜੁੜ ਸਕਦੇ ਹੋ, 03-9002-40-74-3-9002-4074। ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ 03-9002-40-74 ਦੇ ਉੱਤੇ। ਇੱਕ ਵਕਫੇ ਤੋਂ ਬਾਅਦ ਮੈਂ ਫਿਰ ਦੁਬਾਰਾ ਮੁੜਦਾ ਤੇ ਬਾਕੀ ਕਾਲਾਂ ਵੀ ਜਿਸ ਤਰੀਕੇ ਨਾਲ ਆਉਂਦੀਆਂ ਪਈਆਂ ਨੇ ਜੀ, ਇਸ ਬ੍ਰੇਕ ਤੋਂ ਬਾਅਦ ਦੁਬਾਰਾ ਮੁੜਦੇ ਆ। ਮੇਰੇ ਮੱਥੇ ਵਿੱਚ ਪਿਆਰ ਦੀ ਲਕੀਰ ਹੀ ਨਹੀਂ ਹੈ। ਕਿਹਦੇ ਨਾਲ ਪਿਆਰ ਦੀ ਗੱਲ ਕਰਦੀ ਹੈ? ਪਿਆਰ ਨੀ ਭੈਣੇ, PR PR ਦੀ ਲਕੀਰ ਨੀ ਲੱਗਦੀ। ਲੈ ਇੰਨੀ ਕੁ ਗੱਲ, ਬਾਜਵਾ ਕੰਸਲਟੈਂਟ ਦੇ ਜੁਝਾਰ ਬਾਜਵਾ ਕੋਲ ਕੇਸ ਲਵਾ ਤੇ ਆਪਣੀ PR ਪੱਕੀ ਕਰਵਾ। ਜੇਕਰ ਆਸਟ੍ਰੇਲੀਆ 'ਚ ਹੋ, PR ਕਰਵਾਉਣੀ ਹੈ ਜਾਂ ਵੀਜ਼ੇ ਨਾਲ ਰਿਲੇਟਡ ਕੋਈ ਹੋਰ ਪ੍ਰੋਬਲਮ ਹੈ, ਇੰਡੀਆ ਤੋਂ ਸਟੂਡੈਂਟ ਵੀਜ਼ਾ ਜਾਂ ਕੋਈ ਹੋਰ ਵੀਜ਼ਾ ਅਪਲਾਈ ਕਰਨਾ ਹੈ, ਤਾਂ ਅੱਜ ਹੀ ਮਿਲੋ ਬਾਜਵਾ ਇਮੀਗ੍ਰੇਸ਼ਨ ਕੰਸਲਟੈਂਟਸ ਦੇ ਜੁਝਾਰ ਸਿੰਘ ਬਾਜਵਾ ਜੀ ਨੂੰ। ਸਵੀਟ 1002 Level 10 125 ਸਵੈਨਸਟਨ ਸਟ੍ਰੀਟ, ਮੈਲਬੋਰਨ। ਕਾਲ 04215524633। ਇਹਨਾਂ ਦਾ ਆਫਿਸ ਜਲੰਧਰ 'ਚ ਵੀ ਹੈ। ਕਾਲ 9915733004। ਦੇਖੋ ਬਈ, ਫਰਕ ਤਾਂ ਬਹੁਤ ਹੈ। ਪਹਿਲਾਂ ਵਾਲੀ ਫਰਮ ਵਾਲਿਆਂ ਲਈ ਮੈਂ ਸਿਰਫ ਇੱਕ ਕਲਾਇੰਟ ਸੀ, ਪਰ ਮੈਕਸ ਮਾਰਜਨ ਅਕਾਊਂਟੈਂਟਸ ਵਾਲਿਆਂ ਨੇ ਜਿਵੇਂ ਮੇਰੀ ਟੈਕਸ ਬੁੱਕਕੀਪਿੰਗ ਦੇ ਨਾਲ ਨਾਲ ਬਿਜ਼ਨਸ ਸਟ੍ਰੈਟਜੀਜ਼ ਦੇ ਵਿੱਚ ਹੈਲਪ ਕੀਤੀ ਹੈ,
ਉਹਦਾ ਮੁਕਾਬਲਾ ਹੋਰ ਕੋਈ ਨਹੀਂ ਕਰਦਾ। Accountants and business advisors jo provide karde ne all types of income tax returns, GST returns, tax planning, business nu shuru karan di ja khareedan di salah chahidi hai, business plans banwane hon ja tax office nal koi issue hal karna hoye, ta Sukhvinder Singh ji ne best person। Max Margin Accountants, 168 Manalakes Boulevard, Windham Vale, call 0470-430-650 or 1300-886-518। Max Margin Accountants, www.mmcpa.com.au। ਕਿਵੇਂ ਗਾਜਿਆ, ਅੱਜ ਫੇਰ ਖੜ ਗਿਆ ਤੇਰਾ ਘੜੂਕਾ? ਓਏ ਪੁੱਛ ਨਾ ਯਾਰ, ਸੱਬਲ ਵਰਗੇ ਭਾਰੇ ਦੇ ਗੇਅਰ ਹੋਏ ਪਏ ਆ ਤੇ ਡੈਸ਼ਬੋਰਡ ਦੀਆਂ ਲਾਈਟਾਂ ਨਾ ਗੁੱਗੇ ਪੀਰ ਦੀ ਸਮਾਧ ਵਾਂਗੂ ਜਗਦੀਆਂ ਰਹਿੰਦੀਆਂ ਨੇ। ਮੈਨੂੰ ਤਾਂ ਲੱਗਦਾ ਕੋਈ ਲੋਹਾ ਹੀ ਮਾੜਾ ਆ ਗਿਆ ਯਾਰ। ਓਏ ਲੋਹਾ ਹੁਣ ਤੈਨੂੰ ਗੋਬਿੰਦਗੜ੍ਹ ਤੋਂ ਮੰਗਾ ਦਈਏ, ਗੱਲਾਂ ਕਰਦਾ ਨੀਓਟੈਕ ਮੋਟਰ ਮਕੈਨਿਕ ਹੌਪਰ ਕ੍ਰੋਸਿੰਗ ਵਾਲਿਆਂ ਕੋਲ ਲੈ ਕੇ ਜਾ, ਗੱਡੀ ਦੀਆਂ ਚਿਰੜ ਪੁੰਡੀਆਂ ਕੱਢ ਦਿੰਦੇ ਆ। ਉਹ ਕੀ ਕਰਾਂ ਯਾਰ, ਵੀਕਡੇ 'ਚ ਵਿਹਲ ਨਹੀਂ ਮਿਲਦਾ ਤੇ ਵੀਕਐਂਡ ਤੇ ਕੋਈ ਖੁੱਲ੍ਹਾ ਗਰਾਜ ਨਹੀਂ ਮਿਲਦਾ। Neotech Motor Mechanic, Jodi 363 Old Geelong Road, Hopper Crossing Chne. Somvar to Shanivar, Sveri 8 to leke 5 baje tak khulde ne. Service $80 to. Jis vich tuhanu mile safety check te car wash bilkul free. LPG conversion $1500 to. Nave ate purane tairan da vi stock rakhde ne. Vadhere jankari layi Ramandeep Singh nu call karo 0430-159-817 0430-159-817। ਤੁਸੀਂ ਸੁਣਦੇ ਹੋ ਕੌਮੀ ਆਵਾਜ਼, ਕੌਮੀ ਆਵਾਜ਼ ਆਸਟ੍ਰੇਲੀਆ ਵਾਸਤੇ ਪੰਜਾਬੀਆਂ ਦੇ ਮਨ ਦੀ ਆਵਾਜ਼। ਘਰਾਂ ਤੋਂ ਦੂਰ ਹੋਏ ਦੁਨੀਆ ਨਵੀਂ ਚੜਾਏ ਔਖੀਆਂ ਕਮਾਈਆਂ ਹੋਣੀਆਂ। ਘਰਾਂ ਤੋਂ ਦੂਰ ਹੋਏ ਦੁਨੀਆ ਨਵੀਂ ਚੜਾਏ ਔਖੀਆਂ ਕਮਾਈਆਂ ਹੋਣੀਆਂ। ਘਰਾਂ ਤੋਂ ਦੂਰ ਹੋਏ ਦੁਨੀਆ ਨਵੀਂ ਚੜਾਏ ਔਖੀਆਂ ਕਮਾਈਆਂ ਹੋਣੀਆਂ। ਘਰਾਂ ਤੋਂ ਦੂਰ ਹੋਏ ਦੁਨੀਆ ਨਵੀਂ ਚੜਾਏ ਔਖੀਆਂ ਕਮਾਈਆਂ ਹੋਣੀਆਂ। ਜੀ ਇੱਕ ਵਾਰ ਫਿਰ ਜੀ ਆਇਆਂ ਨੂੰ ਆਖਦੇ ਹਾਂ ਕੌਮੀ ਆਵਾਜ਼ ਪੰਜਾਬੀ ਰੇਡੀਓ ਤੇ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦੇਸ਼ ਪ੍ਰਦੇਸ਼। ਮੈਂ ਤੁਹਾਡਾ ਮੇਜ਼ਬਾਨ ਸੁਰਿੰਦਰ ਸਿੰਘ, ਮੇਰੇ ਨਾਲ ਸਰਦਾਰ ਜੁਝਾਰ ਸਿੰਘ ਬਾਜਵਾ ਜੁੜੇ ਹੋਏ ਨੇ ਲਾਈਨ ਦੇ ਉੱਤੇ ਤੇ ਆਪ ਸਭ ਸਰੋਤੇ ਜਿਹੜੇ ਮੇਰੇ ਨਾਲ ਲਾਈਨ ਦੇ ਉੱਤੇ ਜੁੜੇ ਹੋਏ ਨੇ। ਇੱਕ ਇੱਕ ਕਰਕੇ ਮੈਂ ਸਭ ਦੀਆਂ ਕਾਲਾਂ ਲੈਣਾ ਜੀ। 0390024074 ਜਿਵੇਂ ਹੀ ਕੋਈ ਲਾਈਨ ਫਰੀ ਹੁੰਦੀ ਹੈ ਮੈਂ ਤੁਹਾਨੂੰ ਔਨ ਏਅਰ ਲੈ ਲਵਾਂਗਾ। ਸਭ ਤੋਂ ਪਹਿਲੇ ਕਾਲਰ ਗੁਰਪ੍ਰੀਤ ਸਿੰਘ ਜੀ ਆਇਆਂ ਨੂੰ ਜੀ। ਹਾਂਜੀ ਗੁਰਪ੍ਰੀਤ, ਤੁਸੀਂ ਔਨ ਏਅਰ ਹੋ ਜੀ। ਹੈਲੋ ਹੈਲੋ, ਹਾਂਜੀ ਤੁਸੀਂ, ਹਾਂਜੀ ਹਾਂਜੀ ਤੁਸੀਂ ਆਉਂਦੇ ਰਹੋ, ਗੱਲਬਾਤ ਕਰ ਸਕਦੇ ਹੋ। ਭਾਈ ਸਤਿ ਸ਼੍ਰੀ ਅਕਾਲ, ਭਾਜੀ ਮੈਂ ਮੈਲਬਨ ਤੋਂ ਬੋਲ ਰਿਹਾ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਬਾਜਵਾ ਸਰ ਨੂੰ ਪੁੱਛਣਾ ਸੀਗਾ ਕਿ ਜੋਬ ਰੈਡੀ ਜਿਹੜਾ ਸਟੈਪ 2 ਹੁੰਦਾ ਹੈ, ਜਿਹੜਾ ਜੋਬ ਰੈਡੀ ਇੰਪਲੋਇਮੈਂਟ ਹੁੰਦਾ, ਉਹਦੇ ਲਈ ਪੇ ਰੇਟ ਜਾਂ ਸੈਲਰੀ ਕੀ ਚਾਹੀਦੀ ਹੈ ਐਜ਼ ਅ ਸ਼ੈਫ? ਅੱਛਾ ਭਾਈ ਦੇਖੋ, ਇੱਦਾਂ ਵਾ, ਆਵਾਜ਼ ਆ ਰਹੀ ਸਾਡੇ ਵੱਲੋਂ ਸਾਰੀ ਤੁਹਾਨੂੰ ਸਹੀ ਆ ਰਹੀ? ਹਾਂਜੀ 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 ਸਹੀ ਆ ਰਹੀ ਆ ਭਾਜੀ। ਅਸੀਂ ਮੋਦੀ ਵਾਂਗੂ ਭਾਜੀ ਐਨ ਆਰ ਆਈ ਹੈਗੇ ਆ, ਉੱਡਦੇ ਰਹਿੰਦੇ ਹਾਂ। ਹੁਣ ਮੈਂ ਗੱਡੀ 'ਚ ਜਾ ਰਿਹਾ ਤੇ ਮੇ ਵੀ ਸਿਗਨਲ ਵਿੱਚ ਵਿੱਚ ਮਾੜੇ ਮੋਟੇ ਉੱਪਰ ਥੱਲੇ ਹੋਣਗੇ। ਅੱਛਾ ਦੇਖੋ, ਇੱਦਾਂ ਵਾ ਕਿ ਜਿਹੜਾ ਮਿਨੀਮਮ ਪੇ ਰੇਟ ਆ ਆਸਟ੍ਰੇਲੀਆ ਦਾ, ਹੈ ਮੇਰੇ ਖਿਆਲ ਜਿਹੜਾ ਨਵਾਂ ਆਇਆ $18 ਕੋਲ 93 cents ਦੇ ਲਾਗੇ ਛਾ ਗਿਆ 93। ਸੋ ਤੁਸੀਂ ਡਾਲਰ ਪਲੱਸ ਲੈ ਕੇ ਚੱਲੋ, ਉਹ ਹੈਗਾ ਜੀ, ਤੁਹਾਨੂੰ ਮੈਂ ਕਹੂੰਗਾ ਜੀ $19 ਜਾਂ $20 ਦੇ ਹਿਸਾਬ ਨਾਲ ਪਵਾਓ, ਯੂ ਆਰ ਸੇਫ। $20 ਠੀਕ ਹੈਗਾ ਜੀ। ਅੱਛਾ ਜੀ ਭਾਜੀ, ਮੈਨੂੰ ਜਿੱਦਾਂ 38 ਘੰਟੇ ਦੇ ਹਿਸਾਬ ਨਾਲ 22.63 cents ਮਿਲਦੇ ਆ, ਤੇ ਉਹ ਸਹੀ ਹੈ ਜਿੱਦਾਂ 38 hours ਦੇ ਨਾਲ $800 ਪੇ ਰੇਟ ਵੀਕਲੀ? ਠੀਕ ਆ ਭਾਜੀ, ਜੇ $22 ਮਿਲ ਰਿਹਾ ਵੈਰੀ ਗੁੱਡ। ਅੱਛਾ ਅੱਛਾ, ਮੈਂ ਇਹ ਹਾਂਜੀ ਡਾਊਟ ਕਲੀਅਰ ਕਰਨਾ ਸੀਗਾ ਕਿ ਮੈਂ ਸੁਣਿਆ ਸੀਗਾ ਕਿ ਸ਼ੈਫ ਦਾ ਪੇ ਰੇਟ ਹਾਈ ਚਾਹੀਦਾ, ਮੈਂ ਕਿਹਾ ਕਿਤੇ 26-27 ਜਾਂ ਉਹ ਨਾ ਚਾਹੀਦਾ ਹੋਵੇ। ਨਹੀਂ ਨਹੀਂ ਭਾਈ ਦੇਖੋ, ਏਦਾਂ ਹੁੰਦਾ ਵਾ, ਸ਼ੈਫ ਦੀ ਐਕਸਪੀਰੀਅੰਸ ਨਾਲ ਬਣਦਾ ਨਾ, ਸਰਟੀਫਿਕੇਟ ਪੂਰ ਕਰਕੇ ਥੋੜੀ ਬੰਦਾ ਇੱਕ ਸ਼ੈਫ ਬਣ ਜਾਂਦਾ ਵਾ। ਤੁਸੀਂ ਤਾਂ ਇਹ ਸ਼ੈਫ ਬਣਦੇ ਹੋ, ਬਣ ਥੋੜੀ ਗਏ ਹੋ। ਸਰਟੀਫਿਕੇਟ 4 ਕਰਕੇ ਤੇ 1725 ਘੰਟੇ ਕਰਕੇ ਬੰਦਾ ਮੋਟਰ ਮੈਕੈਨਿਕ ਸ਼ੈਫ ਬਣ ਜਾਂਦਾ ਵਾ, ਕਿਤੇ ਨੀ ਲਿਖਿਆ ਨਾ? ਹਾਂਜੀ ਹਾਂਜੀ ਹਾਂਜੀ। ਬਟ ਸਰਕਾਰ ਕਹਿੰਦੀ ਆ ਕਿ ਹਾਂ ਬਈ, ਜੇ ਬੱਕਰੀ ਸ਼ੇਰ ਪਿੰਜਰੇ ਚ ਪਾ ਦੋ ਤੇ ਬੱਕਰੀ ਵਾਂਗੂ ਐਕਟ ਕਰਦਾ, ਤੇ ਤੂੰ ਹਾਂਜੀ ਕਰਦਾ ਜੀ। ਹਾਂਜੀ ਮਿਹਰਬਾਨੀ ਗੁਰਪ੍ਰੀਤ ਜੀ।
0392404074. ਅੱਜ ਕਾਫੀ ਬਿਜ਼ੀ ਲਾਈਨਾਂ ਨੇ ਬਾਜਵਾ ਸਾਹਿਬ, ਆਪਾਂ ਨੂੰ ਗੱਲਾਂ ਥੋੜੀਆਂ ਜਿਹੀਆਂ ਜਲਦੀ ਨਿਬੇੜਨੀਆਂ ਪੈਣਗੀਆਂ, ਜਿਹੜੀ ਕਹਿ ਲਓ ਵੀ ਕਾਲ ਡਰੋਪ ਕਰਦਿਆਂ ਸਾਰ ਅਗਲੀ ਕਾਲ ਆ ਜਾਂਦੀ ਹੈ। ਖੈਰ ਅਗਲੇ ਸਰੋਤੇ ਤੁਹਾਡਾ ਨੰਬਰ ਨਹੀਂ ਆਇਆ, ਤੁਸੀਂ ਆਉਂਦੇ ਰਹੋ ਜੀ। ਹੈਲੋ, ਹਾਂਜੀ ਸਰ, ਮੈਂ ਮਨਦੀਪ ਬੋਲਦੀ ਹਾਂ ਪੰਜਾਬ ਤੋਂ। ਹਾਂਜੀ ਭੈਣ ਜੀ, ਹਾਂਜੀ ਭੈਣ ਜੀ ਜੀ। ਸਰ ਮੈਂ 12th ਸਰ ਮੈਂ 12th ਕੀਤੀ ਸੀ 2017 ਵਿੱਚ, ਅਤੇ ਸਰ ਫਿਰ ਮੈਂ ਯੂ ਐੱਸ ਲਈ ਅਪਲਾਈ ਕਰਤਾ ਸਟੂਡੈਂਟ ਵੀਜ਼ਾ, ਅਤੇ ਸਰ ਉੱਥੇ ਮੇਰਾ ਰਿਫਿਊਜ਼ ਹੋ ਗਿਆ, ਅਤੇ ਉਸ ਤੋਂ ਬਾਅਦ ਸਰ ਮੈਂ ਕੈਨੇਡਾ ਲਈ ਕੀਤਾ, ਅਤੇ ਉੱਥੇ ਸਰ ਮੇਰੇ ਜਿਹੜੇ ਏਜੰਟ ਸੀ ਉਹਨਾਂ ਨੇ ਐਪਲੀਕੇਸ਼ਨ ਵਿੱਚ ਰਿਫਿਊਜ਼ਲ ਨਹੀਂ ਪਾਇਆ, ਅਤੇ ਸਰ ਫਿਰ ਉੱਥੋਂ ਉਹਨਾਂ ਨੇ ਵੀ ਮੈਨੂੰ ਰਿਫਿਊਜ਼ ਕਰਤਾ, ਅਤੇ ਸਰ ਉੱਥੇ ਬੈਨ ਕਰਤਾ ਲਾਈਕ 5 ਈਅਰਸ ਲਈ, ਅਤੇ ਮਿਸ ਰੀਪ੍ਰਜੈਂਟੇਸ਼ਨ ਦੇ। ਸਰ ਹੁਣ ਮੈਂ ਆਸਟ੍ਰੇਲੀਆ ਲਈ ਅਪਲਾਈ ਕਰਨਾ ਸੀ, ਅਤੇ ਮੈਂ ਬਹੁਤ ਸਾਰੇ ਏਜੰਟ ਨੂੰ ਮਿਲੀ ਸੀ, ਅਤੇ ਮੈਂ ਉਹਨਾਂ ਨੂੰ ਸਭ ਕੁਝ ਦੱਸਿਆ ਵੀ ਇੱਦਾਂ ਆਏ ਹੋਇਆ, ਅਤੇ ਸਰ ਉਹਨਾਂ ਨੇ ਮੈਨੂੰ ਕਿਹਾ ਕਿ ਹੁਣ ਤੁਹਾਨੂੰ ਸ਼ੋਅ ਕਰਨ ਦੀ ਲੋੜ ਨਹੀਂ, ਅਤੇ ਜੇ ਤੁਸੀਂ ਸ਼ੋਅ ਕੀਤਾ ਫਿਰ ਤਾਂ ਤੁਹਾਨੂੰ ਡੈਫੀਨੇਟਲੀ ਤੁਹਾਨੂੰ ਰਿਫਿਊਜ਼ ਹੋਊ ਤੁਹਾਡਾ, ਅਤੇ ਉਹ ਕਹਿੰਦੇ ਜੇ ਤੁਸੀਂ ਹੁਣ ਨਾ ਕੀਤਾ, ਉਹ ਕਹਿੰਦੇ ਵੈਸੇ ਇਨਫੋਰਮੇਸ਼ਨ ਸ਼ੇਅਰ ਨਹੀਂ ਕਰਦੇ, ਅਤੇ ਉਹ ਕਹਿੰਦੇ ਜੇ ਤੁਸੀਂ ਨਾ ਕੀਤਾ ਫਿਰ ਸ਼ਾਇਦ ਵੀਜ਼ੇ 'ਤੇ ਚਾਂਸ ਹੈਗੇ ਆ, ਅਤੇ ਸਰ ਮੈਂ ਇਹੀ ਪੁੱਛਣਾ ਸੀ ਵੀ ਹੁਣ ਜੇ ਮੈਂ ਸਰ ਅਪਲਾਈ ਕਰਦੀ ਹਾਂ ਆਸਟ੍ਰੇਲੀਆ ਲਈ, ਅਤੇ ਸਰ ਫਿਰ ਮੈਨੂੰ ਭਰਨਾ ਚਾਹੀਦਾ। ਦੇਖੋ ਮੈਡਮ, ਇੱਦਾਂ ਵਾ ਕਿ ਮੇਰਾ ਬੜਾ ਜੀ ਕਰਦਾ ਵਾ ਕਿ ਤੁਹਾਨੂੰ ਮੈਂ ਪੰਜਾਬੀ ਸਟਾਈਲ ਸਮਝਾਵਾਂ, ਪਰ ਮੈਂ ਬੈਠਾ ਆਸਟ੍ਰੇਲੀਆ ਵਿੱਚ ਹੈਗਾ ਵਾਂ, ਅਤੇ ਆਸਟ੍ਰੇਲੀਆ ਵਿੱਚ ਹੁੰਦਾ ਸੀ ਕਾਨੂੰਨ ਦੇ ਨਾਲ ਬੱਝੇ ਹੁੰਦੇ ਹਾਂ, ਕਿਉਂਕਿ ਇੰਡੀਆ 'ਚ ਕੋਈ ਨਹੀਂ ਪੁੱਛਦਾ, ਪਰ ਇੱਥੇ ਇਹ ਮਾਰਦੇ ਘੱਟ ਆ, ਉੱਦਾਂ ਹੀ ਬੰਦੇ ਨੂੰ ਸੁੱਕਣੇ ਪਾ ਦਿੰਦੇ ਆ ਇਹਦਾ ਹੁੱਕਾ ਪਾਣੀ ਬੰਦ ਕਰਕੇ। ਤੁਹਾਨੂੰ ਮੈਂ ਇੰਨੀ ਸਲਾਹ ਦੇ ਸਕਦਾ ਵਾਂ, ਪੰਜਾਬ 'ਚ ਜਿੱਥੇ ਵੀ ਤੁਸੀਂ ਰਹਿ ਰਹੇ ਹੋ ਇੱਕ ਫੋਨ ਨੰਬਰ ਨੋਟ ਕਰ ਲਓ, ਜੇ ਤੁਹਾਡੇ ਕੋਲ ਪੈਨ ਹੈਗਾ ਲੱਗ ਗਿਆ, ਅਤੇ ਉੱਥੇ ਤੁਸੀਂ ਚਲੇ ਜਾਓ, ਉਹ ਤੁਹਾਡਾ ਮਸਲਾ ਹੱਲ ਕਰ ਦੇਣਗੇ। ਫੋਨ ਨੰਬਰ ਹੈਗਾ ਜੀ 99157 33 3304। ਦੇਖੋ ਜੀ, ਸਿਆਣੇ ਕਹਿੰਦੇ ਹੁੰਦੇ ਆ ਕਿ ਇੰਨੇ ਵੀ ਕੜਵੇ ਨਾ ਬਣੋ ਕਿ ਲੋਕੀ ਥੂਕ ਦੇ, ਠੀਕ ਹੈ, ਇੰਨੇ ਵੀ ਮਿੱਠੇ ਨਾ ਬਣੋ ਕਿ ਲੋਕੀ ਨਿਕਲ ਜਾਏ। ਸੋ ਤੁਹਾਨੂੰ ਇਸ਼ਾਰਾ ਸਮੇਂ ਲੱਗ ਗਿਆ ਹੋਣਾ ਵਾ ਕਿ ਆਪਾਂ ਕਿਸ ਹਿਸਾਬ ਨਾਲ ਕੰਮ ਕਰਨਾ ਵਾ। ਬਾਕੀ ਦੇਖੋ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਵਾ ਜਿਹੜੀਆਂ ਸੱਚ ਬੋਲ ਕੇ ਮਿਲਦੀਆਂ ਵਾ, ਬਹੁਤ ਸਾਰੀ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਚੁੱਪ ਰਹਿ ਕੇ ਮਿਲਦੀਆਂ ਵਾ, ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਨਹੀਂ ਮਿਲਦੀਆਂ ਜੇ ਆਪਾਂ ਝੂਠ ਬੋਲੀਏ। ਤੁਸੀਂ ਆਲਰੇਡੀ 2 ਵਾਰੀ ਖਤਾ ਖਾ ਲਈ ਆ, ਤਾਂ ਅੱਗੇ ਧਿਆਨ ਨਾ ਕਰਿਓ। ਪਰ ਜੇ ਤੁਸੀਂ ਜਲੰਧਰ ਆਫਿਸ ਚਲੇ ਜਾਂਦੇ ਹੋ, ਵੈਸੇ ਵੈਬਸਾਈਟ 'ਤੇ ਜਾਓਗੇ bajwaimmigration.com 'ਤੇ, ਜਿਹੜੀ ਸਾਡੀ ਵੈਬਸਾਈਟ ਆ, ਉੱਥੋਂ ਤੁਹਾਨੂੰ ਐਡਰੈਸ ਵੀ ਮਿਲ ਜਾਏਗਾ, ਅਤੇ ਉੱਥੇ ਜਾ ਕੇ ਆਪਣੇ ਡਾਕੂਮੈਂਟ ਸਾਰੇ ਲੈ ਜਾਓ, ਨਾ ਰਿਫਿਊਜ਼ਲ ਲੈਟਰ ਲੈ ਜਾਓ, ਅਤੇ ਉੱਥੇ ਚਲੇ ਜਾਇਓ, ਅਤੇ ਉੱਥੇ ਜਾ ਕੇ ਉਹ ਮੇਰੇ ਨਾਲ ਤੁਹਾਡੀ ਗੱਲ ਕਰਾ ਦੇਣਗੇ, ਅਤੇ ਫਿਰ ਤੁਹਾਨੂੰ ਉਹ ਪਲਾਨ A, B, ਅਤੇ C ਦੱਸਣਗੇ। ਬਾਕੀ ਹਾਂ, ਦੇਖੋ ਡਾਟਾ ਸ਼ੇਅਰ ਕਰਦੇ ਨਹੀਂ ਕਰਦੇ ਇੱਕ ਅਲੱਗ ਚੀਜ਼ ਆ, ਪਰ ਆਪਾਂ ਐਪਲੀਕੇਸ਼ਨ ਸੱਚ ਬੋਲਣਾ ਵਾ, ਪਰ ਸੱਚ ਦੇ ਹਿਸਾਬ ਨਾਲ ਬੋਲਣਾ ਕਿ ਲਾਠੀ ਵੀ ਮਰ ਜਾਏ, ਕਿ ਸੱਪ ਵੀ ਮਰ ਜਾਏ, ਲਾਠੀ ਵੀ ਨਾ ਟੁੱਟੇ। ਹਾਂਜੀ ਸਰ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ, ਮਿਹਰਬਾਨੀ ਤੁਹਾਡੀ, ਥੈਂਕ ਯੂ ਭੈਣ ਜੀ। 0392024074 ਤੁਸੀਂ ਅੰਦਾਜ਼ ਦੇ ਵਿੱਚ ਗੱਲਾਂ ਸਮਝਾਉਂਦੇ ਪਏ ਹੋ, ਤੇ ਅੱਜ ਸੁਣਨ ਨਾਲ ਵੀ ਮੈਨੂੰ ਲੱਗਦਾ ਵੀ ਬਾਗੋ ਬਾਗ ਹੁੰਦੇ ਪਏ ਹੋਣਗੇ। ਅੱਜ ਮੈਂ ਯੋਗਾ ਕੀਤਾ, ਯੋਗਾ ਰਾਮ, ਠੀਕ ਹੈ ਜੀ। 0392024074 ਅਗਲੇ ਕਾਲਰ ਸਾਡੇ ਨਾਲ, ਤੁਸੀਂ ਆਉਂਦੇ ਰਹੋ ਜੀ। 234 234 ਹੋਣੇ ਰਹੋ। ਹੈਲੋ, ਤੁਸੀਂ ਆਉਂਦੇ ਰਹੋ ਜੀ। 234 ਗੱਲ ਕਰ ਸਕਦੇ ਹੋ ਜੀ ਤੁਸੀਂ? ਸਤਿ ਸ਼੍ਰੀ ਅਕਾਲ ਸਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਫੋਨ ਦੇ ਨੇੜੇ ਰਿਹਾ ਕਰੋ ਜੀ, ਕਾਫੀ ਚਿਰ ਆਪਾਂ ਨੂੰ ਐਵੇਂ ਆਵਾਜ਼ਾਂ ਮਾਰਦੇ ਲੰਘ ਜਾਂਦਾ। ਸਰ ਮੈਂ ਅਕਾਊਂਟਿੰਗ ਫਿਨਿਸ਼ ਕੀਤੀ ਆ, 5-6 ਮਹੀਨੇ ਹੋ ਗਿਆ, ਮੈਂ TR ਤੇ ਆ, ਮੇਰੇ ਕੋਲ ਹੈਗੀ 1.5 ਸਾਲ ਦੀ ਹੋਰ। ਹੁਣ ਕੋਈ ਪੋਸੀਬਿਲਿਟੀ ਹੈਗੀ ਆ ਕਿ ਮੈਂ ਮਤਲਬ ਮੋਟਰ ਮਕੈਨਿਕ ਦਾ ਕੋਰਸ ਫੋਨ ਕਰ ਲਾਂ, ਹੋ ਸਕਦਾ ਤੁਸੀਂ ਕੋਈ? ਦੇਖੋ ਵੀਰ ਜੀ, ਤੁਸੀਂ ਕਿਹੜੇ ਸ਼ਹਿਰ ਤੋਂ ਬੋਲ ਰਹੇ ਹੋ ਆਸਟ੍ਰੇਲੀਆ ਦੇ? ਮੈਂ ਬ੍ਰਿਸਬੇਨ ਤੋਂ ਬੋਲ ਰਿਹਾ ਜੀ। ਬ੍ਰਿਸਬੇਨ ਬੋਲ ਰਹੇ ਹੋ ਭਾਈ? ਦੇਖੋ ਇੱਦਾਂ ਵਾ ਕਿ ਬ੍ਰਿਸਬੇਨ ਸਾਡਾ ਆਫਿਸ ਖੁੱਲ ਚੁੱਕਿਆ ਵਾ, ਅਤੇ ਕਿਉਂਕਿ ਦੇਖੋ ਪਤਾ ਗੰਦਾ ਵਾ ਮੇਰਾ ਮੇਰਾ ਵੈਸੇ ਕੀ ਸੁਭਾਅ ਵਾ ਨੋਰਮਲੀ ਕਿ ਮੈਂ ਦਵਾਈ ਦੇਣ ਤੋਂ ਪਹਿਲਾਂ ਬਿਮਾਰੀ ਦੱਸਦਾ ਕਿਹੜੀ ਆ, ਫਿਰ ਦਵਾਈ ਦਾ ਸਾਲਟ ਦੱਸੀਦਾ ਵਾ। ਹੁਣ ਟ੍ਰਬਲ ਪਤਾ ਕੀ ਹੈਗੀ ਆ,
ਕਿ ਜਦੋਂ ਤੁਸੀਂ ਸਵਾਲ ਪੁੱਛਦੇ ਹੋ ਕਿਸੇ ਵੀ ਏਜੰਟ ਕੋਲ ਜਾ ਕੇ, ਮੈਂ ਜਿਹੜਾ ਅੱਧਾ ਘੰਟਾ ਪਹਿਲਾਂ ਲੈਕਚਰ ਦਿੱਤਾ ਵਾ, ਮੈਂ ਸਾਰਿਆਂ ਨੂੰ ਇਹ ਕਿਹਾ ਵਾ, ਮੈਂ ਕਿਹਾ ਸਾਡੇ ਤੋਂ ਇਤਬਾਰ ਨਾ ਕਰੋ, ਸਾਰੇ ਬਗਲੇ ਹੈਗੇ ਆ, ਪਰ ਕਈ ਬਗਲੇ ਮੱਛੀ ਨੂੰ ਟ੍ਰਾਂਸਫਰ ਕਰਦੇ ਆ ਕਿ ਮੱਛੀ ਖਾ ਜਾਂਦੇ ਆ। ਓਵਰਆਲ ਕੀ ਹੈਗਾ ਵਾ ਕਿ ਅਸੀਂ ਉਹ ਬਗਲੇ ਹੈਗੇ ਆ ਜਿਹੜੇ ਮੱਛੀ ਨੂੰ ਟ੍ਰਾਂਸਫਰ ਕਰਨਗੇ ਮੂੰਹ ਚ ਪਾ ਕੇ, ਅਸੀਂ ਤੁਹਾਨੂੰ ਖਾਵਾਂਗੇ ਨੀ, ਪਰ ਥੋੜੀ ਦੇਰ ਤੁਸੀਂ ਮੂੰਹ ਚ ਜਾਓਗੇ ਤੁਸੀਂ ਡਰਨਾ ਕਿ ਯਾਰ ਬਗਲਾ ਖਾ ਤੇ ਨੀ ਜਾਊਗਾ। ਸੋ ਕਹਿਣ ਦਾ ਭਾਵ ਇਹ ਹੈਗਾ ਵਾ ਕਿ ਆਪਾਂ ਪਹਿਲਾਂ ਸਮਝਾਉਣਾ ਵਾ ਕਿ ਕੋਰਸ ਕਿੰਨੀ ਦੇਰ ਦਾ ਵਾ, ਫਿਰ ਆਪਾਂ ਸਮਝਾਉਣਾ ਕਿ ਜੋਬ ਰੈਡੀ ਪ੍ਰੋਗਰਾਮ ਕਿੰਨੀ ਦੇਰ ਦਾ ਵਾ, ਫਿਰ ਆਪਾਂ ਸਮਝਾਉਣਾ ਵਾ ਤੁਹਾਨੂੰ ਕਿ ਭਾਈ ਜਦੋਂ ਕੱਲ ਨੂੰ ਤੁਹਾਡਾ ਵੀਜ਼ਾ ਖਤਮ ਹੋ ਜਾਊਗਾ ਉਹਨੂੰ ਕਿਸ ਤਰੀਕੇ ਨਾਲ ਆਪਾਂ ਬੈਕਅਪ ਲੈ ਕੇ ਚੱਲਾਂਗੇ, ਕਿਹੜੀ ਸਾਡੇ ਕੋਲ ਇੱਦਾਂ ਦੀ ਜਨਮ ਘੁੱਟੀ ਆ ਜਿਹੜੀ ਤੁਹਾਨੂੰ ਪਿਆਵਾਂਗੇ ਤੁਸੀਂ ਬਿਮਾਰ ਨਹੀਂ ਹੋਵੋਗੇ, ਤਾਂ ਕਿ ਤੁਹਾਨੂੰ ਸਾਰੇ ਕੁਐਸਚਨ ਦੇ ਜਵਾਬ ਜੇ ਪਹਿਲਾਂ ਹੀ ਹੋਣਗੇ ਤੁਸੀਂ ਡਰੋਗੇ ਨਹੀਂ। ਤੇ ਜੇ ਮੈਂ ਤੁਹਾਨੂੰ ਕਹਾਂਗਾ ਕੋਈ ਨੀ ਬਾਈ ਜੀ ਆਪਾਂ ਕਰ ਦਾਂਗੇ ਆਪਣੀ ਬੜੀ ਚੱਲਦੀ ਆ, ਤੇ ਤੁਸੀਂ ਕਹਿਣਾ ਯਾਰ ਬੰਦੇ ਦਾ ਨਾਮ ਤਾਂ ਸੁਣਿਆ, ਚਲੋ ਕੀ ਪਤਾ ਵਾਕਈ ਚੱਲਦੀ ਹੋਵੇ। ਆਪਾਂ ਉਹ ਕੰਮ ਨਹੀਂ ਕਰਨਾ, ਚੱਲਦੀ ਚੁਲਦੀ ਕਿਸੇ ਦੀ ਨਹੀਂ, ਚੱਲਦੀ ਸਿਰਫ ਰੱਬ ਦੀ ਆ। ਬੰਦਾ ਤਾਂ ਸਾਡਾ ਤੁਹਾਨੂੰ ਪਤਾ ਛੱਤ ਨਾਲ ਚਿੰਬੜੀ ਹੋਈ ਕਿਰਲੀ ਆ, ਕਿਸੇ ਨੂੰ ਕਿਰਲੀ ਨੇ ਪੁੱਛਿਆ ਕਿ ਚੱਲ ਚੱਲੀਏ ਜੰਗਲ ਘੁੰਮਣ, ਉਹ ਕਹਿੰਦੀ ਮੈਂ ਨੀ ਜਾਣਾ, ਉਹ ਕਹਿੰਦੇ ਕਿਉਂ ਭੈਣੇ ਕਿਉਂ ਨੀ ਜਾਣਾ, ਕਹਿੰਦੀ ਮੈਂ ਛੱਤ ਸਾਂਭੀ ਹੋਈ ਨਾ, ਛੱਤ ਨੂੰ ਛੱਤ ਮੇਰੇ ਸਾਰੇ ਟਿੱਗੀ ਹੋਈ ਆ, ਜੇ ਮੈਂ ਚੱਲੀ ਗਈ ਤਾਂ ਛੱਤ ਡਿੱਗ ਪੈਣੀ ਆ, ਏਦਾਂ ਏਜੰਟ ਹੁੰਦੇ ਅੱਜ ਕੱਲ੍ਹ ਦੇ। ਸੋ ਤੁਹਾਨੂੰ ਤੁਸੀਂ ਵੈਸੇ ਤੇ ਸਾਰੀ ਦੇਖੋ, ਹਾਂ ਤੁਸੀਂ ਕਰ ਸਕਦੇ ਹੋ ਆਪਣਾ ਮੋਟਰ ਮਕੈਨਿਕ ਦਾ ਕੋਰਸ ਜਾਂ ਕੋਈ ਵੀ ਜੋ ਟ੍ਰੇਡ ਕੋਰਸ, ਬਟ ਇੱਕ ਧਿਆਨ ਰੱਖਿਓ ਕਿ ਖਤਮ ਕਦੋਂ ਹੋਊਗਾ, ਵੀਜ਼ਾ ਕਦੋਂ ਮੁੱਕੂਗਾ, ਪੁਆਇੰਟ ਕਿੱਦਾਂ ਪੂਰੇ ਹੋਣੇ ਆ, ਇਹ ਸਾਰੇ ਸਵਾਲ ਤੁਹਾਡੇ ਪਹਿਲਾਂ ਤੁਹਾਡੇ ਦਿਮਾਗ 'ਚ ਆਉਣੇ ਚਾਹੀਦੇ ਆ। ਅਤੇ ਏਜੰਟ ਦੀ ਜ਼ਿੰਮੇਵਾਰੀ ਕੀ ਤੁਹਾਨੂੰ ਸਮਝਾਵੇ, ਬਾਕੀ ਸਾਡਾ ਆਪਣਾ ਸਾਡਾ ਜਿਹੜੀ ਵੈਬਸਾਈਟ ਆ bajwaimmigration.com, ਉੱਥੇ ਜਾ ਕੇ ਤੁਸੀਂ ਆਪਣਾ ਪ੍ਰੋਪਰ ਸਾਡੇ ਆਫਿਸ ਜਾ ਸਕਦੇ ਹੋ ਬ੍ਰਿਸਬਨ, ਜਾਂ ਫਿਰ ਮੇਰੇ 'ਤੇ ਫੋਨ 'ਤੇ ਅਪੁਆਇੰਟਮੈਂਟ ਲੈ ਕੇ ਮੇਰੇ ਨਾਲ ਵੀ ਗੱਲ ਕਰ ਸਕਦੇ ਹੋ। ਬਟ ਹਾਂ, ਡੇਢ ਸਾਲ ਦਾ ਟਾਈਮ ਸ਼ੋਰਟ ਹੈਗਾ ਵਾ, ਬਟ ਐਡਾ ਡਰਨ ਦੀ ਕੋਈ ਲੋੜ ਨਹੀਂ ਹੈਗੀ, ਕਿਉਂਕਿ ਇਹਨੂੰ ਅਸੀਂ ਗੁਬਾਰੇ ਵਾਂਗੂ ਫੈਲਾ ਵੀ ਦੇਵਾਂਗੇ, ਚੁੰਬਕ ਵਾਂਗੂ ਖਿੱਚ ਵੀ ਦੇਵਾਂਗੇ। ਠੀਕ ਹੈ ਸਰ, ਠੀਕ, ਥੈਂਕ ਯੂ, ਠੀਕ ਹੈ ਜੀ, ਧੰਨਵਾਦ ਜੀ। 03-9024-7004074 ਅਗਲੇ ਕਾਲਰ ਤੁਸੀਂ ਆਉਣੇ ਰਹੋ ਜੀ, 540। ਸਤਿ ਸ਼੍ਰੀ ਅਕਾਲ ਸਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਲਾਸਟ ਵੀਕ ਵੀ ਕਾਲ ਕੀਤੀ ਸੀਗੀ ਤੇ ਮੇਰੀ ਵਾਰੀ ਆਈ, ਸਭ ਤੋਂ ਐਂਡ ਤੇ ਗੱਲ ਕਲੀਅਰ ਨਹੀਂ ਹੋ ਪਾਈ ਜੀ। ਸਰ ਮੇਰੀ ਵਾਈਫ ਨੇ ਕੀਤਾ ਹੈ ਬਿਜ਼ਨਸ ਐਨਾਲਿਸਟ ਕੀਤੀ ਹੈ ਜੀ, 65 ਪੁਆਇੰਟ ਤੇ ਆ ਤੇ TR ਵੀਜ਼ੇ ਦੇ ਉੱਪਰ ਆ, ਮਗਰ 5 ਮਹੀਨੇ ਦਾ ਵੀਜ਼ਾ ਰਹਿ ਗਿਆ ਜੀ। ਸਾਨੂੰ ਕੋਈ ਦੱਸੋ ਸਰ ਸੋਲੂਸ਼ਨ, 65 ਪੁਆਇੰਟ ਤੇ ਤਾਂ ਕੋਈ ਹੋਪ ਲੱਗਦੀ ਨਹੀਂ ਜੀ। ਭਾਈ ਪਿਛਲੇ 45 ਮਿੰਟ ਦਾ ਸੋਲੂਸ਼ਨ ਹੀ ਦੱਸਦਾ ਵਾ ਵੀਰ ਮੇਰਿਆ, ਚੱਕਰ ਕੀ ਹੈਗਾ ਵਾ, ਬਿਲਕੁਲ ਦੇਖੋ ਰੈਡੀਮੇਡ ਸੋਲੂਸ਼ਨ ਕੋਈ ਨੀ ਹੈਗਾ। ਹੁਣ ਸਾਰੇ ਸੋਚਦੇ ਆ ਕਿ ਦੁਕਾਨ ਤੇ ਜਾਈਏ ਤੇ ਕੋਟ ਬਣਾ ਬਣਾਇਆ ਪਾ ਕੇ ਲੈ ਆਈਏ, ਉਹਨੂੰ ਕਹਿੰਦੇ ਰੈਡੀਮੇਡ ਗਾਰਮੈਂਟ ਦੀ ਦੁਕਾਨ। ਸਾਡੇ ਕੋਲ ਹੈਗਾ ਟੇਲਰ ਮੇਡ, ਅਸੀਂ ਪਹਿਲਾਂ ਨਾਪ ਲਵਾਂਗੇ ਫਿਰ ਕੱਪੜਾ ਪਸੰਦ ਕਰਾਵਾਂਗੇ ਉਸ ਹਿਸਾਬ ਨਾਲ ਸੀ ਕੇ ਦੇਵਾਂਗੇ। ਠੀਕ ਹੈ ਜੀ। ਹੁਣ ਤੁਸੀਂ ਸਾਰਿਆਂ ਨੇ ਭਾਲਦੇ ਪਏ ਰੈਡੀਮੇਡ ਦੇ ਕੱਪੜੇ, ਉਹ ਜ਼ਮਾਨਾ ਚਲਾ ਗਿਆ, ਹੁਣ ਰੈਡੀਮੇਡ ਸੋਲੂਸ਼ਨ PR ਵਿੱਚ ਗੇਮ 'ਚ ਖਤਮ ਹੋ ਗਿਆ ਵਾ। ਤੇ ਜਿਹੜਾ ਕਹਿਣ ਦਾ ਭਾਵ ਇਹ ਹੈ ਕਿ ਵੀਰ ਮੇਰਾ ਦੇਖੋ, ਦੋ ਗੱਲਾਂ ਵਾ, ਰੇਡੀਓ ਤੇ ਅਸੀਂ ਤੁਹਾਨੂੰ ਇੱਕ ਲਿਮਿਟਿਡ ਜਿਹਾ ਆਨਸਰ ਦੇ ਸਕਦੇ ਹਾਂ, ਉਹਦੇ ਪਿੱਛੇ ਬਹੁਤ ਸਾਰੇ ਕਾਰਨ ਹੁੰਦੇ ਆ। ਇੱਕ ਤੇ ਪਬਲਿਕਲੀ ਕੋਈ ਵੀ ਨੀ ਤੁਹਾਨੂੰ ਪਤਾ ਬੰਦਾ ਸਾਰੀਆਂ ਗੱਲਾਂ ਦੱਸਦਾ, ਕਿਉਂਕਿ ਉਹਦੇ ਪਿੱਛੇ ਬਹੁਤ ਸਾਰੀਆਂ ਬੰਦਿਸ਼ਾਂ ਹੁੰਦੀਆਂ ਵਾ। ਦੂਜੀ ਗੱਲ ਰਹੀ ਕਿ ਦੇਖੋ ਤੁਹਾਡੇ ਕੋਲ 6 ਮਹੀਨੇ ਦਾ ਵੀਜ਼ਾ ਹੈਗਾ ਵਾ, ਤੁਸੀਂ ਕਿਹੜੀ ਸਟੇਟ ਤੋਂ ਬੋਲ ਰਹੇ ਹੋ ਭਾਜੀ, ਮੈਲਬਨ ਤੋਂ ਕਿਤੇ ਬਾਹਰੋਂ? ਮੈਲਬਨ ਤੋਂ ਜੀ। ਮੈਲਬਨ ਤੋਂ ਭਾਈ ਦੇਖੋ ਤੁਸੀਂ ਸਾਡੇ ਖੂਹ ਤੇ ਆਓ, ਅਸੀਂ ਤੁਹਾਨੂੰ ਪਾਣੀ ਪਿਆਵਾਂਗੇ ਜੇ ਕੋਈ ਟਾਈਮ ਲੱਗੇ, ਮਿੱਠਾ ਪਾਣੀ ਪਿਆਵਾਂਗੇ, ਕੌੜਾ ਨੀ ਪਿਆਉਂਦੇ, ਪੰਜਾਬ ਵਾਲਾ ਨੀ ਪਿਆਵਾਂਗੇ। ਤੇ ਠੀਕ ਹੈ ਸਰ, ਪੂਰਾ ਸਮਝਾਉਣਾ ਚਾਹੁੰਦੇ ਆ। ਅਪੁਆਇੰਟਮੈਂਟ ਲਈ ਕਾਲ ਕੀਤੀ ਤੇ ਬਿਜ਼ੀ ਬਹੁਤ ਸੀਗਾ ਸ਼ਡਿਊਲ, ਅੱਜ ਵੀ ਕੀਤੀ ਸੀਗੀ ਜੀ, ਤੇ ਉਹ ਮੈਨੂੰ ਲੱਗਦਾ 24th June ਤੋਂ ਬਾਅਦ ਦੀ ਮਿਲ ਰਹੀ ਹੈ। ਭਾਈ ਦੇਖੋ ਸਾਡੀਆਂ ਨਾ ਦੇਖੋ ਇਦਾਂ ਵਾ ਕਿ ਤੁਸੀਂ ਇੱਕ ਕੰਮ ਕਰੋ, ਕਿਉਂਕਿ ਤੁਸੀਂ ਕੌਮੀ ਆਵਾਜ਼ ਤੋਂ ਸਾਨੂੰ ਫੋਨ ਕੀਤਾ, ਤੇ ਕੌਮੀ ਆਵਾਜ਼ ਜਿਹੜੇ ਹੈਗੇ ਆ ਇਹਨਾਂ ਨਾਲ ਸਾਡਾ ਬੜਾ ਪ੍ਰੇਮ ਹੈਗਾ ਵਾ, ਉਮੀਦ ਆ ਵੀ ਸਾਡੇ ਨਾਲ ਕਰਦੇ ਹੋਣਗੇ। ਤੇ ਤੁਸੀਂ ਕੱਲ ਸਵੇਰੇ 11 ਆਪਣੇ ਸਹਿ ਪਰਿਵਾਰ ਕਿਤਾਬਾਂ ਲੈ ਕੇ, ਸਾਰੇ ਡਾਕੂਮੈਂਟ ਲੈ ਕੇ ਸਾਡੇ ਕੋਲ ਪਹੁੰਚੋ, ਤੁਹਾਨੂੰ ਮੈਂ 11 ਸਪੈਸ਼ਲੀ ਮਿਲਾਂਗਾ, ਤੁਹਾਨੂੰ ਮੈਂ 10 ਵਿੱਚ ਦੁੱਧ ਕਾ ਦੁੱਧ ਤੇ ਪਾਣੀ ਦਾ ਪਾਣੀ ਤੇ ਸਪਰੇਟੇ ਦਾ ਸਪਰੇਟਾ ਕਰ ਦਾਂਗੇ। ਸ਼ੋਰ ਸਰ, ਫਿਰ ਕੱਲ ਮਿਲਦੇ ਆ ਜੀ। ਅੱਛਾ ਇੱਕ ਚੀਜ਼ ਧਿਆਨ ਰੱਖਿਓ, ਇੱਕ ਚੀਜ਼ ਧਿਆਨ ਰੱਖਿਓ, ਆਉਣ ਤੋਂ ਪਹਿਲਾਂ ਯੂਟਿਊਬ ਤੇ ਜਿਹੜੀ ਵੀਡੀਓ ਆ ਜੋਬ ਰੈਡੀ, ਉਹਨੂੰ ਵੇਖ ਕੇ ਆਇਓ, ਕਿਉਂਕਿ ਮੈਂ ਤੁਹਾਨੂੰ ਪਲਾਨ ABC ਦਊਂਗਾ ਤੇ ਤੁਹਾਨੂੰ ਮੇਰੇ ਨਾਲ ਚੱਲਣਾ ਪੈਣਾ ਵਾ। ਸਰ ਮੈਂ ਪਹਿਲਾਂ ਵੀ ਗੱਲ ਦੱਸ ਕੇ ਹਟਿਆ ਵਾਂ ਕਿ ਪਿਛਲੇ
3 ਦਿਨਾਂ ਵਿੱਚ ਮੇਰੀ ਫੇਸਬੁੱਕ ਤੇ ਰੱਬ ਦੀ ਮੇਰੇ ਨਾਲ ਘੱਟ ਤੋਂ ਘੱਟ 10-11 ਲੋਕਾਂ ਨੇ ਰਿਵਿਊ ਪਾਏ ਆ, ਜਿਹੜੇ ਵਿਚਾਰੇ ਕਹਿ ਲਓ ਕਿ ਕਹਿੰਦੇ ਸੀ ਕਿ ਅਸੀਂ ਐਮ ਆਰ ਡੀ ਚੋਣ ਵਾਪਸ ਹੀ ਨੀ ਆ ਸਕਦੇ, ਸਾਡਾ ਵੀਜ਼ਾ ਖਤਮ ਹੋ ਗਿਆ, ਉਹ ਲੋਕੀ ਪੱਕੇ ਹੋਏ ਆ, ਬਟ ਉਹਨਾਂ ਨੇ ਮੇਰੀ ਗੱਲ ਸੁਣੀ ਆ, ਮੈਨੂੰ ਸਪੋਰਟ ਕੀਤੀ ਆ, ਤੇ ਮੈਂ ਵੀ ਉਹਨਾਂ ਨੂੰ ਹੌਸਲਾ ਦਿੱਤਾ। ਤੇ ਬਾਕੀ ਐਂਡ ਆਫ ਦਾ ਡੇ ਜੇ ਆਪਾਂ ਗੱਲ ਕਹਿੰਦੇ ਹੁੰਦੇ ਆ, ਕਰਨ ਕਰਾਵਣ ਹਾਰ ਸੁਆਮੀ, ਪਰਮਾਤਮਾ ਹੀ ਸਭ ਕੁਛ ਕਰਨ ਕਰਾਉਣ ਵਾਲਾ ਹੈਗਾ, ਮਾਨਸ ਦੇ ਹਾਲ ਕੁਛ ਨੀ ਹੈਗਾ, ਪਰ ਕੋਸ਼ਿਸ਼ ਜ਼ਰੂਰ ਹੈਗੀ ਸਾਡੇ ਹੱਥ। ਠੀਕ ਹੈ ਜੀ ਸਰ, ਡਾਕੂਮੈਂਟ ਸਾਰੇ ਸਟੱਡੀ ਵਾਲੇ ਨਾਲ ਲੈ ਕੇ ਆਏਗੀ ਜੀ? ਭਾਜੀ ਇੰਡੀਆ 'ਚ ਜਿਹੜੇ ਕਾਗਜ਼ ਇਕੱਠੇ ਕੀਤੇ ਆ ਤੇ ਜਿਹੜੇ ਇੱਥੇ ਕੀਤੇ ਆ ਸਾਰੇ। ਠੀਕ ਹੈ ਜੀ, ਤੇ ਸਰ ਰਿਸੈਪਸ਼ਨ ਤੇ ਆ ਕੇ ਕੀ ਕਹਿਣਾ ਜੀ ਉਹਨਾਂ ਦਾ, ਸਾਨੂੰ ਐਂਟਰੀ ਨਹੀਂ ਇਦਾਂ ਦੇਣੀ ਵਿਦਆਊਟ ਅਪਾਇੰਟਮੈਂਟ? ਤੁਸੀਂ ਕਹਿਣਾ ਜੀ ਬਜਰੰਗ ਦਲ ਤੋਂ ਆਏ ਆ ਬਸ, ਤੁਸੀਂ ਬਸ ਇੰਨਾ ਕਿਹਾ ਕਹਿ ਦਿਓ। ਰਾਤੀ ਕੌਮੀ ਆਵਾਜ਼ ਦੇ ਭਾਈ ਨਾਲ ਗੱਲ ਹੋਈ ਸੀਗੀ ਤੇ ਉਹਨਾਂ ਨੇ ਕਿਹਾ ਸੀ 11 ਵਜੇ ਆ ਜਾਇਓ, ਤੇ ਮੈਨੂੰ ਵਿੱਚ ਐਡਜਸਟ ਕੀਤਾ ਵਾ ਤੇ ਉਹ ਦੇ ਦੇਣਗੇ ਐਂਟਰੀ। ਭਾਜੀ ਕੋਈ ਨੀ, ਸਾਡਾ ਕਿਹੜਾ ਲਾਲ ਕਿਲ੍ਹੇ ਦਾ ਦਰਵਾਜ਼ਾ, ਮਾਰਾ ਛੋਟਾ ਜਿਹਾ ਦਰਵਾਜ਼ਾ ਵਾ। ਠੀਕ ਹੈ ਸਰ, ਆਲ ਗੁੱਡ ਜੀ, ਮਿੰਟ ਆਪਣੇ ਕੋਲ 10 ਨੇ, ਸੋ ਮੈਂ ਜੇ ਆਪਣੇ ਕੋਲ ਸਮਾਂ ਰਿਹਾ ਤਾਂ ਆਪਾਂ ਹੋਰ ਲਵਾਂਗੇ, ਨਹੀਂ ਤਾਂ ਮੈਂ 5 ਕਾਲਾਂ ਨਾਲ ਹੀ ਮੈਨੂੰ ਲੱਗਦਾ ਆਪਣਾ ਟਾਈਮ ਕਾਫੀ ਉੱਤੇ ਚੱਲਣਾ ਜਾਵੇਗਾ, ਸਮਾਂ ਨਾ ਕੋਈ ਜ਼ਿੰਦਗੀ ਰਹੀ ਤਾਂ ਲਵਾਂਗੇ। ਠੀਕ ਹੈ ਜੀ, ਅਗਲੇ ਕਾਲਰ ਤੁਸੀਂ ਆਉਣ ਰਹੇ ਜੀ 290। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਤੇ ਕੌਣ ਸਾਹਿਬ ਕਿੱਥੋਂ ਬੋਲ ਰਹੇ ਹੋ ਵੀ ਦੱਸ ਦਿਓ। ਸਤਿ ਸ਼੍ਰੀ ਅਕਾਲ ਸਰ, ਮੈਂ ਅੰਮ੍ਰਿਤ ਬੋਲ ਰਿਹਾ ਸਿਡਨੀ ਤੋਂ। ਹਾਂਜੀ ਸਰ, ਸਰ ਮੈਂ ਸਰਟੀਫਿਕੇਟ 3 ਕਰ ਰਿਹਾ ਆਟੋਮੋਟਿਵ ਲਾਈਟ ਮਕੈਨਿਕ ਚ, ਤੇ ਸਰ ਮੈਂ ਇਹ ਪੁੱਛਣਾ ਸੀ ਜਿਹੜਾ ਉਹਦੇ ਵਿੱਚ ਆਪਾਂ ਘੰਟੇ ਸ਼ੋ ਕਰਦੇ ਹਾਂ 300 ਸਮਥਿੰਗ, ਉਹ ਆਪਾਂ ਪੂਰੇ ਕੋਰਸ ਤੋਂ ਬਾਅਦ ਵੀ ਕਰ ਸਕਦੇ ਹਾਂ ਜਾਂ ਪਹਿਲਾਂ ਹੀ ਕਰਨੇ ਪੈਣਗੇ? ਬਿਜੀ ਤੁਸੀਂ ਕਿੱਥੋਂ ਬੋਲ ਰਹੇ ਹੋ ਭਾਜੀ? ਸਰ ਸਿਡਨੀ ਤੋਂ ਬੋਲ ਰਿਹਾ। ਸਿਡਨੀ ਭਾਜੀ ਆਪਣਾ ਆਟੋਮੋਟਿਵ ਕਰ ਰਿਹਾ ਸਰ, ਕਿਹੜੇ ਕਾਲਜ ਕਰ ਰਹੇ? ਸਰ ਮੈਂ ਇਸ ਟਾਈਮ ਮੈਂ ਮੈਲਬੋਰਨ 'ਚ ਹਾਂ, ਮੈਂ ਆਟੋਮੋਟਿਵ ਮੈਲਬੋਰਨ 'ਤੇ ਕਰ ਰਿਹਾ, ਅਤੇ ਸਰ ਮੈਂ ਇਹ ਪੁੱਛਣਾ ਸੀ ਕਿ ਮੈਂ ਜਿਹੜੇ ਪਹਿਲੇ ਵਾਲੇ ਆਵਰਸ ਵਿੱਚ ਸ਼ੋ ਕਰਨੇ ਆ ਜਾਂ ਉਸ ਤੋਂ ਬਾਅਦ ਸ਼ੋ ਕਰਦੇ ਹਾਂ, ਕੋਰਸ ਤੋਂ ਬਾਅਦ ਜੇ ਟਾਈਮ ਹੋਏ ਤਾਂ ਕਰ ਸਕਦਾ ਇਕੱਠੇ? ਅੱਛਾ ਦੇਖੋ ਭਾਜੀ, ਮੈਂ ਤੁਹਾਡੀ ਸਾਰਿਆਂ ਦੀ ਸਹੂਲਤ ਵਾਸਤੇ ਅਸੀਂ ਯੂਟਿਊਬ 'ਤੇ ਨਾ ਸਾਡਾ ਜਿਹੜਾ ਚੈਨਲ ਆ ਬਾਜਵਾ ਮਿਗੇਸ਼ਨ ਕੰਸਲਟੈਂਟ, ਮੈਂ ਬਾਰ ਬਾਰ ਇਹ ਗੱਲ ਕਿਉਂ ਰਿਪੀਟ ਕਰਦਾ ਹੁੰਦਾ ਕਿਉਂਕਿ ਆਪਾਂ ਨੂੰ ਪੰਜਾਬੀਆਂ ਦਾ ਉਹਨਾਂ ਆਦਤ ਆ ਇੱਕ ਗੱਲ ਨੂੰ ਬਾਰ ਬਾਰ ਕਹਾਉਣ ਦੀ, ਸਾਨੂੰ ਬੜਾ ਮਜ਼ਾ ਆਉਂਦਾ ਗੱਲ ਕਰਕੇ, ਤੁਹਾਨੂੰ ਵੀ ਸ਼ਾਇਦ ਸੁਣ ਕੇ ਮਜ਼ਾ ਆਉਂਦਾ ਹੋਊਗਾ। ਕੀ ਹੈਗਾ ਵਾ ਕਿ ਜਦੋਂ ਅਸੀਂ ਯੂਟਿਊਬ 'ਤੇ ਜਾਓਗੇ ਬਾਜਵਾ ਇਮੀਗ੍ਰੇਸ਼ਨ ਕੰਸਲਟੈਂਟਸ ਪਾਓਗੇ, ਸਾਡਾ ਚੈਨਲ ਆਏਗਾ, ਉੱਤੇ ਇੱਕ ਵੀਡੀਓ ਹੈਗੀ ਆ ਜੋਬ ਰੈਡੀ। ਜੋਬ ਰੈਡੀ ਮਤਲਬ ਸਕਿੱਲ ਅਸੈਸਮੈਂਟ ਹੀ ਆ, ਤੁਹਾਨੂੰ ਸਮਝਾਉਣਾ, ਵੈਸੇ ਦੁਬਾਰਾ ਸਮਝਾ ਦੇਣਾ, ਵੈਸੇ ਵੀਡੀਓ ਜ਼ਰੂਰ ਦੇਖ ਲਿਓ, ਬੜੀ ਕੰਮ ਦੀ ਚੀਜ਼ ਆ, ਤੁਹਾਨੂੰ ਬੜਾ ਫਾਇਦਾ ਦੇਵੇਗੀ। 360 ਘੰਟੇ ਤੁਸੀਂ ਕਰ ਸਕਦੇ ਹੋ ਪੜ੍ਹਾਈ ਦੇ ਨਾਲ ਨਾਲ। ਹਾਂਜੀ ਠੀਕ ਹੈ ਜੀ, ਤੇ ਜਦੋਂ 360 ਘੰਟੇ ਤੇ ਪੜ੍ਹਾਈ ਹੋ ਗਈ ਤੇ ਤੁਸੀਂ ਕੱਚੀ ਟੀ ਆਰ ਏ ਪਾਤੀ, ਕੱਚੀ ਜੋਬ ਰੈਡੀ ਪਾਤੀ, ਕੱਚੀ ਸਕਿੱਲ ਅਸੈਸਮੈਂਟ ਪਾਤੀ, ਇੱਕ ਚੀਜ਼ ਦੇ 3 ਨਾਂ ਆਪਾਂ ਵੱਖਰੇ ਵੱਖਰੇ ਲੈ ਤੇ ਜਿਸ ਤਰੀਕੇ ਨਾਲ ਤੁਹਾਨੂੰ ਠੀਕ ਲੱਗਦਾ, ਤੇ ਉਸ ਤੋਂ ਬਾਅਦ ਵੀਰ ਮੇਰਿਆ 1725 ਘੰਟੇ ਜਿਹੜੇ ਆ ਉਹ ਤੁਸੀਂ ਸਰਟੀਫਿਕੇਟ 3 ਕਰਨ ਤੋਂ ਬਾਅਦ ਜਦੋਂ ਸਕਿੱਲ ਅਸੈਸਮੈਂਟ ਪਾਤੀ ਉਸ ਤੋਂ ਬਾਅਦ ਸ਼ੁਰੂ ਕਰਨੇ ਆ। ਸਰ ਮੈਂ ਇਹ ਤੇ ਪੁੱਛ ਰਿਹਾ, ਸਰ ਮੈਂ ਇਹੀ ਪੁੱਛ ਰਿਹਾ ਸੀ ਜਿਹੜੇ 360 ਘੰਟੇ ਆ ਜਿਹਦਾ ਮੈਂ ਕੋਰਸ ਫਿਨਿਸ਼ ਹੋਣ ਤੋਂ ਬਾਅਦ 17 ਘੰਟਿਆਂ ਨਾਲ ਇਕੱਠੇ ਟੂਗੈਦਰ ਕਰ ਸਕਦਾ? ਜਦੋਂ ਵੀਰ ਜੀ ਸਰਟੀਫਿਕੇਟ 3 ਕਰ ਲਿਆ, 360 ਘੰਟੇ ਕਰ ਲਿਆ, ਤੁਸੀਂ ਟੀ ਆਰ ਏ ਜਿਹਨੂੰ ਜੋਬ ਰੈਡੀ ਦੀ ਐਪਲੀਕੇਸ਼ਨ ਪਾ ਦਿੱਤੀ ਉਸ ਤੋਂ ਬਾਅਦ ਨਾਲ ਹੀ ਸ਼ੁਰੂ ਕਰ ਦਿਓ ਫੁੱਲ ਟਾਈਮ ਜਿਹੜੇ ਹੈਗੇ 1725। ਨਹੀਂ ਨਹੀਂ ਸਰ, 360 ਵਾਲੇ ਮੈਂ ਸਰਟੀਫਿਕੇਟ ਦੇ ਨਾਲ ਨਹੀਂ ਕੀਤੇ, ਮੈਂ ਉਹਨਾਂ ਦਾ ਪੁੱਛ ਰਿਹਾ ਸੀ। ਹਾਂ ਬਾਅਦ 'ਚ ਕਰ ਸਕਦੇ ਹੋ, ਬਾਅਦ 'ਚ ਕਰ ਸਕਦੇ ਹੋ। ਹਾਂਜੀ ਹਾਂਜੀ, ਬਸ ਉਹੀ ਪੁੱਛਣਾ ਸੀ ਸਰ। ਚਲੋ ਮੈਂ ਜੋ ਜ਼ਿਆਦਾ ਸਮਝਾ ਦਿੱਤਾ, ਮੈਨੂੰ ਉਮੀਦ ਹੈ ਕਿ ਤੁਹਾਨੂੰ ਉਹ ਚੀਜ਼ਾਂ ਵੀ ਫਾਇਦਾ ਦੇਣਗੇ। ਓਕੇ ਸਰ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਜੀ, ਮਿਹਰਬਾਨੀ, ਤੁਹਾਨੂੰ ਦੁੱਧ ਪਿਆਸਾ ਭਾਜੀ। ਜੀ ਸਰ, ਸਾਡੇ ਕੋਲ 8 ਮਿੰਟ ਦਾ ਸਮਾਂ ਬਾਕੀ ਹੈ ਤੇ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਸਾਰਿਆਂ ਦੀਆਂ ਜਿਹੜੇ ਹੋਲਡ ਤੇ ਨੇ ਇਹਨਾਂ ਸਾਰਿਆਂ ਦੀ ਕਾਲਾਂ ਲੈ ਹੀ ਲਵਾਂਗੇ, ਬਾਕੀ ਜੇ ਹੋਰ ਗੁੰਜਾਇਸ਼ ਹੋਈ ਤਾਂ ਅਸੀਂ ਹੋਰ ਵੀ ਕਾਲਾਂ ਲੈਣ ਦੀ ਕੋਸ਼ਿਸ਼ ਕਰਾਂਗੇ। ਅਗਲੇ ਕਾਲਰ ਤੁਸੀਂ ਆਉਣੇ ਰਹੋ ਜੀ, 553 ਆਉਣੇ ਰਹੋ ਜੀ ਤੁਸੀਂ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਦੋਵੇਂ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਭਾਜੀ ਮੈਂ ਅੰਡਰਸਟੈਂਡ ਕਰਦਾ ਤੁਹਾਡਾ ਟਾਈਮ ਸ਼ੋਰਟ ਹੈ ਬਾਜਵਾ ਸਾਹਿਬ, ਪਰ ਥੈਂਕ ਯੂ ਬਹੁਤ ਇਨਫੋਰਮੇਸ਼ਨ ਦੇਣ ਲਈ ਕਮਿਊਨਿਟੀ ਨੂੰ। ਸੋ ਮੇਰਾ ਸਵਾਲ ਇਹ ਹੈਗਾ ਕਿ ਮੈਂ ਆਪਣੇ ਫਰੈਂਡ ਦੇ ਬਿਹਾਫ ਤੇ ਫੋਨ ਕਰ ਰਿਹਾ, ਉਹਨਾਂ ਨੇ ਐਮ ਆਰ ਟੀ ਤੇ ਹੈਗੇ ਨੇ ਤੇ ਸਟੂਡੈਂਟ ਵੀਜ਼ਾ ਰਿਫਿਊਜ਼ ਹੋਇਆ ਸੀਗਾ, ਹੇਅਰਿੰਗ ਹੋ ਗਈ ਸੀਗੀ ਸੈਬਰ ਚੇਤੇ, ਪਰ ਹਲੇ ਕੋਈ ਰਿਸਪੋਂਸ ਨਹੀਂ ਆਇਆ।
ਤੇ ਉਹ ਪੀ ਆਰ ਏ ਅਸੈਸ ਕਰਾਉਣਾ ਚਾਹੁੰਦੇ ਆਪਣੇ ਜੋਬ ਰੈਡੀਅਸ ਤੇ, ਤੇ ਇਹਦੇ ਵਿੱਚ ਪੁਰਾਣਾ ਐਕਸਪੀਰੀਅੰਸ ਚੱਲ ਪੈਂਦਾ ਜਿੱਦਾਂ ਕਿ ਜਿੱਦਾਂ ਆਪਾਂ 3 ਕੁ ਮਹੀਨੇ ਪੁਰਾਣਾ ਐਕਸਪੀਰੀਅੰਸ ਪਵਾ ਸਕਦੇ ਹਾਂ ਇਹਦੇ ਵਿੱਚ, ਅਤੇ ਨਾਲ ਕੈਸ਼ ਤੇ ਲੈ ਸਕਦੇ ਹਾਂ? ਭਾਜੀ ਲੈ ਸਕਦੇ ਦੇ ਸਕਦੇ ਮੈਨੂੰ ਇਹ ਤਾਂ ਨਹੀਂ ਪਤਾ, ਪਰ ਮੈਂ ਤੁਹਾਨੂੰ ਕਾਨੂੰਨ ਸਮਝਾ ਸਕਦਾ ਵਾਂ ਕਿ ਜੇ ਕਿਸੇ ਕੋਲ 3 ਮਹੀਨੇ ਤੋਂ ਕੰਮ ਕਰ ਰਿਹਾ ਕੋਈ ਐਜ਼ ਏ ਸ਼ੈਫ ਜਾਂ ਕੁੱਕ ਜਾਂ ਮੋਟਰ ਮਕੈਨਿਕ ਜੋ ਵੀ ਉਹਦੀ ਆਕੂਪੇਸ਼ਨ ਹੈਗਾ ਵਾ, ਉਹਨੂੰ ਉਹ ਕੰਸੀਡਰ ਕਰ ਲੈਂਦੇ ਆ, ਕਰਦੇ ਆ, ਸੋਰੀ। ਠੀਕ ਹੈ ਜੀ, ਠੀਕ ਹੈ। ਤੇ ਸਰ ਦੂਸਰਾ ਇੱਕ ਕੈਫੇ ਤੋਂ ਪਵਾ ਸਕਦੇ ਹਾਂ ਆਪਾਂ ਐਕਸਪੀਰੀਅੰਸ ਹੈ, ਮਤਲਬ ਕਿ ਕੈਫੇ ਨਹੀਂ ਐਪਲੀਕੇਬਲ ਕਰਦਾ ਇਸ ਚੀਜ਼ 'ਚ? ਭਾਈ ਹੁਣ ਡਿਪੈਂਡ ਕਰਦਾ ਨਾ, ਇਕੱਲਾ ਸੀ ਏ ਐਫ ਈ ਏ ਆ ਕਿ ਉਹਦੇ ਕੰਮ ਵੀ ਹੁੰਦਾ ਪਿਆ, ਮਤਲਬ ਪ੍ਰੋਪਰ ਕਿਚਨ ਹੈਗਾ ਵਾ, ਐਕਚੁਅਲ ਕਿਚਨ ਹੈਗਾ ਕੈਫੇ ਵਰਕ ਐਕਚੁਅਲ ਚ ਰਨਿੰਗ ਆਰਡਰ ਚ, ਭਾਜੀ ਕਿਉਂ ਨਹੀਂ ਪਵਾ ਸਕਦੇ? ਪਵਾ ਸਕਦੇ, ਜ਼ਰੂਰ ਪਵਾ ਸਕਦੇ। ਜੇ ਦੇਖੋ ਮੇਨਲੀ ਭਾਜੀ ਦੇਖੋ ਇੱਦਾਂ ਵਾ ਕਿ ਹੁਣ ਉੱਥੇ ਡਿਊਟੀਜ਼ ਪੂਰੀਆਂ ਹੁੰਦੀਆਂ ਹੁਣ ਐਜ਼ ਏ ਸ਼ੈਫ ਤੇ ਸ਼ੈਫ ਦੀਆਂ ਜਾਂ ਕੁੱਕ ਦੀਆਂ ਜੋ ਵੀ ਤੁਸੀਂ ਪਾਉਣਾ ਚਾਹੁੰਦੇ ਹੋ, ਜਿਹਦੀਆਂ ਡਿਊਟੀਜ਼ ਹੋ ਰਹੀਆਂ ਤੁਸੀਂ ਜ਼ਰੂਰ ਕਰ ਸਕਦੇ ਹੋ। ਬਾਕੀ ਜਿਹੜੀਆਂ ਘੁੰਡੀਆਂ ਭਾਜੀ ਉਹ ਤਾਂ ਤੁਹਾਨੂੰ ਪਤਾ, ਹੁਣ ਮੈਂ ਰੇਡੀ ਤੋਂ ਕਿੱਥੇ ਦੱਸ ਨਹੀਂ ਸਕਦਾ, ਮੇਰਾ ਜੀ ਨਹੀਂ ਕਰਦਾ ਦੱਸਣ ਦਾ। ਨਹੀਂ ਥੈਂਕ ਯੂ। ਤੇ ਭਾਈ ਕੈਸ਼ ਨੂੰ ਜੋ ਫਿਰ ਉਹ ਕੁਐਸਚਨੇਬਲ ਨਹੀਂ ਹੈਗਾ ਕਿ ਕੈਸ਼ ਤੁਸੀਂ ਕਿਉਂ ਪੇਮੈਂਟ ਲਈ, ਤੁਸੀਂ ਅਕਾਊਂਟ ਕਿਉਂ ਨਹੀਂ ਪਵਾਈ, ਕੋਈ ਇਸ਼ੂ ਤਾਂ ਨਹੀਂ ਇਸ ਚੀਜ਼ ਦਾ, ਕਰਦੇ ਨੇ ਕੰਸੀਡਰ? ਭਾਈ ਤੁਸੀਂ ਸਾਰੇ ਸਵਾਲ ਐਟਮ ਬੰਬ ਵਾਲੇ ਕੋ ਪੁੱਛ ਰਹੇ ਹੋ, ਪਟਾਕੇ ਵਾਲੇ ਪੁੱਛ ਰਹੇ, ਛੋਟਾ ਮੋਟਾ ਜਿਹਾ ਭਾਜੀ ਹੁਣ ਤੁਸੀਂ ਬੰਦੇ ਇੱਦਾਂ ਦੇ ਤੁਹਾਡੇ ਕੋਲ ਵਧੀਆ ਸਵਾਲ ਪੁੱਛਾਂਗੇ, ਮੈਂ ਛੋਟੇ ਮੋਟੇ ਸਵਾਲ ਪੁੱਛਣ ਲੱਗ ਪਿਆ ਰਹੀ ਕਿ ਮੇਰਾ ਭਾਜੀ ਕਿ ਮੁੰਨੀ ਸ਼ੀਲਾ ਨੂੰ ਰਿਸ਼ਤੇਦਾਰੀ ਹੈ ਮੇਰੀ ਤੇ ਕਰ ਭਾਈ ਕੈਸ਼ ਮੈਨੂੰ ਵੀ ਕਿਸੇ ਰਾਧੇ ਮਾਂ ਨਾਲ ਨਾ ਜੋੜੋ ਨਾ ਭਾਜੀ, ਮੈਂ ਤਾਂ ਭਾਜੀ ਦੇਖੋ ਏਦਾਂ ਵਾ ਆਸਟ੍ਰੇਲੀਆ ਵਿੱਚ ਜਿਹੜੀ ਪੇਮੈਂਟ ਹੁੰਦੀ ਨਾ ਉਹ ਕੈਸ਼ ਵੀ ਹੋ ਸਕਦੀ ਹੈ, ਮੈਥਡ ਆਫ ਪੇਮੈਂਟ ਕੈਸ਼ ਵੀ ਆ, ਬੈਂਕ ਟ੍ਰਾਂਸਫਰ ਵੀ ਆ, ਚੈੱਕ ਵੀ ਆ, ਤੇ ਉਹ ਤੁਹਾਨੂੰ ਕਿਉਂ ਪੁੱਛਣਗੇ ਭਾਜੀ ਤੁਸੀਂ ਕੈਸ਼ ਤੋਂ ਪੇਮੈਂਟ ਲਈ ਜੇ ਤੁਹਾਡਾ ਟੈਕਸ ਉੱਪਰ ਪੇ ਹੋਇਆ ਯੂ ਆਰ ਓਕੇ? ਠੀਕ ਹੈ ਜੀ, ਠੀਕ ਹੈ। ਤੇ ਭਾਜੀ ਜਿੱਦਾਂ ਹੁਣ ਐਮ ਆਰ ਟੀ ਤੇ ਨੇ ਤੇ ਉਹ ਪੀ ਆਰ ਨਹੀਂ ਪਾ ਸਕਦੇ, ਤੇ ਜਿੱਦਾਂ ਜਿਹੜਾ ਇਹ ਜੋਬ ਰੈਡੀ ਜਦੋਂ ਕੰਟੀਨਿਊ ਕਰਨਾ, ਜਿਹੜਾ ਪੀ ਆਰ ਏ ਵਾਲਾ ਐਕਸਪੀਰੀਅੰਸ ਵੀ ਕੰਟੀਨਿਊ ਚ ਹੁੰਦਾ ਕਿ ਉਹ ਅਲੱਗ ਸ਼ੁਰੂ ਹੋਏਗਾ ਐਕਸਪੀਰੀਅੰਸ ਜਿਹੜਾ ਆਪਾਂ 3-7 ਘੰਟੇ ਤੋਂ ਲਾਵਾਂ? ਭਾਜੀ ਦੇਖੋ ਏਦਾਂ ਹੁੰਦਾ ਵਾ ਕਿ ਐਮ ਆਰ ਟੀ ਚ ਕੋਈ ਹੈਗਾ ਜਾਂ ਨਹੀਂ ਹੈਗਾ ਇੰਨਾ ਮੈਟਰ ਨਹੀਂ ਕਰਦਾ, ਮੈਟਰ ਕੀ ਕਰਦਾ ਹੈਗਾ ਵਾ ਕਿ ਬੰਦਾ ਜਿਹੜੀ ਵੀ ਜਿਹੜਾ ਮੰਨ ਲਓ ਕੋਈ ਬੰਦਾ ਫੁੱਲ ਟਾਈਮ ਕੰਮ ਕਰਨਾ ਚਾਹੁੰਦਾ, ਜਦੋਂ ਕੋਈ ਫੁੱਲ ਟਾਈਮ ਦਾ ਵਰਕ ਰਾਈਟ ਨਹੀਂ ਹੈਗੀ ਤੇ ਉਹ ਕਿੱਥੋਂ ਕਰ ਲੂਗਾ ਭਾਜੀ, ਸਮਝੇ ਗੱਲ? ਹਾਂਜੀ ਹਾਂਜੀ, ਠੀਕ ਹੈ। ਤੇ ਭਾਜੀ ਸਪਲਿਟ ਨਹੀਂ ਕਰ ਸਕਦੇ ਹਾਂ ਕਿਉਂਕਿ ਉਹ ਚ ਪ੍ਰੋਬਲਮ ਆਈ, ਉਹਨਾਂ ਨੇ ਕੈਸੇ ਫੀਲ ਕੀਤਾ, ਤੇ ਸਪਲਿਟ ਕਰ ਸਕਦੇ ਕਿ 260 ਇੱਕ ਬੰਦੇ ਕੋਲ ਤੇ 100 ਇੱਕ ਬੰਦੇ ਕੋਲ, ਇਹਦਾ ਕੋਈ ਇਸ਼ੂ ਤਾਂ ਨਹੀਂ? ਤੁਹਾਡੇ ਵਰਗਾ ਬੰਦਾ ਨਾ ਡਾਕਟਰ ਕੋਲ ਚਲਾ ਗਿਆ, ਡਾਕਟਰ ਨੂੰ ਕਹਿੰਦਾ ਫੀਸ ਕਿੰਨੀ ਆ, ਕਹਿੰਦਾ 10 ਰੁਪਏ, ਕਹਿੰਦਾ ਲੈ 10 ਰੁਪਏ ਮੈਨੂੰ ਦਵਾਈ ਦੱਸ, ਉਹਨੇ ਦਵਾਈ ਦੇ ਦਿੱਤੀ ਨਾ, ਕਹਿੰਦਾ ਲੈ ਦਵਾਈ, ਕਹਿੰਦਾ ਕਿੱਦਾਂ ਖਾਣੀ ਆ, ਕਹਿੰਦਾ ਤੂੰ ਨਾ ਦੁੱਧ ਨਾ ਖਾ ਲਈ, ਕਹਿੰਦਾ ਦੁੱਧ ਮੱਝ ਦਾ ਕੇ ਗਾਂ ਦਾ ਕੇ ਬੱਕਰੀ ਦਾ, ਕਹਿੰਦਾ ਯਾਰ ਗਾਂ ਦਾ ਨੇ ਖਾ ਲਈ, ਕਹਿੰਦਾ ਦੁੱਧ ਬਾਹਰ ਗਰਮ ਕੇ ਠੰਡਾ, ਕਹਿੰਦਾ ਠੰਡਾ ਨਾ ਖਾ ਲਈ, ਠੀਕ ਆ, ਕਹਿੰਦਾ ਠੰਡਾ ਵੀ ਕਿਸ ਲੈਵਲ ਦਾ ਹੋਣਾ ਚਾਹੀਦਾ, ਉਹ ਕਹਿੰਦਾ ਭਰਾ ਲੈ ਆਪਣੇ 10 ਰੁਪਏ ਤੁਸੀਂ ਜਾ ਯਾਰ। ਹਾਂਜੀ ਕਰ ਸਕਦੇ ਭਾਈ, 360 ਘੰਟੇ 2-3 ਜਗ੍ਹਾ ਤੋਂ ਲੈ ਸਕਦੇ। ਥੈਂਕ ਯੂ ਸੋ ਮਚ ਭਾਜੀ, ਅਗਲੀ ਕਾਲਰ ਆਪਾਂ ਆਉਣੇ ਰਹਿੰਦੇ ਹਾਂ ਜੀ, ਤੁਸੀਂ ਆਉਣੇ ਰਹੋ ਜੀ 567। ਹੈਲੋ ਸਤਿ ਸ੍ਰੀ ਅਕਾਲ ਭਾਜੀ। ਹਾਂਜੀ ਸਤਿ ਸ੍ਰੀ ਅਕਾਲ ਭਾਜੀ, ਮੈਂ ਨਾ ਅਕਾਊਂਟਿੰਗ ਚ ਆਇਆ ਸੀ, ਹਲੇ 6 ਮਹੀਨੇ ਹੋਏ ਨੇ, ਡਿਪਲੋਮਾ ਚੱਲ ਰਿਹਾ ਵਾ, ਤੇ ਮੈਂ ਸੋਚ ਰਿਹਾ ਸੀ ਕਿ ਕੋਰਸ ਮੈਂ ਚੇਂਜ ਕਰ ਦਵਾਂ ਕਿਉਂਕਿ ਫੀਸ ਬਹੁਤ ਜ਼ਿਆਦਾ ਆ, ਤੇ ਮੈਂ ਬਾਜਵਾ ਸਾਹਿਬ ਤੋਂ ਪੁੱਛਣਾ ਸੀਗਾ ਕਿ ਕਿਹੜੀ ਲਾਈਨ ਦੇ ਵਿੱਚ ਜਾਇਆ ਜਾਵੇ, ਲਾਈਕ ਸ਼ੈਫ, ਪੇਂਟਿੰਗ, ਕਿਹੜੀ ਲਾਈਨ ਫਾਇਦੇ 'ਚ ਰਹੂਗੀ, ਜਿਹਦੀ ਫੀਸ ਵੀ ਘੱਟ ਹੋਵੇ ਅਤੇ ਗਾਂਹ ਉਹਦਾ ਫਿਊਚਰ ਵੀ ਹੋਵੇ। ਭਾਜੀ ਦੁਨੀਆਂ 'ਚ ਇੱਕ ਕੰਮ ਸਭ ਤੋਂ ਜ਼ਿਆਦਾ ਫਾਇਦਾ ਵਾ, ਉਹ ਕਰਨਾ ਕੀ ਆ ਭਾਜੀ? ਰੱਬ ਦਾ ਨਾਂ ਲਿਆ ਕਰੋ। ਤੁਸੀਂ ਕਿੱਥੋਂ ਬੋਲ ਰਹੇ ਹੋ, ਮੈਲਬਨ ਤੋਂ ਬੋਲ ਰਹੇ ਹੋ ਕਿ ਬਾਹਰੋਂ ਬੋਲ ਰਹੇ ਹੋ? ਮੈਲਬਨ ਸਰ, ਮੈਲਬਨ। ਅੱਛਾ ਦੇਖੋ ਤੁਹਾਨੂੰ ਮੈਂ ਗੱਲ ਸਮਝਾਉਂਦਾ ਵਾ,
ਤੁਸੀਂ ਇਹ ਨਾ ਸੋਚਿਓ ਕਿ ਤੁਹਾਨੂੰ ਮੈਂ ਖਿੱਚ ਧੋ ਕੇ ਆਪਣੇ ਦਫ਼ਤਰ ਬੁਲਾਉਣਾ ਚਾਹੁੰਦਾ ਵਾਂ। ਤੋ ਸਿੰਪਲ ਜਿਹੀ ਗੱਲ ਆ ਕਿ ਮੈਂ ਨਾ ਦੇਖਿਆ ਕਿ ਜਦੋਂ ਬੱਚਿਆਂ ਨੇ ਕੋਰਸ ਚੇਂਜ ਕਰਾਉਣਾ ਹੁੰਦਾ ਨਾ, ਉਦੋਂ ਤੇ ਯਾਦ ਕਹਿੰਦੇ ਲੈ ਛੋਟਾ ਜਿਹਾ ਕੰਮ ਆ ਯਾਰ, ਆਪਾਂ ਆਪ ਹੀ ਕਰ ਲਾਂਗੇ, ਜਾਂ ਕਿਸੇ ਨਾ ਯਾਰ ਦੋਸਤ ਦੇ ਪਿੱਛੇ ਲੱਗ ਕੇ, ਜਾਂ ਕਿਸੇ ਵੀ ਉਹ ਸਲਾਹ ਕੋਲ ਚਲੇ ਜਾਂਦੇ ਜਿਹੜਾ ਸਿਰਫ ਜਰਾ ਮਾੜੀ ਮੋਟੇ ਉਹ ਛੋਟੇ ਮੋਟੇ ਜਾਦੂ ਟੂਣੇ ਜਿਹਾ ਕਰਦਾ ਨਾ। ਹੁਣ ਕੀ ਹੁੰਦਾ ਵਾ ਕਿ ਬਾਅਦ ਚ ਜਦੋਂ ਪੀ ਆਰ ਦੀ ਗੱਲ ਹੁੰਦੀ, ਉਦੋਂ ਸਾਡੇ ਕਹਿੰਦੇ ਉਹ ਭਾਜੀ ਗਲਤ ਕੋਰਸ ਲੈ ਲਿਆ, ਭਾਜੀ ਉਹ ਸਾਡਾ ਹੁਣ ਏਦਾਂ ਕਰਤਾ, ਉਦੋਂ ਪਤਾ ਨੀ ਲੱਗਾ, ਉਦੋਂ ਨਾਲ ਦੇ ਦੋਸਤ ਦੇ ਪਿੱਛੇ ਮੈਂ ਲੱਗ ਕੇ ਚਲਾ ਗਿਆ, ਹੁਣ ਏਦਾਂ ਹੋ ਗਿਆ, ਯੇ ਹੋ ਗਿਆ। ਅਸੀਂ ਤੁਹਾਨੂੰ ਸਲਾਹ ਦੇਵਾਂਗੇ ਕਿ ਦੇਖੋ, ਪਹਿਲੀ ਗੱਲ ਤੁਸੀਂ ਮਾਸਟਰ ਕਰਨਾ ਆਏ ਕਿ ਬੈਚਲਰ ਕਰਨਾ ਆਏ ਹੋ? ਬੈਚਲਰ ਕਰਨਾ, ਡਿਪਲੋਮਾ ਲਈ ਤੁਹਾਡੀ ਡਿਗਰੀ ਹੈ, ਹਾਲੇ ਤਾਂ ਡਿਪਲੋਮਾ ਹੀ ਹੈ। ਅੱਛਾ ਡਿਪਲੋਮਾ ਠੀਕ ਹੈ, ਪਹਿਲਾਂ ਤੁਹਾਨੂੰ ਭਾਜੀ ਡਿਗਰੀ ਦੇ ਜਦ ਤੱਕ 6 ਮਹੀਨੇ ਤੁਸੀਂ ਲਾ ਨਹੀਂ ਹੁੰਦੇ ਤੁਹਾਨੂੰ ਕਿਹੜੇ ਛੱਡਣਾ ਨਹੀਂ, ਤੁਹਾਨੂੰ ਰਿਲੀਜ਼ ਲੈਟਰ ਦੀ ਲੋੜ ਪੈਣੀ ਆ। ਹਾਂਜੀ ਹਾਂਜੀ, ਪਰ ਉਹ ਕਹਿੰਦੇ ਕੋਈ ਨਾ ਇੱਦਾਂ ਹੀ ਕਰਾ ਦਿੰਦੇ ਆ ਚੇਂਜ ਆਪਾਂ। ਓ ਲਾਈਕ ਕੀ ਕਹਿੰਦੇ ਕਰਾ ਲੈ ਕੇ ਇੱਦਾਂ ਹੀ ਹੋ ਜਾਣਾ ਚੇਂਜ, ਰਿਲੀਜ਼ ਮਿਲ ਜੂਗੀ। ਹਾਂ ਦੇਖੋ, ਰਿਲੀਜ਼ ਮਿਲ ਜੂਗੀ ਜਾਂ ਦਵਾ ਦਾਂਗੇ ਅਲੱਗ ਅਲੱਗ ਚੀਜ਼ ਆ। ਹੁਣ ਦੋ ਗੱਲਾਂ ਵਾ, ਇੱਕ ਤਾਂ ਵਿਚਾਰਾ ਨਾ ਸਟੇਸ਼ਨ ਦੇ ਲੋਕੀ ਕੰਨ ਸਾਫ਼ ਕਰਦੇ, ਕਦੇ ਸਟੇਸ਼ਨ ਦੇ ਕੰਨ ਚੋਂ ਮੈਲ ਕਢਾਈ ਆ? ਸਟੇਸ਼ਨ ਦੇ ਜਿਹੜੇ ਹੁੰਦੇ ਆ ਉਹ ਜਿਹੜੇ ਲਾਲ ਟੋਪੀ ਰੱਖੀ ਸਿਰ ਤੇ, ਲਾਲ ਜੀ ਪੱਗ ਪਾਈ ਹੁੰਦੀ, ਉਹ ਲੋਕਾਂ ਦੀ ਮੈਲ ਬਾਰ ਖਾਈ ਹੁੰਦੀ। ਦੇਖੋ ਜੀ, ਇਤਨੀ ਮੈਲ ਆਪਕੇ ਕੰਨ ਚੋਂ ਨਿਕਲੀ, ਬੰਦਾ ਕਹਿੰਦਾ ਇੰਨੇ ਗੰਦੇ ਕੰਨ ਸੀ ਮੈਨੂੰ ਪਤਾ ਹੀ ਨਹੀਂ। ਮੈਂ ਨਾ ਇੱਕ ਵਾਰੀ ਸਟੇਸ਼ਨ ਤੇ ਬੈਠਾ ਸੀ ਦਿੱਲੀ ਵਿਹਲਾ, ਤੇ ਮੈਂ ਇੱਥੋਂ ਗਿਆ ਸੀਗਾ, ਮੈਂ ਕਿਹਾ ਚੱਲ ਆਪਾਂ ਵੀ ਕੋਈ ਦੇਸੀ ਕੰਮ ਕਰਕੇ ਦੇਖੀਏ, ਆਪਾਂ ਐਵੇਂ ਉੱਥੇ ਜਾ ਕੇ ਕੰਨਾਂ ਵਾਲੇ ਡਾਕਟਰ ਨੂੰ ਪੈਸੇ ਦੇਈ ਜਾਂਦੇ ਆ। ਉਹਨੇ ਇੰਨੀ ਮੈਲ ਕੱਢਦੀ, ਮੈਂ ਕਿਹਾ ਏਡੇ ਮੇਰੇ ਕੰਨ ਦਾ ਸਰਾਖ ਹੀ ਨਹੀਂ ਹੈਗਾ, ਮਮਾ ਕਿੱਥੋਂ ਕੱਢੀ ਆ? ਇਹਨਾਂ ਲਾਓ 150 ਰੁਪਈਆ ਕਹਿੰਦਾ। ਮੈਂ ਕਿਹਾ ਕਿ ਪੜਦਾ ਕਿ ਪੜਦਾ ਹੀ ਨਾ ਕੱਢਦੀ। ਅੱਛਾ ਹੁਣ ਤੁਹਾਨੂੰ ਮੈਂ ਗੱਲ ਦੱਸਦਾ ਕੀ ਹੈਗਾ, ਕਿ ਉਹ ਜਿਹੜਾ ਤੁਹਾਨੂੰ ਕਹਿੰਦਾ ਹੋਣਾ ਨਾ ਦਵਾ ਦੇਗੇ, ਉਹ ਬਸ ਉਹੀ ਮੈਲ ਕੱਢਣ ਵਾਲਾ, ਸਟੇਸ਼ਨ ਵਾਲਾ, ਧਿਆਨ ਨਾ ਕਢਾਇਓ ਉਹਨਾਂ ਕਿਹੜੀ ਮੈਲ ਤੁਹਾਡੇ ਤੋਂ ਕੱਢ। ਦੇਖੋ ਭਾਜੀ, ਉਹਨਾਂ ਨੇ ਸਟੂਡੈਂਟ ਵੀਜ਼ੇ ਦੇ ਕੰਡੀਸ਼ਨ ਲਾਈਆਂ, ਉਹ ਕਦੀ ਇੰਡੀਆ ਪਿੰਡ ਤੋਂ ਸ਼ਹਿਰ ਚੋਂ, ਇੰਡੀਆ ਤੋਂ ਸ਼ਹਿਰ ਤੋਂ। ਅੱਛਾ ਫਿਰ ਤੁਸੀਂ ਭਾਜੀ ਟਾਂਗੇ ਦੇ ਕਦੇ ਬੈਠੇ ਬੈਠੇ ਕਿ ਨੀ ਬੈਠੇ? ਕਿਵੇਂ ਗੱਡੀ ਚ ਘੁੰਮੇ ਹੋ? ਗੱਡੀ ਚ ਘੁੰਮੇ ਨਾ, ਗੱਡੀ ਚ ਹੁੰਦੀ ਆ ਬ੍ਰੇਕ, ਟਾਂਗੇ ਚ ਹੁੰਦੀ ਆ ਨੱਥ, ਤੇ ਜਦੋਂ ਘੋੜੇ ਨੂੰ ਮੋੜਨਾ ਹੋਵੇ ਨਾ ਨੱਥ ਖਿੱਚਦੇ ਆ, ਬ੍ਰੇਕ ਤੇ ਤੁਹਾਡੇ ਵੀਜ਼ੇ ਤੇ ਬ੍ਰੇਕਾਂ ਕਿਹੜੀਆਂ ਲੱਗੀਆਂ ਵਾ? ਵੀਜ਼ਾ ਕੰਡੀਸ਼ਨ 8516 ਤੇ 8022, ਕਦੀ ਵੀ ਧਿਆਨ ਨਾਲ ਦੇਖਿਓ। ਹੁਣ ਮੈਂ ਤੁਹਾਨੂੰ ਡਿਸਕਰੇਜ ਨੀ ਕਰ ਰਿਹਾ ਸੀ, ਕਿਉਂਕਿ ਭਾਜੀ ਯਾਰ ਸਾਨੂੰ ਜ਼ਿਆਦਾ ਹੀ ਉਹ ਪ੍ਰਿੰਸੀਪਲ ਬਣ ਕੇ ਲੈਕਚਰ ਦੇ ਰਿਹਾ ਵਾ। ਕਹਿਣ ਦਾ ਭਾਵ ਆ ਕਿ ਜੇ ਤੁਸੀਂ ਧੱਕੇ ਨਾਲ ਕਾਲਜ ਚੇਂਜ ਕੀਤਾ, ਮਤਲਬ ਕਿ ਰਿਲੀਜ਼ ਲੈਟਰ ਨਾ ਲਈ, ਉਦਾਂ ਹੀ ਕਿਤੇ ਹੋਰ ਚਲੇ ਗਏ, ਤੇ ਇੱਕ ਧਿਆਨ ਰੱਖਿਓ, ਉਹਨਾਂ ਨੇ ਤੁਹਾਨੂੰ ਲੈਟਰ ਕੱਲ੍ਹ ਨੂੰ ਭੇਜ ਸਕਦੇ। ਕਾਕਾ ਜੀ, ਤੁਸੀਂ 8202 ਤੇ 8516 ਦੋ ਕੰਡੀਸ਼ਨਾਂ ਤੋੜੀਆਂ, ਤੇ ਚਲੋ ਬੈਕ ਟੂ ਪਵੇਲੀਅਨ ਤੁਹਾਨੂੰ ਇੰਡੀਆ ਭੇਜ ਸਕਦੇ। ਧਿਆਨ ਰੱਖਿਓ, ਮੈਂ ਡਰਾ ਨਹੀਂ ਰਿਹਾ, ਕਿਉਂਕਿ ਅਸੀਂ ਸਾਡੇ ਜਿਹੜਾ ਹੋਸਪਿਟਲ ਆ ਬਾਜਾ ਨਿਕੇਸ਼ਨ ਵਿੱਚ, ਉੱਥੇ ਲੋਕੀ ਆਉਂਦੇ ਆ ਬਿਮਾਰੀ ਲੈ ਕੇ। ਸੋ ਇਸ ਕਰਕੇ ਵੀਰ ਮੇਰਾ ਦੇਖੋ ਦੋ ਗੱਲਾਂ ਵਾ, ਫੀਸ ਜਿੰਨੀ ਹੈਗੀ ਮੈਂ ਮੰਨ ਸਕਦਾ ਵਾਂ, ਬਟ ਕਿਸੇ ਚੰਗੇ ਬੰਦੇ ਨਾਲ ਬਹਿ ਕੇ ਸਲਾਹ ਕਰੋ, ਉਸ ਤੋਂ ਬਾਅਦ ਜੇ ਤੁਸੀਂ ਦੇਸੀ ਫਾਰਮ ਘਰੇ ਬਣਾਇਆ ਜਾਂ ਚਲਾਉਣਾ ਤੇ ਚਲਾ ਲਿਓ, ਅੱਗੇ ਤੁਹਾਡੀ ਮਰਜ਼ੀ ਆ ਜੀ। ਸਰ ਸੱਚਾ ਸੱਚੇ ਬੰਦੇ ਤਾਂ ਤੁਸੀਂ ਹੋ, ਤੇ ਸਰ ਮੈਂ ਕਹਿੰਦਾ ਆਪਾਂ ਅਪੁਆਇੰਟਮੈਂਟ ਹੀ ਬੁੱਕ ਕਰ ਲੈਂਦੇ, ਜਾਂ ਲਾਈਕ ਮੈਂ ਤੁਹਾਨੂੰ ਹੀ ਮਿਲ ਲੈਂਦਾ। ਦੇਖੋ ਮੈਂ ਸੱਚਾ ਨਹੀਂ ਹੈਗਾ, ਬਟ ਹਾਂ ਮੈਂ ਇੰਨੀ ਗੱਲ ਕਹਾਂਗਾ ਕਿ ਜਿੱਥੇ ਮੈਨੂੰ ਚੁੱਪ ਮਿਲਣਾ ਪੈਂਦਾ ਉੱਥੇ ਮੈਂ ਚੁੱਪ ਰਹੂੰਗਾ, ਜਿੱਥੇ ਮਾੜਾ ਮੋਟਾ ਮੈਨੂੰ ਲੂਣ ਮਿਰਚ ਮਸਾਲਾ ਮਸਾਲਾ ਪਾਉਣਾ ਪੈਂਦਾ ਮੈਂ ਜ਼ਰੂਰ ਪਾਊਂਗਾ। ਕਿਉਂਕਿ ਪਹਿਲਾਂ ਮੈਂ ਤੈਨੂੰ ਸਮਝਾਉਣਾ ਵਾ ਕਿ ਬੇਟੇ ਦੇਖੋ, ਆਪਾਂ ਆਸਟ੍ਰੇਲੀਆ 'ਚ ਆਏ ਹਾਂ, ਆਪਾਂ ਨੂੰ ਇਹ ਗੋਲਡਨ ਓਪਰਚੁਨਿਟੀ ਵਾਰ ਵਾਰ ਨਹੀਂ ਮਿਲਣੀ, ਆਪਾਂ ਇਹਨੂੰ ਇਸ ਕਰਕੇ ਜਾਇਆ ਨਹੀਂ ਕਰਨਾ ਕਿ ਹਾਂ ਵੀ ਸਾਨੂੰ ਕਿਸੇ ਘੁੱਗੀ ਵਕੀਲ ਨੇ ਕਹਿ ਦਿੱਤਾ ਜੀ ਉੱਡ ਜਾਓ ਤਾਂ ਆਪਾਂ ਉੱਡਣ ਲੱਗ ਪਈਏ। ਠੀਕ ਹੈ ਨਾ? ਸੋ ਐਨੀਵੇ ਘੁੰਮਦੇ ਫਿਰਦੇ ਆਫਿਸ ਆ ਜਾਓ, ਤੁਹਾਨੂੰ ਪਹਿਲਾਂ ਮੈਂ ਸਮਝਾਊਂਗਾ, ਬਾਕੀ ਸਬਜੈਕਟਾਂ 'ਚ ਨਾ ਫੇਲ ਹੋਇਓ ਪਲੀਜ਼। ਤੁਹਾਨੂੰ ਮੈਂ ਦੇਖੋ ਤੁਹਾਨੂੰ ਮੈਂ ਗੇਮਾਂ ਵੀ ਦੱਸ ਦੂੰਗਾ, ਤੁਹਾਨੂੰ ਮੈਂ ਦੂਜੀ ਚੀਜ਼ਾਂ ਵੀ ਦੱਸ ਦੂੰਗਾ, ਜੋ ਤੁਹਾਨੂੰ ਠੀਕ ਲੱਗਿਆ ਲੈ ਲਿਓ। ਠੀਕ ਹੈ ਜੀ? ਹਾਂਜੀ, ਹੁਣ ਇਗਜ਼ਾਮਸ ਹੋਣੇ ਨੇ, ਤੇ ਲਾਈਕ ਵੈਸੇ ਤਾਂ ਸਕਾਲਰਸ਼ਿਪ ਵੀ ਲੱਗ ਜਾਣੀ ਹੈ, ਲਾਈਕ ਪੜ੍ਹਾਈ ਤਾਂ ਠੀਕ ਚੱਲ ਰਹੀ ਹੈ, ਪਰ ਇੱਦਾਂ ਹੈ ਕਿ ਉਹੀ ਗਾਂ ਜਿੱਦਾਂ ਡਿਪਲੋਮੇ ਦੀ ਤਾਂ ਫੀਸ ਘੱਟ ਹੈ ਹੁਣ, ਗਾਂ 16,000 ਸਮੈਸਟਰ ਭਰਨਾ, ਉਹ ਥੋੜ੍ਹਾ ਜਿਹਾ ਮੁਸ਼ਕਿਲ ਹੋ ਜਾਣਾ ਵਾ, ਲਾਈਕ ਘਰਦਿਆਂ ਲਈ ਵੀ ਤੇ ਆਪਣੇ ਲਈ ਵੀ, ਤਾਂ ਕਰਕੇ ਫਿਰ ਹੁੰਦਾ ਕਿ ਗਾਂ ਉਹਨਾਂ ਦਾ ਫਿਊਚਰ ਵੀ ਨਹੀਂ ਹੈ ਕੁਛ, ਦੋ ਗੱਲਾਂ ਇੰਨੇ ਪੈਸੇ ਲਾਏ ਵੀ ਹੁਣ ਦੋ ਗੱਲਾਂ ਨਾ, ਤੁਹਾਡੇ ਵਰਗਾ ਬੰਦਾ ਰੇਗਿਸਤਾਨ 'ਚ ਫਸ ਗਿਆ, ਰੇਗਿਸਤਾਨ ਪਤਾ ਕਿੰਨਾ ਰੇਤ ਬੜੀ ਹੁੰਦੀ ਆ? ਹਾਂਜੀ ਹਾਂਜੀ,
ਉੱਥੇ ਉਹ ਵਿਚਾਰਾ ਨਾ ਰੇਗਿਸਤਾਨ ਚ ਗੁਆਚ ਗਿਆ, ਪਾਣੀ ਸੀਗਾ ਨੀ, ਦੂਰ ਦੂਰ ਤੱਕ ਰੇਤ ਹੀ ਰੇਤ, ਪਸੀਨਾ ਹੀ ਪਸੀਨਾ ਆ ਰਿਹਾ ਸੀਗਾ। ਉੱਥੇ ਇੱਕ ਬੰਦਾ ਗਿਆ, ਉਹਨੂੰ ਕਹਿੰਦੇ ਘੁੱਗੀ ਜੰਡ, ਉਹ ਕਹਿੰਦਾ ਦੇਖ ਐਸੇ ਹੈ, ਕਹਿੰਦਾ ਤੂੰ ਮਰ ਤੇ ਰਿਹਾ ਹੀ ਆ, ਤੂੰ ਮਰ ਤੇ ਜਾਣਾ ਹੀ ਆ। ਕਹਿੰਦਾ ਹਾਂ, ਕਹਿੰਦਾ ਬਚੇਗਾ ਕਿੱਦਾਂ? ਕਹਿੰਦਾ ਪਾਣੀ ਨਾਲ। ਕਹਿੰਦਾ ਮੈਂ ਤੈਨੂੰ ਪਾਣੀ ਤੇ ਪਿਆ ਦੂੰਗਾ, ਪਰ ਪਾਣੀ ਪਿਆਉਣ ਤੋਂ ਬਾਅਦ ਮੈਂ ਤੇਰੀ ਗਰਦਨ ਵੱਢ ਦੂੰਗਾ। ਕਹਿੰਦਾ ਹੁਣ ਕਿੱਦਾਂ ਮਰਨਾ ਵਾ, ਪਾਣੀ ਪੀ ਕੇ ਮਰਨਾ ਵਾ ਤੇ ਸੁੱਕਾ ਮਰਨਾ ਵਾ, ਤੁਸੀਂ ਦੱਸੋ ਕਿੱਦਾਂ ਮਰਨਾ? ਮੈਂ ਕਹੂੰਗਾ ਪਾਣੀ ਪੀ ਕੇ ਹੋ ਸਕਦਾ ਕਿ ਤੁਸੀਂ ਜੰਗ ਨਾਲ ਲੜ ਕੇ ਬਚ ਜਾਓ। ਠੀਕ ਹੈ ਜੀ, ਠੀਕ ਹੈ ਜੀ। ਖੈਰ ਗੱਲਾਂ ਬਾਜਵਾ ਸਾਹਿਬ ਦੀਆਂ ਡੂੰਘੀਆਂ ਨੇ ਤੇ ਹੈਲੋ ਹਾਂਜੀ, ਤੁਸੀਂ ਆਉਣੇ ਰਹੋ ਜੀ, ਗੱਲਬਾਤ ਕਰ ਸਕਦੇ ਹੋ। ਹੈਲੋ ਹੈਲੋ, ਹਾਂਜੀ ਤੁਹਾਡੀ ਆਵਾਜ਼ ਆ ਰਹੀ ਹੈ ਜੀ, ਤੁਸੀਂ ਗੱਲ ਕਰੋ। ਮੇਰੀ ਵਾਰੀ ਹੈ ਜੀ? ਹਾਂਜੀ ਹਾਂਜੀ, ਤੁਹਾਡੀ ਵਾਰੀ ਹੈ ਜੀ, ਹਾਂਜੀ ਬਿਲਕੁਲ। ਓਕੇ ਜੀ ਓਕੇ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਗੱਲ ਰੱਖੋ ਜੀ, ਅੱਜ ਥੋੜ੍ਹਾ ਜਿਹਾ ਜਲਦੀ ਆਪਾਂ ਨੂੰ। ਓਕੇ ਜੀ ਓਕੇ, ਭਾਜੀ ਮੈਂ ਕੈਨਬਰਾ ਤੋਂ ਬੋਲ ਰਿਹਾ ਸੰਤੋਖ ਸਿੰਘ। ਭਾਜੀ ਮੈਂ ਐਸੀ ਪਾਈ ਸੀਗੀ, RSMS ਪਾਈ ਹੋਈ ਆ ਕੁੱਕ ਦੇ ਤੌਰ ਤੇ, ਤੇ ਅਸੀਂ ਜੋਬ ਰੈਡੀ ਤੇ PR ਪਾ ਸਕਦੇ ਹਾਂ ਕਿ ਨਹੀਂ ਪਾ ਸਕਦੇ? ਭਾਈ ਤੁਸੀਂ ਜੋਬ ਰੈਡੀ ਕਰ ਲਿਆ, ਆਪਾਂ ਨੂੰ TR ਪਾਉਣ ਦੀ ਲੋੜ ਨਹੀਂ, ਆਪਾਂ PR ਪਾਵਾਂਗੇ ਫਿਰ ਜੋਬ ਰੈਡੀ ਕਰਕੇ। ਨਹੀਂ 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 ਭਾਜੀ, ਤੁਸੀਂ ਸਮਝ ਨਹੀਂ, PR ਜੋਬ ਰੈਡੀ ਪ੍ਰੋਗਰਾਮ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ? ਭਾਜੀ ਕਰ ਸਕਦੇ ਹੋ, ਕਰ ਸਕਦੇ ਹੋ, ਕਰ ਸਕਦੇ ਹੋ ਭਾਜੀ, ਮਿਲ ਸਕਦੇ ਹਾਂ ਤੁਹਾਨੂੰ ਕੱਲ ਨੂੰ ਜੋ ਪਰਸੋਂ ਨੂੰ, ਮੈਂ ਕੈਨਬਰਾ ਤੋਂ ਸਪੈਸ਼ਲ ਆਉਂਦਾ ਤੁਹਾਨੂੰ ਮੈਨੂੰ ਭਾਜੀ ਜੋ ਅਪਾਇੰਟਮੈਂਟ ਦੋਗੇ ਤਾਂ। ਭਾਜੀ ਪੈਨ ਹੈਗਾ ਤੁਹਾਡੇ ਕੋਲ? ਪੈਨ ਮੇਰਾ ਕਾਰਡ ਹੈਗਾ ਵਾ, ਕਾਰਡ ਕਾਰਡ ਨੀ ਹੈਗਾ ਭਾਜੀ, ਮੇਰੇ ਕੋਲ ਤੁਹਾਡਾ ਮਨਦੀਪ ਭਾਜੀ ਦਾ ਨੰਬਰ ਹੈਗਾ। ਮਨਦੀਪ ਭਾਜੀ ਦੇ ਨੰਬਰ ਤੇ ਨਾ ਆਪਣਾ ਨਾਮ, ਆਪਣਾ ਮੈਸੇਜ ਨਾਲ ਕੈਨਬਰਾ ਲਿਖ ਕੇ ਨਾਲ ਲਿਖ ਦਿਓ, ਕੌਮੀ ਵਾਜ ਦੀ ਗੱਲ ਕਰਨੀ, ਫਿਰ ਤੁਹਾਨੂੰ ਮੈਂ ਕੱਲ੍ਹ ਹੀ ਕਾਲ ਕਰਾ ਦਾਂਗੇ। ਠੀਕ ਹੈ ਜੀ, ਤੁਹਾਨੂੰ ਕਰ ਲਾਂਗੇ ਗੱਲ ਭਾਜੀ, ਹੁਣ ਰਾਣੀ ਦਾ ਜਨਮ ਦਿਨ 3 ਦਿਨ ਵਿਹਲੇ ਆ, ਕੀ ਕੀ ਕੱਟਣਾ ਰਾਣੀ ਦੇ ਕੋਸ਼ਿਸ਼? ਠੀਕ ਹੈ ਭਾਜੀ, ਮੈਂ ਤੁਹਾਨੂੰ ਇੱਕ ਕੰਪਲੀਮੈਂਟ ਵੀ ਦੇਣਾ ਸੀਗਾ। ਦੋ ਭਾਜੀ ਕੰਪਲੀਮੈਂਟ ਦੋ ਜੀ, ਕੰਪਲੀਮੈਂਟ ਨਹੀਂ ਕੰਪਲੀਮੈਂਟ ਹੀ ਹੋ ਜਾਓ, ਕੰਪਲੀਮੈਂਟ ਕੀਤਾ, ਚਲੋ ਕੰਪਲੀਮੈਂਟ ਵੀ ਜੇ ਸਿਰ ਮੱਥੇ ਤੇ। ਦੱਸੋ ਜੀ, ਦੱਸ ਦੋ ਭਾਜੀ ਦੋ, ਮੈਂ ਤਾਂ ਬੜੀ ਲੈਣਾ ਚਾਹੁੰਦਾ। ਦੱਸੋ ਮੈਂ ਜੇ ਸੁਣਨਾ ਤੁਹਾਡੀ ਅੱਧਾ ਘੰਟੇ ਦੀ ਸਪੀਚ ਸੁਣ ਦੇ, ਮਨ ਲੱਗਦਾ ਤੁਸੀਂ ਇਮੀਗ੍ਰੇਸ਼ਨ ਮਿਨਿਸਟਰ ਬਣਨਾ, ਪੈਂਟੈਂਟ ਅੰਟਨ ਦੀ ਜਗ੍ਹਾ ਆਉਂਗੇ ਤੁਸੀਂ ਅੱਗੇ ਤੋਂ। ਉਹ ਇੱਕ ਵਾਰੀ ਪਤਾ ਕਿ ਇੱਕ ਨਾ ਇੱਕ ਜੇਬ ਗਦਰੇ ਦੀ ਮੌਤ ਹੋ ਗਈ ਭਾਜੀ, ਹੁਣ ਮਰਿਆ ਸੀ ਜੇਬ ਗਦਰਾ ਏਜੰਟ ਹੀ ਕਹਿ ਲਓ, ਤੇ ਹੁਣ ਦੇ ਸਾਰੇ ਅਫਸੋਸ ਤੇ ਪਹੁੰਚੇ, ਤੇ ਹੁਣ ਉਹਨੂੰ ਗਾਲਾਂ ਤਾਂ ਕੱਢ ਨੀ ਸਕਦੇ ਸੀ, ਤੇ ਪਤਾ ਅਫਸੋਸ ਜਾਗ ਕੀ ਕਹਿੰਦੇ? ਕਹਿੰਦੇ ਜੀ ਆਪ ਬਚਪਨ ਤੋਂ ਹੀ ਬਹੁਤ ਚੰਚਲ ਸੁਭਾਅ ਦੇ ਸੀ, ਏਦਾਂ ਮੇਰੇ ਨਾਲ ਹੋਣੀ ਹੈ। ਕਹਿੰਦਾ ਆਪ ਵੀ ਟੈਂਪੂ ਤੇ ਮੈਂ ਵੱਡਾ ਹੋ ਕੇ ਟਰੱਕ ਬਣੂਗਾ, ਉਹ ਕਹਿੰਦਾ ਵੱਡੇ ਹੋ ਕੇ ਤੁਸੀਂ ਮਿਨਿਸਟਰ ਬਣੋਗੇ ਇਮੀਗ੍ਰੇਸ਼ਨ ਦੇ। ਠੀਕ ਗੱਲ ਹੈ ਜੀ, ਖੈਰ ਮਿਹਰਬਾਨੀ ਵੀਰ ਜੀ, ਤੁਹਾਡੀ ਬਹੁਤ ਬਹੁਤ ਧੰਨਵਾਦ, ਸਾਡੇ ਕੋਲ ਸਮਾਂ ਸੀਮਤ ਹੈ ਜੀ। ਕੁਲਫੀ ਗਰਮ ਗਰਮ ਖਾਓ ਭਾਜੀ ਹੁਣ, ਗਰਮਾ ਗਰਮ। ਹਾਂਜੀ ਹਾਂ, ਚਲੋ ਜੀ, ਆਪ ਹੀ ਕਾਲ ਛੱਡ ਗਏ ਨੇ ਜੀ। ਅਗਲੇ ਕਾਲਰ, ਲਾਸਟ ਕਾਲਰ, ਤੁਸੀਂ ਆਉਣੇ ਰਹੋ ਜੀ, ਗੱਲਬਾਤ ਰੱਖੋ ਆਪਣੀ 703 ਆਉਣੇ ਰਹੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਭਾਜੀ ਮੈਂ ਨਾ ਇੱਥੇ ਮੈਲਬਨ ਤੋਂ ਬੋਲ ਰਿਹਾ ਕਰਨ, ਮੈਂ ਭਾਜੀ ਸਰਟੀਫਿਕੇਟ ਕੋਰਸ ਕੀਤਾ ਟੈਲੀਕਮਿਊਨੀਕੇਸ਼ਨ ਚ, ਬਾਅਦ ਚ ਮੈਂ ਡਿਪਲੋਮਾ ਕੀਤਾ ਟੈਲੀਕਮਿਊਨੀਕੇਸ਼ਨ ਚ, ਹੁਣ ਮੇਰਾ ਨਾ ਐਡਵਾਂਸ ਡਿਪਲੋਮਾ ਚੱਲਦਾ ਪਿਆ ਟੈਲੀਕਮਿਊਨੀਕੇਸ਼ਨ ਚ, ਤੇ ਉਹਨੇ ਅਗਸਤ ਚ ਖਤਮ ਹੋ ਜਾਣਾ ਵਾ, ਤੇ ਅਗਸਤ ਤੋਂ ਬਾਅਦ ਹੀ ਮੇਰੇ ਕੋਲ ਮਤਲਬ ਕਿ ਗ੍ਰੈਜੂਏਟ ਡਿਪਲੋਮੇ ਦੀ COE ਹੈਗੀ ਆ, ਬਟ ਮੈਨੂੰ ਮੇਰੇ ਖਿਆਲ ਨਾਲ ਉਹ ਕਰਨ ਦਾ ਮੈਨੂੰ ਕੋਈ ਫਾਇਦਾ ਨਹੀਂ ਆ, ਤੇ ਮੈਂ ਬਾਜਵਾ ਸਰ ਕੋਲ ਇਹ ਪੁੱਛਣਾ ਸੀ ਕਿ ਮੈਂ ਤਸਮਾਨੀਆ ਮੂਵ ਹੋ ਜਾਂ ਤੇ ਉਹ ਮੇਰੇ ਲਈ ਹੈਲਪਫੁਲ ਹੋ ਜਾਏਗਾ? ਭਾਜੀ ਐਵੇਂ ਤੁਸੀਂ ਯਾਰ ਪਤਾ ਕੀ ਹੁੰਦਾ ਵਾ, ਉਹ ਬੰਦਾ ਕਾਲੀ ਕਾਲੀ ਜਿਹਾ ਉਹ ਬਹਿ ਜਾਂਦਾ ਬੱਸ ਤੇ, ਬੱਸ ਜਾਣੀ ਬਠਿੰਡੇ ਚਲੇ ਜਾਂਦਾ ਲੁਧਿਆਣੇ,
ਸੀਮਿੰਟ ਲਾ ਕੇ ਵਿੱਚ ਬਹਿ ਜਾਓ ਮੂਵ ਕਰਨ ਦੀ ਲੋੜ ਨੀ ਹੈਗੀ ਤੇ ਤੁਹਾਡੀ ਜਿੰਨਾ ਕਿ ਤੁਸੀਂ ਮੈਨੂੰ ਦੱਸਿਆ ਵਾ ਮੈਨੂੰ ਡਾਕੂਮੈਂਟ ਦੇਖਣੇ ਪੈਣੇ ਪਰ ਸਿੱਧੀ ਤੁਹਾਡੀ ਪੀ ਆਰ ਵੀ ਪੈ ਸਕਦੀ ਹੈ ਪਤਾ ਮੋਟਾ ਮੋਟਾ ਜਵਾਬ ਨੂੰ ਦਿੱਤਾ ਮੈਂ ਤੁਹਾਨੂੰ ਸਟੇਟ ਮੂਵ ਕਰਨ ਦੀ ਹਾਲ ਦੀ ਲੋੜ ਨੀ ਬਾਕੀ ਡਾਕੂਮੈਂਟ ਲੈ ਕੇ ਜੇ ਤੁਹਾਡੇ ਕੋਲ 6 ਬੈਂਕ ਹੈਗੇ ਆ ਤੇ ਆਪਾਂ ਬਹਿ ਕੇ ਗੱਲ ਵਿਚਾਰ ਵਿਮਰਸ਼ ਕਰ ਸਕਦੇ ਹਾਂ ਜੇ ਤੁਹਾਨੂੰ ਟਾਈਮ ਲੱਗੇ ਤੇ ਪਲੀਜ਼ ਕਿਸੇ ਦਿਨ ਘੁੰਮਦੇ ਫਿਰਦੇ ਆ ਜਾਓ ਆਫਿਸ ਹਾਂਜੀ ਮੈਂ ਅਗਰ ਸ਼ਨੀਵਾਰ ਮੈਂ ਪੋਸੀਬਲ ਹੈ ਸ਼ਨੀਵਾਰ ਤੁਹਾਨੂੰ ਮਿਲ ਲੈਣਾ ਅਗਰ ਕਹੋ ਤੇ ਸ਼ਨੀਵਾਰ ਅਗਰ ਤੁਸੀਂ ਵੇਖਦੇ ਹੋ ਜਿਵੇਂ ਕਹਾਂ ਭਾਜੀ ਸ਼ਨੀਵਾਰ ਤੇ ਮੈਂ ਕਿਤੇ ਬਿਜ਼ੀ ਹੈਗਾ ਵਾਂ ਬਟ ਇਹ ਆ ਕੇ ਹਾਂ ਤੁਸੀਂ ਜੇ ਫਰਾਈਡੇ ਆਉਣਾ ਤੇ ਆ ਜਾਓ ਸਿਟੀ ਹਾਂਜੀ ਵੀ ਭਾਈ ਸੈਚਰਡੇ ਅੱਜ ਕੱਲ ਵੇਂਦੇ ਨਹੀਂ ਹੋ ਤੁਸੀਂ ਭਾਈ ਸੈਚਰਡੇ ਬੈਣਾ ਵਾਂ ਪਰ ਉਦੋਂ ਮੇਰੀ ਖੜੀ ਹੁੰਦੀ ਡਿਊਟੀ ਲੱਗੀ ਆ ਠੀਕ ਆ ਭਾਈ ਤੇ ਉਹ ਤਾਂ ਬਾਕੀ ਲੱਗੀ ਨਾ ਦੇਖਣਾ ਨਹੀਂ ਚਲੋ ਉਹ ਤੇ ਜਦੋਂ ਆਉਣਾ ਹੀ ਪੈਣਾ ਉਹ ਤੇ ਮੈਂ ਫਰਾਈਡੇ ਵੀ ਆਵਾਂਗੇ ਬਟ ਮੈਂ ਪੁੱਛਣਾ ਫਿਰ ਫਿਲਹਾਲ ਮੈਂ ਸਟੇਟ ਮੂਵ ਕਰਨ ਦੀ ਨਾ ਆ ਗਈ ਤਸਮਾਨੀਆ ਸਲਾਹ ਬਣਾਵਾਂ ਭਾਈ ਦੱਸੋ ਤੁਹਾਨੂੰ ਫਿਰ ਗੱਲ ਦੱਸੀ ਤੁਹਾਨੂੰ ਮੈਂ ਹੁਣੀ ਐਗਜ਼ਾਮਪਲ ਦੇ ਕੇ ਹਟਿਆ ਕਿ ਘਰੇ ਬਹਿ ਕੇ ਦੇਸੀ ਬੰਬ ਨਾ ਤਿਆਰ ਕਰਿਆ ਕਰੋ ਸਾਡੇ ਥਰੂ ਅਸੀਂ ਕਰਾਂਗੇ ਟਾਈਮਰ ਪ੍ਰੋਪਰ ਲਾਵਾਂਗੇ ਉੱਥੇ ਕਿ ਕਦੋਂ ਫਟਣਾ ਬੰਬ ਕਿੱਥੇ ਫਟਣਾ ਤੇ ਕਿੰਨੇ ਬੰਦੇ ਇਹਦੇ ਵਿੱਚ ਕਿੱਦਾਂ ਹੋਣਗੇ ਕਿਉਂਕਿ ਮੇਨ ਚੱਕਰ ਪਤਾ ਕੀ ਹੈਗਾ ਵਾ ਆਪਾਂ ਨਾ ਲੋਕਾਂ ਪਿੱਛੇ ਸੁਣ ਲੱਗ ਨੀ ਦੇਖੋ ਮੈਂ ਹਾਂਜੀ ਆਪਣੀ ਤਾਰੀਫ ਕਰਨੀ ਵੈਸੇ ਬੇਵਕੂ ਬੰਦਾ ਹੁੰਦਾ ਵਾ ਪਰ ਮੈਂ ਇੰਨੀ ਗੱਲ ਦੱਸ ਸਕਦਾ ਕਿ ਮੈਂ ਤੁਹਾਡੀ ਸਲਾਹ ਦਊਂਗਾ ਉਹਦੇ ਪਿੱਛੇ ਭਾਜੀ ਲੌਜਿਕ ਹੋਊਗਾ ਅਸੀਂ ਪ੍ਰੋਪਰ ਇੱਕ ਰਿਸਰਚ ਕੀਤੀ ਹੋਈ ਆ ਫਿਰ ਤੁਹਾਨੂੰ ਸਲਾਹ ਦੇਵਾਂਗੇ ਠੀਕ ਹੈ ਜੀ ਠੀਕ ਆ ਠੀਕ ਆ ਚਲੋ ਠੀਕ ਹੈ ਭਾਈ ਬਹੁਤ ਬਹੁਤ ਮਿਹਰਬਾਨੀ ਭਾਈ ਬਹੁਤ ਵਧੀਆ ਕੰਮ ਕਰਦੇ ਵੀਰੇ ਮੈਂ ਭਾਈ ਤੁਹਾਨੂੰ ਆਫਿਸ ਆਣ ਕੇ ਫਿਰ ਮਿਲਾਂਗਾ ਕੋਈ ਚੱਕਰ ਨਹੀਂ ਭਾਜੀ ਥੈਂਕ ਯੂ ਭਾਜੀ ਹਾਂਜੀ ਆ ਜਾਓ ਪਲੀਜ਼ ਡਾਕੂਮੈਂਟ ਨਾਲ ਲੈ ਕੇ ਆਇਓ ਪਲੀਜ਼ ਡਾਕੂਮੈਂਟ ਹਾਂਜੀ ਸ਼ੋਰ ਭਾਈ ਸ਼ੋਰ ਥੈਂਕ ਯੂ ਥੈਂਕਸ ਲੋਟ ਭਾਈ ਥੈਂਕ ਯੂ ਜੀ ਥੈਂਕ ਯੂ ਜੀ ਸਰੋਤੇ ਅੱਜ ਦੇ ਸ਼ੋਅ ਦੇ ਵਿੱਚ ਅੱਜ ਸਮਾਂ ਥੋੜਾ ਜਿਹਾ ਉੱਤੇ ਲੈ ਗਏ ਹਾਂ ਤਕਰੀਬਨ 10-11 ਮਿੰਟ ਉੱਤੇ ਹੋ ਗਏ ਨੇ ਮਾਫੀ ਚਾਹੁੰਦੇ ਹਾਂ ਜੀ ਅਗਲੇ ਹਫ਼ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਗੱਲਬਾਤ ਬਾਜਵਾ ਸਾਹਿਬ ਤੁਹਾਡੀ ਥੋੜ੍ਹੀ ਜਿਹੀ ਅਸੀਂ ਜਿਹੜੀ ਸ਼ੁਰੂ ਵਾਲਾ ਲੈਕਚਰ ਜਿਹਨੂੰ ਤੁਸੀਂ ਕਹਿੰਦੇ ਹੋ ਥੋੜ੍ਹਾ ਜਿਹਾ ਘਟਾ ਦਈਏ ਅਤੇ ਜਿਹੜੇ ਸਰੋਤਿਆਂ ਦੀ ਕਾਲਾਂ ਨੂੰ ਥੋੜ੍ਹਾ ਜਿਹਾ ਤਵੱਜੋ ਹੋਰ ਦਈਏ ਅੱਜ ਹੁਣ ਤੱਕ ਕਾਲਾਂ ਕਾਫੀ ਆ ਰਹੀਆਂ ਨੇ ਅਸੀਂ ਸਮਾਂ ਇੱਕ ਮੈਂ ਭੈਣ ਭਰਾਵਾਂ ਨੂੰ ਦੱਸਾਂ ਸ਼ਾਇਦ ਮੈਂ ਕੋਸ਼ਿਸ਼ ਕਰ ਰਿਹਾ ਕਿ ਆਹ ਛੁੱਟੀਆਂ ਜਿਹੜੀਆਂ 3 ਹਨ ਉਹਦੇ ਵਿੱਚ ਇੱਕ ਦਿਨ ਲਾਈਵ ਹੋਵਾਂ ਤਾਂ ਕਿ ਵਾਈਟ ਬੋਰਡ ਤੇ ਲਿਖ ਕੇ ਸਭ ਨੂੰ ਡਾਟਾ ਸਮਝਾਵਾਂ ਜਿਹੜੀ ਅੱਜ ਮੈਂ ਗੱਲਬਾਤ ਕੀਤੀ ਆ ਸੋ ਇਨਸ਼ਾਅੱਲਾ ਮੈਂ ਸਾਰਿਆਂ ਨੂੰ ਬੜੇ ਪ੍ਰੇਮ ਨਾਲ ਤਰੀਕੇ ਨਾਲ ਵਿਦ ਲੌਜਿਕ ਨਾਲ ਸਮਝਾਵਾਂਗਾ ਤੇ ਸੋ ਜੇ ਮੈਂ ਫੇਸਬੁੱਕ ਤੇ ਅਪਡੇਟ ਪਾਵਾਂਗਾ ਕਿ ਮੈਂ ਲਾਈਵ ਹੋਣਾ ਤੇ ਤੁਸੀਂ ਉੱਥੋਂ ਹੋਰ ਡਾਟਾ ਲੈ ਕੇ ਆਪਣਾ ਡਿਸੀਜਨ ਤੁਹਾਨੂੰ ਲੈਣ 'ਚ ਸੌਖ ਹੋ ਸਕਦੀ ਆ ਬਾਕੀ ਸੋਰੀ ਮੈਨੂੰ ਥੋੜ੍ਹਾ ਜਿਹਾ ਕੀ ਹੁੰਦਾ ਕਿ ਦੇਖੋ ਪਤਾ ਕੀ ਹੁੰਦਾ ਵਾ ਕੀ ਹੁੰਦਾ ਵਾ ਕਿ ਬੰਦਾ ਜ਼ਿਆਦਾ ਉਹੀ ਭਾਸ਼ਣ ਦਿੰਦਾ ਜਿਹਨੇ ਜ਼ਿਆਦਾ ਦੁੱਖ ਦੇਖੇ ਹੋਣ ਜਦੋਂ ਮੈਂ ਲੋਕਾਂ ਨੂੰ ਪਰੇਸ਼ਾਨ ਦੇਖਦਾ ਨਾ ਮੈਨੂੰ ਬੜਾ ਹੌਸਲਾ ਹੁੰਦਾ ਵਾ ਪਰ ਕੀ ਕਰੀਏ ਹੁਣ ਸਾਡੀ ਰੋਜੀ ਰੋਟੀ ਵੀ ਤੁਸੀਂ ਹੋ ਤੇ ਅਸੀਂ ਰੱਬ ਵੀ ਮਨਾਉਣਾ ਤੇ ਰੋਟੀ ਵੀ ਕਮਾਉਣੀ ਆ ਸੋ ਦੋਨੋਂ ਚੀਜ਼ਾਂ ਬੜੀਆਂ ਮੁਸ਼ਕਲ ਹੋ ਜਾਂਦੀਆਂ ਪਰ ਐਨੀਵੇ ਥੈਂਕ ਯੂ ਤੁਸੀਂ ਮਤਲਬ ਬਾਜਾ ਸਾਹਿਬ ਜਨਮਦਿਨ ਦੇ ਅਖੀਰ ਦੇ ਵਿੱਚ ਤੁਸੀਂ ਜਿਹੜੀ ਰੋਜੀ ਰੋਟੀ ਵਾਲੀ ਗੱਲ ਕਹੀ ਹੈ ਇੱਕ ਮੈਨੂੰ ਕੋਈ ਸ਼ਖਸ ਮਿਲਿਆ ਉਹ ਸੁਨਹਿਰੇ ਹੁੰਦੇ ਨੇ ਤੇ ਉਹ ਕਹਿੰਦਾ ਦੁਨੀਆਂ ਦੇ ਵਿੱਚ ਜਿੰਨੇ ਵੀ ਕਿੱਤੇ ਕਰਦੇ ਨੇ ਲੋਕ ਡਾਕਟਰ ਉਹ ਵੀ ਕਹੇਗਾ ਲੋਕਾਂ ਨੂੰ ਕਿ ਲੋਕੀ ਬਿਮਾਰ ਹੋਣ ਤੇ ਮੇਰੇ ਕੋ ਆਉਣ ਵਕੀਲ ਇਹ ਕਹੇਗਾ ਕਿ ਲੋਕੀ ਉਲਝਣ ਕੇਸਾਂ ਦੇ ਵਿੱਚ ਤੇ ਮੇਰੇ ਕੋ ਆਉਣ ਕਹਿੰਦਾ ਸੁਨਿਆਰੇ ਇੱਕੋ ਇੱਕ ਵਾਹਿਦ ਕੌਮ ਹੈ ਜਿਹੜੀ ਦੁਨੀਆਂ ਦੀ ਸੁੱਖ ਮੰਗਦੇ ਨੇ ਕਿ ਲੋਕਾਂ ਦੇ ਘਰ ਖੁਸ਼ੀ ਆਵੇ ਤੇ ਖੇੜੇ ਆਉਣ ਤੇ ਉਹ ਫਿਰ ਸੋਨਾ ਲੈਣ ਸਾਡੇ ਕੋਲ ਆਉਣਗੇ ਸੋ ਇੱਕ ਗੱਲ ਮੋਦੀ ਨੋਟ ਬੰਦ ਕਰੇ ਤੇ ਸੋਨਾ ਖਰੀਦੀ ਜੀ ਬਿਲਕੁਲ ਖੈਰ ਅੱਜ ਦਾ ਸ਼ੋਅ ਅਸੀਂ ਕਾਫੀ ਸਮਾਂ ਉੱਤੇ ਲੈ ਕੇ ਮਾਫੀ ਚਾਹੁੰਦੇ ਆ ਜੀ ਹਾਂਜੀ ਕੋਈ ਵੀ ਸੁੱਖ ਮੰਗਦਾ ਨਾ ਉਹ ਕਰੇ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਤੇ ਨਾਲ ਸਾਡਾ ਵੀ ਵਿੱਚ ਹੀ ਆ ਬਿਲਕੁਲ ਬਿਲਕੁਲ ਸਰ ਬਿਲਕੁਲ ਜੀ ਇੱਕ ਸਿੱਖ ਹੈ ਜੀ ਜਿਹੜਾ ਹਰ
ਕਿਸੇ ਦਾ ਭਲਾ ਮੰਗਦਾ, ਹਰ ਦੁਨੀਆਂ ਦਾ ਸਰਬੱਤ ਦਾ, ਜਿਹਦੇ ਵਿੱਚ ਹਰ ਜੀ ਜੰਤ ਮਨੁੱਖ ਇਤਿਹਾਦ ਸਭ ਕੁਛ, ਪੇੜ ਪੌਦੇ ਦਰਖਤ ਸਭ ਕੁਛ ਆ ਜਾਂਦੇ ਨੇ, ਸੁੱਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਅਖੀਰ ਦੇ ਵਿੱਚ ਸਾਰੇ ਸਰੋਤਿਆਂ ਕੋਲ ਹੱਥ ਜੋੜ ਕੇ ਅਸੀਂ ਵੀ ਖਿਮਾ ਚਾਹੁੰਦੇ ਹਾਂ, ਜੇਕਰ ਕਿਸੇ ਨੂੰ ਵੱਧ ਘੱਟ ਕੋਈ ਗੱਲ ਕਹੀ ਗਈ ਹੋਵੇ, ਕਿਸੇ ਨੂੰ ਕੋਈ ਗੱਲਬਾਤ ਚੰਗੀ ਨਾ ਲੱਗੀ ਹੋਵੇ, ਤੁਸੀਂ ਸਾਨੂੰ ਫੀਡਬੈਕ ਜ਼ਰੂਰ ਭੇਜਣਾ। ਨਾਲ ਦੀ ਨਾਲ ਦੋ ਜਿਹੜੀਆਂ ਸੂਚਨਾਵਾਂ ਨੇ ਸਾਡੀ, ਸਮਾਰਟਫੋਨ ਐਪਲੀਕੇਸ਼ਨ ਦੋਵੇਂ ਆ ਚੁੱਕੀਆਂ ਨੇ, ਐਂਡਰਾਇਡ ਅਤੇ iOS ਡਾਊਨਲੋਡ ਕਰ ਸਕਦੇ ਹੋ। ਨਾਲ ਦੀ ਨਾਲ 6 ਜੂਨ, ਅੱਜ 5 ਜੂਨ ਹੈ, 6 ਜੂਨ ਇਹ ਜਿਹੜਾ ਹਫ਼ਤਾ ਚੱਲਦਾ ਪਿਆ ਇਹ ਸ਼ਹੀਦੀ ਵਰ੍ਹਾ, ਸ਼ਹੀਦੀ ਹਫ਼ਤਾ ਹੈ ਜੀ। ਜੂਨ 1984 ਨੂੰ ਜਦੋਂ ਹਿੰਦੁਸਤਾਨ ਦੀ ਹਕੂਮਤ ਦੇ ਵੱਲੋਂ ਅਕਾਲ ਤਖ਼ਤ ਦੇ ਉੱਤੇ ਤੋਪਾਂ ਟੈਂਕਾਂ ਨਾਲ ਹਮਲਾ ਕੀਤਾ ਗਿਆ ਸੀ, ਮਰਜੀਵੜਿਆਂ ਨੇ ਉੱਥੇ ਸ਼ਹੀਦੀਆਂ ਪਾਈਆਂ, ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਗ੍ਰਿਫਿਥ ਦੇ ਵਿੱਚ ਸ਼ਹੀਦੀ ਟੂਰਨਾਮੈਂਟ ਹੁੰਦਾ ਜੀ ਹਰ ਕੁਈਨਸ ਬਰਥਡੇ ਵੀਕਐਂਡ ਦੇ ਉੱਤੇ। ਸੋ ਇਹ ਵੀਕਐਂਡ ਜਿਹੜਾ ਆ ਰਿਹਾ ਗ੍ਰਿਫਿਥ ਦੇ ਵਿੱਚ, ਜੇਕਰ ਤੁਸੀਂ ਕੋਈ ਬੁਕਿੰਗਸ ਨਹੀਂ ਕਰਵਾਈਆਂ ਤਾਂ ਤੁਸੀਂ ਦਿਨ ਦੀ ਦਿਨ ਸ਼ਨੀਵਾਰ ਅਤੇ ਐਤਵਾਰ ਤੁਸੀਂ ਉੱਥੇ ਜਾ ਸਕਦੇ ਹੋ, ਜਾਂ ਫਿਰ ਤੁਸੀਂ ਕੈਂਪਰਵੈਂਸ, ਕਾਫੀ ਲੋਕ ਕੀ ਬੁੱਕ ਕਰਕੇ ਜਾਂਦੇ ਨੇ, ਉਹ ਵੀ ਤੁਸੀਂ ਜਾ ਸਕਦੇ ਹੋ, ਬਹੁਤ ਸੋਹਣਾ ਮਾਹੌਲ, ਕਾਫੀ ਸੰਗਤ ਉੱਥੇ ਹੁੰਦੀ ਹੈ। ਸੋ ਜੇਕਰ ਤੁਸੀਂ ਵੀ ਗ੍ਰਿਫਿਥ ਸ਼ਹੀਦੀ ਟੂਰਨਾਮੈਂਟ ਹੁਣ ਤੱਕ ਨਹੀਂ ਉੱਥੇ ਗਏ ਜਾਂ ਨਹੀਂ ਵੇਖਿਆ ਜਾਂ ਜਾਣਾ ਚਾਹੁੰਦੇ ਹੋ, ਪਹਿਲਾਂ ਵੀ ਗਏ ਹੋ ਤਾਂ ਮੈਂ ਤੁਹਾਨੂੰ ਯਾਦ ਕਰਾ ਦੇਵਾਂ ਕਿ ਇਸ ਵੀਕਐਂਡ ਦੇ ਉੱਤੇ ਸ਼ਹੀਦੀ ਟੂਰਨਾਮੈਂਟ ਉੱਥੇ ਹੋਵੇਗਾ। ਨਾਲ ਦੀ ਨਾਲ ਕੌਮੀ ਆਵਾਜ਼ ਪੰਜਾਬੀ ਰੇਡੀਓ ਵੱਲੋਂ ਉੱਥੇ ਇੱਕ ਕੁਇਜ਼ ਜਿਹੜੀ ਹੈ ਐਂਟਰਟੇਨਮੈਂਟ ਨਾਲ ਦੀ ਨਾਲ ਇਨਫੋਰਮੇਸ਼ਨਲ ਪ੍ਰੋਗਰਾਮ ਹੁੰਦਾ, ਇੱਕ ਕੁਇਜ਼ ਦਾ ਆਯੋਜਨ ਕੀਤਾ ਜਾ ਰਿਹਾ, ਹਰ ਵਾਰ ਹੁੰਦਾ ਅਤੇ ਉੱਥੇ ਨਗਦ ਇਨਾਮ ਵੀ ਦਿੱਤੇ ਜਾਂਦੇ ਨੇ। ਸੋ ਇਸ ਵੀਕਐਂਡ ਕੌਮੀ ਆਵਾਜ਼ ਦੀ ਟੀਮ ਦੇ ਵੀ ਜਿਹੜੇ ਮੈਂਬਰ ਨੇ ਉੱਥੇ ਹੋਣਗੇ, ਮੈਂ ਸ਼ਾਇਦ ਉੱਥੇ ਨਾ ਪਹੁੰਚ ਸਕਾਂ, ਪਰ ਆਪ ਸਭ ਸਰੋਤੇ ਜੇਕਰ ਪਹੁੰਚਣਾ ਚਾਹੋ ਉੱਥੇ ਉਹਨਾਂ ਨੂੰ ਵੀ ਮਿਲ ਸਕਦੇ ਹੋ। ਮੈਨੂੰ ਅਤੇ ਸਰਦਾਰ ਜੁਝਾਰ ਸਿੰਘ ਬਾਜਵਾ ਹੁਣਾਂ ਨੂੰ ਇੱਥੇ ਹੀ ਦਿਓ ਇਜਾਜ਼ਤ, ਅਗਲੇ ਹਫ਼ਤੇ ਫਿਰ ਮੁਲਾਕਾਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।